मौली धरती मौले आया कास कट कट मौले आतम पर गास। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਇਸ ਮਹੀਨੇ ਦੀ ਮਾਸਿਕ ਵਿੱਦਿਅਕ ਕਾਰਜਸ਼ਾਲਾ ਦੇ ਵਿੱਚ ਭਾਗ ਲੈ ਰਹੇ ਵੱਖ ਵੱਖ ਸਕੂਲਾਂ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਬੱਚੇ, ਉਹਨਾਂ ਦੇ ਮਾਤਾ ਪਿਤਾ ਅਤੇ ਪਤਵੰਤਿਆਂ ਨੂੰ ਆਤਮ ਪ੍ਰਕਾਸ਼ ਦੀ ਸਮੁੱਚੀ ਟੀਮ ਵੱਲੋਂ ਤਹਿ ਦਿਲੋਂ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਭਲੀ ਪ੍ਰਕਾਰ ਜਾਣਦੇ ਹੋ, ਆਤਮ ਪ੍ਰਕਾਸ਼ ਦੀ ਸਮੁੱਚੀ ਟੀਮ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਅੰਦਰ ਦੈਵੀ ਗੁਣਾਂ ਦੀ ਪ੍ਰਫੁੱਲਤਾ ਅਤੇ ਸਚਾਰ ਮਨੁੱਖਾਂ ਵਜੋਂ ਘਾੜਤ ਕਰਨ ਲਈ ਯਤਨਸ਼ੀਲ ਹੈ। ਸੋ ਇਸੇ ਹੀ ਕਾਰਜਵਿਧੀ ਨੂੰ ਅੱਗੇ ਤੋਰਦਿਆਂ ਹੋਇਆਂ ਸਕੂਲਾਂ ਵਿੱਚ ਚੱਲ ਰਿਹਾ ਇਸ ਪ੍ਰੋਜੈਕਟ ਸਚਾਰ ਮਨੁੱਖ ਵਜੋਂ ਘਾੜਤ ਕਰਨ ਦੇ ਕਾਰਜਾਂ ਨੂੰ ਹੋਰ ਪ੍ਰਫੁੱਲਤਾ ਦੇਣ ਲਈ ਹਰ ਮਹੀਨੇ ਔਨਲਾਈਨ ਮਾਸਕ ਵਿੱਦਿਅਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਹੈ, ਤਾਂ ਜੋ ਜੇ ਇਹ ਕਾਰਜ ਨੇ ਵਧੀਆ ਢੰਗ ਨਾਲ ਹੋਰ ਚਲਾਏ ਜਾਣ। ਸੋ ਅੱਜ ਜੋ ਸਚਾਰ ਮਨੁੱਖ ਦੇ ਕਾਫਲੇ ਦੀ ਅਣਹੋਂਦ ਹੈ, ਉਸਦਾ ਇਹ ਨਤੀਜਾ ਹੈ ਅੱਜ ਸਮਾਜ ਦਾ ਹਰ ਵਰਗ, ਕੀ ਕਿਸਾਨ, ਕੀ ਨੌਜਵਾਨ, ਵਿਦਿਆਰਥੀ, ਅਧਿਆਪਕ ਸਾਹਿਬਾਨ, ਸਭ ਬਹੁਤ ਪਰੇਸ਼ਾਨ ਹਨ ਔਰ ਬੜੇ ਚਿੰਤਤ ਹਨ। ਅਤੇ ਇਹ ਸਿਸਟਮ ਇੰਨਾ ਕੁ ਉਲਝ ਗਿਆ ਹੈ ਕਿ ਇਹ ਰਾਤੋ ਰਾਤ ਸੁਲਝਣ ਵਾਲਾ ਨਹੀਂ। ਸੋ ਆਓ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ, ਬਾਲ ਪਨੀਰੀ ਨੂੰ ਸੰਭਾਲੀਏ, ਇਹਨਾਂ ਬੱਚਿਆਂ ਨੂੰ ਇਹ ਯੋਗ ਬਣਾਈਏ, ਇਹਨਾਂ ਦੇ ਗਿਆਨ 'ਚ ਇੰਨਾ ਕੁ ਵਾਧਾ ਕਰੀਏ, ਇਹਨਾਂ ਦਾ ਸਹਿਯੋਗ ਦਈਏ, ਤਾਂ ਜੋ ਇਸ ਕਾਰਜ ਨੂੰ ਵਧੀਆ ਢੰਗ ਨਾਲ ਚਲਾਇਆ ਜਾ ਸਕੇ ਔਰ ਬੱਚਿਆਂ ਨੂੰ ਸੁਚਾਰ ਮਨੁੱਖ ਵਜੋਂ ਵਿਕਸਿਤ ਕੀਤਾ ਜਾ ਸਕੇ। ਸੋ ਅੱਜ ਦਾ ਜੋ ਸਾਡਾ ਇਸ ਕਾਰਜਸ਼ਾਲਾ ਦਾ ਵਿਸ਼ਾ ਹੈ ਉਹ ਹੈ ਸ਼ਖਸੀਅਤ ਉਸਾਰੀ ਲਈ ਮੁੱਢਲੀਆਂ ਲੋੜਾਂ। ਸੋ ਆਓ ਆਪਾਂ ਪਹਿਲਾਂ ਇਹ ਸਮਝੀਏ ਸ਼ਖਸੀਅਤ ਕੀ ਹੈ, ਸ਼ਖਸੀਅਤ ਦੀ ਮਹੱਤਤਾ ਕੀ ਹੈ ਔਰ ਸ਼ਖਸੀਅਤ ਦੇ ਪੈਮਾਨੇ ਕੀ ਨੇ। ਦਰਅਸਲ ਅਸੀਂ ਇਸ ਵਿਸ਼ੇ ਨੂੰ ਅਜੇ ਤੱਕ ਸਮਝੇ ਨਹੀਂ। ਅਸੀਂ ਇਸ ਨੂੰ ਇਉਂ ਸਮਝਦੇ ਹਾਂ ਕਿ ਜਿਸ ਦਾ ਲਿਬਾਸ ਸੋਹਣਾ ਹੋਵੇ, ਸੋਹਣਾ ਪਹਿਰਾਵਾ ਹੋਵੇ, ਸੋਹਣੀ ਬੋਲੀ ਹੋਵੇ ਜਾਂ ਉਹਦੇ ਕੋਲ ਦੁਨਿਆਵੀ ਗਿਆਨ ਹੋਵੇ, ਇਹ ਸ਼ਖਸੀਅਤ ਹੈ। ਪਰ ਨਹੀਂ, ਦਰਅਸਲ ਸ਼ਖਸੀਅਤ ਦੇ ਅਸਲ ਸੱਚ ਨੂੰ ਅਸੀਂ ਨਾ ਪੜ੍ਹਿਆ ਅਤੇ ਨਾ ਪੜ੍ਹਾਇਆ, ਤਾਂ ਇਹ ਸਬਜੈਕਟ ਅਨਪੜ੍ਹਿਆ ਅਤੇ ਅਨਪੜ੍ਹਾਇਆ ਹੀ ਰਹਿ ਗਿਆ। ਸੋ ਅੱਜ ਇਸ ਕਾਰਜਸ਼ਾਲਾ ਦੇ ਵਿੱਚ ਸਾਡੇ ਨਾਲ ਹਨ ਡਾਕਟਰ ਵਰਿੰਦਰਪਾਲ ਸਿੰਘ ਜੀ। ਡਾਕਟਰ ਵਰਿੰਦਰਪਾਲ ਸਿੰਘ ਜੀ, ਜਿਨ੍ਹਾਂ ਦੇ ਬਾਰੇ ਆਪਾਂ ਸਾਰੇ ਹੀ ਭਲੀ ਪ੍ਰਕਾਰ ਜਾਣੂ ਹਾਂ, ਇਹਨਾਂ ਦੀ ਵਿਚਾਰਾਂ ਜੋ ਹਨ ਦਿਲ ਟੁੰਬਵੀਆਂ ਹਨ, ਉਤਸ਼ਾਹ ਭਰਪੂਰ ਹਨ। ਸੋ ਇਹ ਜੋ ਸ਼ਖਸੀਅਤ ਉਸਾਰੀ ਦੀਆਂ ਮੁੱਢਲੀਆਂ ਲੋੜਾਂ ਵਿਸ਼ਾ ਹੈ, ਇਹ ਡਾਕਟਰ ਸਾਹਿਬ ਨੇ
ਚੌਥੀ ਰਾਸ਼ਟਰੀ ਵਿਦਿਆਰਥੀ ਸਿੱਖਿਅਤ ਉਸਾਰੀ ਕਾਰਜਸ਼ਾਲਾ ਦੇ ਵਿੱਚ ਇਸ ਵਿਸ਼ੇ ਨੂੰ ਦੋ ਭਾਗਾਂ ਦੇ ਵਿੱਚ ਵਿਸਥਾਰਪੂਰਵਕ ਵਿਖਿਆਨ ਕੀਤਾ ਸੀ। ਸੋ ਅੱਜ ਆਪਾਂ ਆਨੰਦ ਲਵਾਂਗੇ ਕਿ ਇਸ ਵਿਸ਼ੇ ਦਾ ਪਹਿਲਾ ਭਾਗ ਹੈ ਜੋ ਆਪਾਂ ਡਾਕਟਰ ਸਾਹਿਬ ਹਰਾਂ ਤੋਂ ਸੁਣਾਂਗੇ ਔਰ ਇਸ ਦਾ ਆਨੰਦ ਲਵਾਂਗੇ। ਸੋ ਕਾਰਜਸ਼ਾਲਾ ਦੇ ਆਰੰਭ ਕਰਨ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਅਜੇ ਤੱਕ ਆਤਮ ਪ੍ਰਕਾਸ਼ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਲਾਈਕ ਨਹੀਂ ਕੀਤਾ, ਕਿਰਪਾ ਕਰਕੇ ਉਹ ਆਤਮ ਪ੍ਰਕਾਸ਼ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਆਤਮ ਪ੍ਰਕਾਸ਼ ਦੀ ਟੀਮ ਲਾਈਵ ਹੋਵੇ ਤਾਂ ਤੁਹਾਨੂੰ ਇਹ ਮੈਸੇਜ ਮਿਲ ਸਕੇ ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਇੱਕ ਚੰਗੇ ਇਨਸਾਨ ਬਣਾ ਸਕੋ ਔਰ ਇਸ ਕਾਰਜ ਨੂੰ ਅੱਗੇ ਹੋਰ ਵਧੀਆ ਢੰਗ ਨਾਲ ਚਲਾ ਸਕੋ। ਸੋ ਆਓ, ਮੈਂ ਬਹੁਤਾ ਸਮਾਂ ਨਾ ਲਵਾਂ, ਆਓ ਆਪਾਂ ਡਾਕਟਰ ਵਰਿੰਦਰਪਾਲ ਸਿੰਘ ਜੀ ਹੋਰਾਂ ਪਾਸੋਂ ਵਿਸ਼ਾ ਸਰਵਣ ਕਰਾਂਗੇ, ਸ਼ਖਸੀਅਤ ਉਸਾਰੀ ਲਈ ਮੁੱਢਲੀਆਂ ਲੋੜਾਂ ਭਾਗ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰੇ ਵਿਦਿਆਰਥੀਓ, ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਜੀਓ, ਆਓ ਇੱਕ ਵਾਰੀ ਫਿਰ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਕੱਲ੍ਹ ਸ਼ਾਮਾਂ ਤੋਂ ਔਰ ਅੱਜ ਅੰਮ੍ਰਿਤ ਸਮੇਂ ਦੇ ਦੀਵਾਨਾਂ ਤੋਂ ਅਸੀਂ ਸਾਰੇ ਵਿਦਿਆਰਥੀ ਅਤੇ ਸਾਰੇ ਅਧਿਆਪਕ ਤਿਆਰ ਹੋ ਚੁੱਕੇ ਹਾਂ ਆਪਣੀ ਸ਼ਖਸੀਅਤ ਦੀ ਘਾੜਤ ਦੇ ਲਈ, ਜਿਹਨੂੰ ਅਸੀਂ ਪਰਸਨੈਲਿਟੀ ਆਖਦੇ ਹਾਂ। ਸਾਡੀਆਂ ਮਨੋਬਿਰਤੀਆਂ, ਸਾਡੀ ਅੰਤਰੀ ਭਾਵਨਾ, ਅਸੀਂ ਆਪਣੇ ਭਾਂਡੇ ਸਿੱਧੇ ਕਰ ਲਏ ਨੇ ਕਿ ਇਸ ਚੌਥੀ ਰਾਸ਼ਟਰ ਪੱਧਰੀ ਸ਼ਖਸੀਅਤ ਉਸਾਰੀ ਕਾਰਜਸ਼ਾਲਾ ਦੇ ਵਿੱਚ ਅਸੀਂ ਆਪਣੀ ਸ਼ਖਸੀਅਤ ਨੂੰ ਘੜਨ ਦੇ ਲਈ ਕੋਈ ਸਿਧਾਂਤ, ਕੋਈ ਵਿਧਾਂਤ, ਕੋਈ ਮਰਿਆਦਾ, ਕੋਈ ਢੰਗ ਤਰੀਕੇ ਸਿੱਖਣੇ ਨੇ ਔਰ ਅਪਣਾਉਣੇ ਨੇ। ਅਸੀਂ ਗੱਲ ਆਰੰਭ ਕਰ ਰਹੇ ਹਾਂ ਕਿ ਇਸ ਕੰਮ ਨੂੰ ਆਰੰਭ ਕਰਨ ਦੀਆਂ ਲੋੜਾਂ ਕਿਹੜੀਆਂ ਨੇ, ਪ੍ਰਾਈਮ ਮੁੱਢਲੀਆਂ ਰਿਕੁਆਇਰਮੈਂਟਸ ਕੀ ਨੇ, ਸਾਡੀਆਂ ਮੁੱਢਲੀਆਂ ਲੋੜਾਂ ਕੀ ਨੇ। ਮੈਂ ਗੱਲ ਆਰੰਭ ਕਰਦਾ ਸ਼ਖਸੀਅਤ ਦੀ ਪਰਿਭਾਸ਼ਾ ਤੋਂ। ਅਸੀਂ ਬਹੁਤ ਵਾਰੀ ਇਹ ਸ਼ਬਦ ਸੁਣਦੇ ਹਾਂ, ਸਾਡੇ ਅਧਿਆਪਕ ਤੈਨੂੰ ਆਖਦੇ ਬੇਟਾ ਆਪਣੀ ਪਰਸਨੈਲਿਟੀ ਇੰਪਰੂਵ ਕਰ, ਬੇਟਾ ਤੇਰੀ ਪਰਸਨੈਲਿਟੀ ਕਿਸੇ ਕੰਮ ਦੀ ਨਹੀਂ। ਤੁਹਾਡੇ ਮਾਂ ਬਾਪ ਵੀ ਤੁਹਾਨੂੰ ਕਈ ਵਾਰੀ ਇਹ ਗੱਲ ਕਹਿ ਦਿੰਦੇ ਨੇ, ਅਧਿਆਪਕ ਵੀ ਕਹਿ ਦਿੰਦੇ ਨੇ। ਆਖਰ ਅਸੀਂ ਪਰਸਨੈਲਿਟੀ ਸ਼ਬਦ ਦਾ ਲਿਟਰਲ ਮੀਨਿੰਗ ਜਾਣਦੇ ਹਾਂ? ਇੱਕ ਲੇਟਿਨ ਵਰਲਡ ਹੈ ਪਰਸੋਨਾ, ਔਰ ਇਹ ਸ਼ਬਦ ਦਾ ਮਤਲਬ ਵੈਸੇ ਕੁਝ ਹੋਰ ਹੈ ਅਤੇ ਅਸੀਂ ਇਹਨੂੰ ਹੋਰ ਸੰਦਰਭ ਵਿੱਚ ਵਰਤਦੇ ਹਾਂ। ਕੀ ਲਿਖਿਆ ਲਿਟਰੇਚਰ ਦੇ ਵਿੱਚ, ਇਹ ਥੀਏਟਰੀਕਲ ਮਾਸਕ ਵੋਰਨ ਬਾਏ ਦਾ ਪਰਫੋਰਮਰਸ ਆਈਦਰ ਟੂ ਪ੍ਰੋਜੈਕਟ ਡਿਫਰੈਂਟ ਰੋਲਸ ਔਰ ਟੂ ਡਿਸਗਿਊਸ ਦੇਅਰ ਆਈਡੈਂਟੀ। ਉਹ ਮੰਚ ਦੇ ਉੱਤੇ ਖੜ ਕੇ ਵੱਖ ਵੱਖ ਤਰ੍ਹਾਂ ਦੇ ਰੋਲ ਅਦਾ ਕਰਨ ਦੇ ਲਈ ਜਿਹੜਾ ਪਹਿਰਾਵਾ ਪਹਿਨਦੇ ਹੈ ਅਤੇ ਜਾਂ ਫਿਰ ਆਪਣੇ ਅਸਲ ਪਹਿਰਾਵੇ ਨੂੰ ਲੁਕਾ ਕੇ ਕੁਝ ਹੋਰ ਕਰ ਰਹੇ ਹੁੰਦੇ ਨੇ ਮੰਚ ਦੇ ਉੱਤੇ, ਟੂ ਡਿਸਗਿਊਸ ਦੇਅਰ ਆਈਡੈਂਟੀ, ਭੁਲੇਖਾ ਪਾ ਰਹੇ ਨੇ। ਇਹ ਲਿਟਰੇਚਰ ਦਾ ਮੀਨਿੰਗ ਹੈ, ਬਟ ਅਸੀਂ ਇਸ ਸ਼ਬਦ ਨੂੰ
ਆਪਣੀ ਨਿੱਤ ਦੀ ਬੋਲੀ ਦੇ ਵਿੱਚ ਇੰਜ ਬੋਲਦੇ ਹਾਂ, ਇਟਸ ਦਾ ਕੰਬੀਨੇਸ਼ਨ ਆਫ ਦਾ ਕਰੈਕਟਰਿਸਟਿਕਸ ਕੁਆਲਿਟੀਜ਼ ਦੈਟ ਰੀਪ੍ਰਜੈਂਟਸ ਦਾ ਬਿਹੇਵੀਅਰ ਆਫ ਐਨ ਇੰਡੀਵਿਜੁਅਲ ਫਰੋਮ ਵੇਅਰ ਯੂ ਕੈਨ ਜੱਜ ਹਾਓ ਦ ਪਰਸਨ ਵੁੱਡ ਰਿਐਕਟ ਟੂ ਐਨੀ ਕਾਇੰਡ ਆਫ ਸਿਚੁਏਸ਼ਨ. ਇਟ ਇਜ਼ ਦਾ ਇੰਡੀਕੇਟਰ ਆਫ ਦ ਇੰਡੀਵਿਜੁਅਲਸ ਡਿਸਟਿੰਕਟਿਵ ਕਰੈਕਟਰ. ਇੱਕ ਬੰਦਾ ਕਿਵੇਂ ਬਿਹੇਵ ਕਰਦਾ ਹੈ, ਕੋਈ ਔਕੜ ਆਉਂਦੀ ਹੈ ਤਾਂ ਉਹ ਕਿਵੇਂ ਹੁੰਦਾ, ਖੁਸ਼ੀ ਆਉਂਦੀ ਹੈ ਤਾਂ ਉਹ ਕਿਵੇਂ ਹੁੰਦਾ, ਉਹ ਚੈਲੇਂਜਸ ਨੂੰ ਰਿਸੀਵ ਕਿਵੇਂ ਕਰਦਾ, ਉਹ ਆਪਣੇ ਵੱਡਿਆਂ ਨਾਲ ਗੱਲ ਕਿਵੇਂ ਕਰਦਾ, ਛੋਟਿਆਂ ਨਾਲ ਗੱਲ ਕਿਵੇਂ ਕਰਦਾ, ਉਹ ਖਾਂਦਾ ਕਿਵੇਂ ਹੈ, ਉਹ ਦੇਖਦਾ ਕਿਵੇਂ ਹੈ, ਉਹ ਤੁਰਦਾ ਕਿਵੇਂ ਹੈ, ਉਹ ਸੌਂਦਾ ਕਿਵੇਂ ਹੈ, ਉਹਦਾ ਸੌਣ ਵੇਲੇ ਉਹਦਾ ਇੰਟਲੈਕਟ ਕਿੱਥੇ ਹੁੰਦਾ, ਜਾਗਦਿਆਂ ਉਹਦਾ ਇੰਟਲੈਕਟ ਕਿੱਥੇ ਹੁੰਦਾ, ਉਹ ਕਿਵੇਂ ਸੰਸਾਰ ਵਿੱਚ ਵਿਚਰ ਰਿਹਾ, ਆਪਣੇ ਆਲੇ ਦੁਆਲੇ ਨਾਲ ਉਹਦੇ ਕੋਰਲੇਸ਼ਨਸ ਕੀ ਨੇ, ਬਿਹੇਵੀਅਰ ਕੀ ਨੇ, ਇਹਨੂੰ ਅਸੀਂ ਪਰਸਨੈਲਿਟੀ ਆਖਦੇ ਹਾਂ. ਅਤੇ ਬੇਟਾ ਜੀ, ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ, ਮੈਂ ਇੱਕ ਛੋਟਾ ਜਿਹਾ ਅੱਖਰ ਤੁਹਾਡੇ ਸਾਹਮਣੇ ਰੱਖਣ ਲੱਗਿਆ, ਮੇਰਾ ਪਹਿਲਾ ਸਵਾਲ ਹੈ, ਮੈਨੂੰ ਸਮਝ ਆਇਆ ਕਿ ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ ਇਹ ਹੈ, ਮੈਨੂੰ ਕੌਣ ਦੱਸੇਗਾ ਬੱਚਾ ਕਿ ਇਹ ਹੁੰਦਾ ਕੀ ਹੈ, ਸ਼ਰਮ ਕੀ ਹੁੰਦਾ, ਹੱਥ ਖੜੇ ਕਰੋ, ਸ਼ਾਬਾਸ਼, ਕੋਈ ਵਿਦਿਆਰਥੀ ਦੱਸੇ ਕਿ ਸ਼ਰਮ ਹੁੰਦੀ ਕੀ ਹੈ. ਸ਼ਖਸੀਅਤ ਦੀ ਘਾਟ ਦੀ ਮੁੱਢਲੀ ਲੋੜ ਹੈ ਸ਼ਰਮ. ਜਿੱਦਾਂ ਬੱਚੇ ਬਹੁਤ ਸ਼ਰਮਾਉਂਦੇ ਆ ਕਿ ਅਸੀਂ ਕਿਸੇ ਦੇ ਸਾਹਮਣੇ ਗਲਤ ਬੋਲ ਦਾਂਗੇ ਤੇ ਇਹਦੇ ਵਿੱਚ ਬਹੁਤ ਗਲਤ ਹੋ ਜਾਊਗਾ ਤੇ ਫਿਰ ਕੋਈ ਸਾਨੂੰ ਸਹੀ ਨਹੀਂ ਸਮਝੂਗਾ. ਨਹੀਂ ਬੇਟਾ ਜੀ, ਇਹ ਸ਼ਰਮ ਨਹੀਂ ਹੈ, ਸੱਸਾ ਦੇ ਥੱਲੇ ਬਿੰਦੀ ਨਹੀਂ ਹੈ, ਇਹ ਸ਼ਰਮ ਹੈ. ਸ਼ਰਮ ਹੁੰਦੀ ਹੈ ਮਿਹਨਤ. ਰੋਜ਼ ਪੜ੍ਹਦੇ ਹਾਂ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾਟ ਘੜੀ ਹੈ ਬਹੁਤ ਅਨੂਪ. ਅਨੂਪ ਕੀ ਹੁੰਦਾ, ਬਹੁਤ ਸੁੰਦਰ. ਆਪਾਂ ਕਹਿੰਦੇ ਬੱਚੇ ਕਹਿੰਦੇ ਇਹ ਤਾਂ ਅੱਤ ਹੈ ਨਾ, ਬਹੁਤ ਕਲਾਸੀਕਲ, ਜਿਹੜੀ ਕਿ ਐਂ ਜਿਵੇਂ ਪੈਨਸਲ ਘੜੀ ਦੀ ਐਂ ਘੜ ਦਿੱਤੀ ਜਾਵੇ. ਬਾਣੀ ਬਣਤਰ, ਸ਼ਰਮਖੰਡ ਦੀ ਬਣਤਰ ਕੀ ਹੈ ਕਿ ਤੁਹਾਡਾ ਰੂਪ ਨਿਖਰ ਜਾਂਦਾ, ਤੁਹਾਡੀ ਪਰਸਨੈਲਿਟੀ ਘੜੀ ਜਾਂਦੀ ਹੈ. ਸ਼ਰਮ ਹੁੰਦੀ ਹੈ ਮਿਹਨਤ. ਜਪਜੀ ਸਾਹਿਬ ਵਿੱਚ ਪੰਜ ਖੰਡਾਂ ਦਾ ਜ਼ਿਕਰ ਹੈ, ਮੈਂ ਅਗਾਂਹ ਥੋੜ੍ਹਾ ਥੋੜ੍ਹਾ ਖੁਲਾਸਾ ਉਹਨਾਂ ਦਾ ਕਰਾਂਗਾ. ਗੁਰੂ ਨਾਨਕ ਪਿਤਾ ਜੀ ਦੱਸਦੇ ਨੇ ਸ਼ਖਸੀਅਤ ਦੀ ਘਾਟ ਲਈ ਸਾਨੂੰ ਮਿਹਨਤ ਕਰਨੀ ਪਵੇਗੀ, ਅਤੇ ਮਿਹਨਤ ਤੋਂ ਬਿਨਾਂ ਸ਼ਖਸੀਅਤ ਨਹੀਂ ਘੜੀ ਜਾ ਸਕਦੀ. ਆਲਸ ਨਹੀਂ ਚੱਲੇਗਾ, ਸੁਸਤੀ ਨਹੀਂ ਚੱਲੇਗੀ, ਗਰਦਨ ਟੇਢੀ ਅਤੇ ਕਮਰ ਟੇਢੀ ਜਾਂ ਰੀੜ੍ਹ ਦੀ ਹੱਡੀ ਢਿੱਲੀ ਨਹੀਂ ਚੱਲੇਗੀ. ਬਿਲਕੁਲ ਅਲਰਟ ਹੋ ਕੇ ਜਦੋਂ ਕਲਾਸ ਵਿੱਚ ਬੈਠੇ ਹੋ, ਆਪਣੇ ਟੀਚਰ ਕੋਲ ਬੈਠੇ ਹੋ, ਕੁਝ ਪੜ੍ਹ ਰਹੇ ਹੋ, ਲੰਬੇ ਪੈ ਕੇ ਪੜ੍ਹੋਗੇ ਤਾਂ ਛੇਤੀ ਨੀਂਦ ਆ ਜਾਵੇਗੀ, ਗੱਲਾਂ ਨਿਕਲ ਜਾਣਗੀਆਂ. ਜਿੰਨਾ ਸਮਾਂ ਪੜ੍ਹਨਾ ਹੈ ਸਾਵਧਾਨ ਹੋ ਕੇ ਪੜ੍ਹ ਲਵੋ, ਜਦੋਂ ਸਰੀਰ ਥੱਕ ਗਿਆ ਫਿਰ ਛੱਡ ਕੇ ਸੌਂ ਜਾਓ, ਜਾਂ ਸਰੀਰ ਨੇ ਆਰਾਮ ਕਰ ਲਿਆ ਫਿਰ ਪੜ੍ਹ ਲਓ, ਪਰ ਢਿੱਲਿਆਂ ਰਹਿ ਕੇ ਅਵੇਸਲਿਆਂ ਰਹਿ ਕੇ ਨਹੀਂ. ਜਦੋਂ ਤੁਸੀਂ ਪਬਲਿਕ ਦੇ ਵਿੱਚੋਂ, ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਹਾਡੀ ਬਾਡੀ ਲੈਂਗੁਏਜ ਚੁਸਤ ਹੋਣੀ ਚਾਹੀਦੀ ਹੈ, ਤੁਹਾਨੂੰ ਦੇਖਣ ਵਾਲੇ ਬੰਦੇ ਵਿੱਚ ਵੀ ਚੁਸਤੀ ਆਉਣੀ ਚਾਹੀਦੀ ਹੈ, ਪਤਾ ਲੱਗੇ ਕਿ ਮਿਹਨਤੀ ਸ਼ਖਸ ਬੈਠਾ. ਅਤੇ ਮਿਹਨਤੀ ਮਨੁੱਖ ਦਾ ਇੱਕ ਸੁਭਾਅ ਹੁੰਦਾ, ਤੁਹਾਡੀ ਕਲਾਸ ਵਿੱਚ ਵੀ ਬਹੁਤ ਮਿਹਨਤੀ ਵਿਦਿਆਰਥੀ ਹੋਣਗੇ, ਰਾਦਰ ਮੈਂ ਇਹ ਕਹਿ ਰਿਹਾ ਤੁਸੀਂ ਸਾਰੇ ਹੀ ਖੁਦ ਮਿਹਨਤੀ ਵਿਦਿਆਰਥੀ ਹੋ, ਕਿਉਂਕਿ ਤੁਸੀਂ ਆਮ ਵਿਦਿਆਰਥੀ ਨਹੀਂ ਹੋ. ਇਸ ਕਾਰਜਸ਼ਾਲਾ ਵਿੱਚ ਤੁਹਾਨੂੰ ਇੱਕ ਛਾਨਣੀ ਲਾ ਕੇ ਲਿਆਂਦਾ ਗਿਆ, ਜਿਹੜੇ ਬੱਚੇ ਕੁਝ ਪ੍ਰੀਲਿਮਨਰੀ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਦੇ ਨੇ, ਮਿਹਨਤੀ ਨੇ, ਔਰ ਆਪਣੀ ਪਰਸਨੈਲਿਟੀ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਰੱਖਦੇ ਨੇ. ਸੋ ਤੁਸੀਂ ਸਾਰੇ ਹੀ ਮਿਹਨਤੀ ਹੋ, ਤੁਸੀਂ ਮੇਰੀ ਗੱਲ ਨੂੰ ਤਸਦੀਕ ਕਰੋਗੇ, ਤੁਹਾਡੇ ਸਾਰਿਆਂ ਦੇ ਅੰਦਰ ਇਹ ਗੁਣ ਜ਼ਰੂਰ ਹੋਵੇਗਾ, ਜਾਣਨ ਦਾ ਚਾਓ. ਜੇ ਕਿਸੇ ਦੇ ਅੰਦਰ ਜਾਣਨ ਦਾ ਚਾਓ ਨਹੀਂ ਹੈ, ਫਿਰ ਸਮਝ ਲਵੋ ਵੀ ਉਹ ਪਰਿਭਾਸ਼ਾ ਪੂਰੀ ਨਹੀਂ ਕਰ ਰਿਹਾ,
ਪਰਸਨੈਲਿਟੀ ਦੀ ਡਿਵੈਲਪਮੈਂਟ ਦੀ ਮੁੱਢਲੀ ਲੋੜ ਦੀ ਸਾਡੇ ਅੰਦਰ ਸਦਾ ਹੀ ਹੋਵੇ ਕਿ ਜਦੋਂ ਮੈਂ ਸੌਣ ਲੱਗਿਆ ਮੈਂ ਕੁਝ ਅੱਜ ਵਿਸ਼ੇਸ਼ ਜਾਣ ਲਿਆ ਜਿਹੜਾ ਮੈਨੂੰ ਸਵੇਰੇ ਉੱਠਣ ਵੇਲੇ ਪਤਾ ਨਹੀਂ ਸੀ। ਮਿਹਨਤੀ ਮਨੁੱਖ ਸਦਾ ਹੀ ਕੋਸ਼ਿਸ਼ ਕਰਦਾ ਕਿ ਮੈਂ ਕੁਝ ਸਿੱਖ ਲਵਾਂ, ਨਵਾਂ ਸਿੱਖ ਲਵਾਂ। ਅਤੇ ਉਹਦੇ ਸਿੱਖਣ ਦੇ ਵਿੱਚ ਇਸ ਚਾਓ ਦੇ ਥੱਲੇ ਤਿੰਨ ਗੱਲਾਂ ਹੋਰ ਲੁਕੀਆਂ ਹੁੰਦੀਆਂ ਕਿ ਮੈਂ ਸ਼ਰਮ ਕਿਵੇਂ ਕਰਾਂ, ਭਾਵ ਮੈਂ ਮਿਹਨਤ ਕਿਵੇਂ ਕਰਾਂ, ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ। ਪ੍ਰਯੋਜਨ ਮੀਨਸ ਮੈਂ ਇਸ ਸੰਸਾਰ 'ਤੇ ਕਿਉਂ ਆਇਆ, ਮੇਰਾ ਕੰਮ ਕੀ ਹੈ ਇੱਥੇ ਆਉਣ ਦਾ, ਇਹ ਸੰਸਾਰ ਦਾ ਸੱਚ ਕੀ ਹੈ। ਅਤੇ ਬੇਟਾ ਜੀ ਇਹਨੂੰ ਹੀ ਕਹਿੰਦੇ ਆ ਧਰਮਖੰਡ। ਧਰਮਖੰਡ ਵੀ ਬਹੁਤ ਵੱਡੀ ਚੀਜ਼ ਨਹੀਂ ਹੈ, ਵੀ ਤੁਹਾਡੀ ਸਮਝ ਵਿੱਚ ਨਹੀਂ ਆਉਣਾ। ਧਰਮਖੰਡ ਇੱਕ ਮੁੱਢਲੀ ਅਵਸਥਾ ਹੈ। ਧਰਮ ਦਾ ਮਤਲਬ ਇਹ ਨਹੀਂ ਹਿੰਦੂ ਧਰਮ, ਸਿੱਖ ਧਰਮ, ਈਸਾਈ ਧਰਮ, ਬੋਧੀ ਨਹੀਂ, ਧਰਮ ਨੂੰ ਇਸ ਸੰਦਰਭ ਵਿੱਚ ਨਹੀਂ ਲੈਣਾ। ਧਰਮ ਦਾ ਮਤਲਬ ਹੈ ਇੱਕ ਵਿਧਾਨ, ਇੱਕ ਵਿਧੀ, ਇੱਕ ਵਿਉਂਤ, ਇੱਕ ਤਰਤੀਬ, ਸਿਧਾਂਤ। ਜਦੋਂ ਜਾਣਨ ਦੀ ਇੱਛਾ ਪ੍ਰਬਲ ਹੋ ਜਾਵੇ ਕਿ ਮੈਂ ਮਿਹਨਤ ਕਿਵੇਂ ਕਰਾਂ, ਮੈਂ ਮਿਹਨਤ ਕਿਉਂ ਕਰਾਂ, ਮੇਰਾ ਪ੍ਰਯੋਜਨ ਕੀ ਹੈ ਮਿਹਨਤ ਕਰਨ ਦਾ, ਅਤੇ ਸੰਸਾਰ ਦਾ ਸੱਚ ਕੀ ਹੈ, ਉਹਨੂੰ ਕਹਿੰਦੇ ਨੇ ਧਰਮਖੰਡ। ਮਨੁੱਖ ਦੇ ਅੰਦਰ ਇਹ ਚਾਓ ਪੈਦਾ ਹੋ ਗਿਆ ਕਿ ਮੈਂ ਜਾਣ ਲਵਾਂ ਮੇਰੇ ਆਲੇ ਦੁਆਲੇ ਹੈ ਕੀ ਹੈ। ਬੇਟਾ ਜੀ ਜਦੋਂ ਮਨੁੱਖ ਧਰਮਖੰਡ ਵਿੱਚ ਆ ਜਾਂਦਾ ਨਾ, ਉਸ ਵੇਲੇ ਦੋ ਸੜਕਾਂ ਪਾਟਦੀਆਂ ਨੇ। ਮਨੁੱਖ ਦੇ ਅੰਦਰ ਚਾਓ ਹੈ ਮੈਨੂੰ ਕੋਈ ਦੱਸ ਦੇਵੇ, ਹੁਣ ਤੁਹਾਨੂੰ ਅੱਗੇ ਦੱਸਣ ਵਾਲਾ ਕਿਹੋ ਜਿਹਾ ਮਿਲੇਗਾ। ਉਹ ਅਸਾਰੂ ਵੀ ਹੋ ਸਕਦਾ, ਢਾਹੂ ਵੀ ਹੋ ਸਕਦਾ। ਇੱਥੇ ਇੱਕ ਸਾਵਧਾਨੀ ਵਰਤਣੀ ਹੁੰਦੀ ਹੈ, ਜਦੋਂ ਜਾਣਨ ਦਾ ਚਾਓ ਪੈਦਾ ਹੋਵੇ ਆਪਣੇ ਉਸਤਾਦ, ਆਪਣੇ ਮੈਂਟਰ, ਆਪਣੇ ਟੀਚਰ, ਆਪਣੀਆਂ ਕਿਤਾਬਾਂ, ਆਪਣੀਆਂ ਵੈਬਸਾਈਟਸ, ਅੱਜ ਕੱਲ੍ਹ ਵੈਬਸਾਈਟਸ ਕਿਤਾਬਾਂ ਦਾ ਕੰਮ ਵੀ ਕਰਦੀਆਂ ਨੇ ਅਤੇ ਅਧਿਆਪਕਾਂ ਦਾ ਕੰਮ ਵੀ ਕਰਦੀਆਂ ਨੇ। ਅਤੇ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਕਹਿੰਦੇ ਕਿਤਾਬਾਂ ਵੀ ਅਲੋਪ ਹੋ ਜਾਣੀਆਂ ਨੇ ਅਤੇ ਅਧਿਆਪਕ ਵੀ ਅਲੋਪ ਹੋ ਜਾਣੇ ਨੇ। ਵੈਬਸਾਈਟਸ ਤੁਹਾਡਾ ਦੋਨਾਂ ਦਾ ਕੰਮ ਕਰਨਗੀਆਂ, ਕਿਤਾਬਾਂ ਦਾ ਵੀ ਅਤੇ ਅਧਿਆਪਕਾਂ ਦਾ ਵੀ। ਅਤੇ ਅਧਿਆਪਕ ਵਿਚਾਰੇ ਗੁੱਸਾ ਨਾ ਕਰਨ ਜਿਹੜੇ ਇੱਥੇ ਬੈਠੇ ਨੇ, ਉਹਨਾਂ ਦਾ ਰੋਲ ਫੈਸਿਲੀਟੇਟਰ ਤੋਂ ਵੱਧਦਾ ਨਹੀਂ ਰਹਿਣਾ, ਉਹਨਾਂ ਨੇ ਤਾਂ ਬਟਨ ਔਨ ਹੀ ਕਰਿਆ ਕਰਨਾ। ਡਿਜੈਸਟਿਵ ਸਿਸਟਮ ਕਿਵੇਂ ਤੁਹਾਨੂੰ ਨੈੱਟ 'ਤੇ ਸਮਝ ਆ ਜਾਂਦਾ, ਅਸੀਂ ਕਿਵੇਂ ਖਾਂਦੇ ਹਾਂ, ਸਾਡੀ ਲਾਰਜ ਇੰਟੈਸਟਾਈਨ, ਸਮਾਲ ਇੰਟੈਸਟਾਈਨ 'ਚ ਉਹ ਕਿਵੇਂ ਗੜੂੰ ਗੜੂੰ ਕਰਦਾ, ਕਿਵੇਂ ਤੁਹਾਡੇ ਉੱਥੋਂ ਇਨਜ਼ਾਈਮ ਸਕ੍ਰੀਟ ਹੁੰਦੇ ਨੇ, ਕਿਵੇਂ ਉਹ ਚੱਲਦਾ ਤੁਹਾਡੇ ਅਧਿਆਪਕ ਕੋਲੋਂ, ਤੁਹਾਨੂੰ ਸਮਝਾ ਨਹੀਂ ਹੋਣਾ। ਪਰ ਇਹ ਨੈੱਟ ਦੇ ਉੱਤੇ ਪਿਆ ਲਿਟਰੇਚਰ ਤੁਹਾਨੂੰ ਇਕੱਲੀ ਇਕੱਲੀ ਰੱਗ ਖੋਲ੍ਹ ਕੇ ਦਿਖਾ ਦੇਵੇਗਾ ਕਿ ਤੁਹਾਡੀ ਬਾਡੀ ਐਂ ਚੱਲਦੀ ਹੈ। ਮੈਡੀਕਲ ਸਾਇੰਸ ਹੈ, ਇੰਜੀਨੀਅਰਿੰਗ ਹੈ, ਐਗਰੀਕਲਚਰ ਸਾਇੰਸ ਹੈ, ਅਨੋਟਮੀ ਹੈ, ਅਸਟ੍ਰੋਨਮੀ ਹੈ, ਕੋਈ ਵੀ ਵਿਸ਼ਾ ਪੜ੍ਹਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਰੋਲ ਹੋਵੇਗਾ। ਪਰ ਇਹਨਾਂ ਵੈਬਸਾਈਟ ਨੂੰ ਦੇਖਣ ਤੋਂ ਪਹਿਲਾਂ, ਪੜ੍ਹਨ ਤੋਂ ਪਹਿਲਾਂ, ਅਧਿਆਪਕ ਨੂੰ ਫੋਲੋ ਕਰਨ ਤੋਂ ਪਹਿਲਾਂ ਤੁਹਾਡੀ ਬੁੱਧ ਵਿੱਚ ਇੱਕ ਛਾਨਣੀ ਚਾਹੀਦੀ ਹੈ, ਜਿੱਥੋਂ ਤੁਸੀਂ ਇਹ ਆਈਡੈਂਟੀਫਾਈ ਕਰ ਲਵੋ ਕਿ ਜਿਹਦੇ ਕੋਲੋਂ ਮੈਂ ਸਿੱਖ ਰਿਹਾ ਉਹਦੀ ਸੋਚ ਕੰਸਟਰਕਟਿਵ ਹੈ ਕਿ ਡਿਸਟਰੈਕਟਿਵ ਹੈ। ਇੱਕ ਛੋਟਾ ਜਿਹਾ ਫੰਡਾ ਇਹਨੂੰ ਪਛਾਣਨ ਦਾ। ਕੰਸਟਰਕਟਿਵ ਬੰਦਾ ਸਦਾ ਪੋਜ਼ਿਟਿਵ ਗੱਲ ਕਰੇਗਾ, ਉਹ ਗੁਣਾਂ ਦੀ ਗੱਲ ਕਰੇਗਾ। ਡਿਸਟਰਕਟਿਵ ਬੰਦਾ ਸਦਾ ਹੀ ਔਗਣਾਂ ਦੀ ਗੱਲ ਕਰੇਗਾ। ਅਸੀਂ ਕੀ ਬਣਨਾ, ਉੱਚੀ ਬੋਲੋ, ਕੀ ਬਣਨਾ? ਪੋਜ਼ਿਟਿਵ ਥਿੰਕਰ। ਅਸੀਂ ਨੈਗੇਟਿਵ ਥਿੰਕਰ ਨਹੀਂ ਬਣਨਾ, ਅਸੀਂ ਪੋਜ਼ਿਟਿਵ ਥਿੰਕਰ ਬਣਨਾ। ਜਿੱਥੇ ਵੀ ਗੱਲ ਹੋਵੇ ਕੁਦਰਤ ਵਿੱਚ ਚੰਗਿਆਈ ਬਹੁਤ ਹੈ,
ਅਸੀਂ ਔਗਣਾਂ ਨੂੰ ਵੇਖਦੇ ਹਾਂ ਸਾਨੂੰ ਲੱਗਦਾ ਬਹੁਤ ਗਲਤ ਹੈ, ਪਰ ਠੀਕ ਵੀ ਬਹੁਤ ਜ਼ਿਆਦਾ। ਅਸੀਂ ਉਹਨਾਂ ਅਧਿਆਪਕਾਂ ਨੂੰ ਫੋਲੋ ਕਰਨਾ, ਉਹਨਾਂ ਵੈਬਸਾਈਟਸ ਨੂੰ ਫੋਲੋ ਕਰਨਾ ਜਿਹੜੇ ਸਾਨੂੰ ਪੋਜ਼ਿਟਿਵਿਟੀ ਸਿਖਾਉਂਦੇ ਨੇ। ਇੱਕ ਸਾਈਟ ਤੁਹਾਨੂੰ ਦੱਸੇਗੀ ਕਿ ਆਹ ਧਰਮ ਏ ਬਹੁਤ ਵਧੀਆ, ਧਰਮ ਬੀ ਬਹੁਤ ਮਾੜਾ ਹੈ। ਇੱਕ ਸਾਈਟ ਤੁਹਾਨੂੰ ਦੱਸੇਗੀ ਪਰਮਾਤਮਾ ਹੈ ਹੀ ਇੱਕ, ਉਹਦਾ ਵਿਧਾਨ ਹੀ ਇੱਕ ਹੈ, ਇਹ ਦੋ ਨਹੀਂ ਹੋ ਸਕਦੇ। ਇੱਕ ਵੈਬਸਾਈਟ ਤੁਹਾਨੂੰ ਦੱਸੇਗੀ ਇਹ ਭਾਸ਼ਾ ਬਹੁਤ ਚੰਗੀ ਹੈ, ਬਾਕੀ ਦੀਆਂ ਭਾਸ਼ਾਵਾਂ ਬਹੁਤ ਮਾੜੀਆਂ ਨੇ। ਅਤੇ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਤੁਸੀਂ ਭਾਸ਼ਾ ਨੂੰ ਇੱਕ ਨਹੀਂ ਕਰ ਸਕਦੇ, ਤੁਸੀਂ ਧਰਮ ਨੂੰ ਇੱਕ ਨਹੀਂ ਕਰ ਸਕਦੇ, ਇਹ ਰੱਬ ਦੇ ਹੀ ਰੰਗ ਨੇ। ਕਿਸੇ ਦੇ ਨੂੰ ਮਾੜਾ ਕਹਿਣਾ ਅਤੇ ਆਪਣੇ ਨੂੰ ਚੰਗਾ ਕਹਿਣਾ, ਕਿਸੇ ਦੀ ਬੋਲੀ ਨੂੰ ਮਾੜਾ ਕਹਿਣਾ, ਆਪਣੀ ਬੋਲੀ ਨੂੰ ਚੰਗਾ ਕਹਿਣਾ, ਇਹ ਢਾਹੂ ਪ੍ਰਵਿਰਤੀ ਹੈ, ਇਹ ਡਿਸਟਰਕਟਿਵ ਸੋਚ ਹੈ। ਇਸ ਕਰਕੇ ਜਦੋਂ ਵੀ ਪੜ੍ਹਨਾ, ਜਦੋਂ ਵੀ ਸੁਣਨਾ, ਜਦੋਂ ਵੀ ਦੇਖਣਾ, ਪਹਿਲੀ ਛਾਲਣੀ ਇਹ ਮਾਰ ਲਵੋ, ਇਹ ਇੱਥੇ ਕੁਝ ਡਿਸਟਰਕਟਿਵ ਤਾਂ ਨਹੀਂ ਹੈ, ਨਹੀਂ ਉਹਨੂੰ ਬੰਦ ਕਰ ਦਿਓ। ਭਾਵੇਂ ਕਿਤਾਬ ਹੋਵੇ, ਭਾਵੇਂ ਵੈਬਸਾਈਟ ਹੋਵੇ, ਅਸੀਂ ਪੋਜ਼ਿਟਿਵ ਸੋਚਣਾ ਤਾਂ ਸਾਨੂੰ ਸਮਝ ਆਵੇਗੀ ਕਿ ਇਹ ਧਰਮ ਖੰਡ ਦੇ ਵਿੱਚੋਂ ਅਸੀਂ ਅਗਾਂਹ ਕਿਵੇਂ ਤੁਰਨਾ। ਅਸੀਂ ਅਸਾਰੂ ਸੋਚ ਦੇ ਧਾਰਨੀ ਹੋਣਾ। ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਬੱਚੀਆਂ ਜਾਣਦੇ ਨੇ, ਅਸੀਂ ਤੁਹਾਨੂੰ ਕੀ ਕਹਿ ਕੇ ਸੰਬੋਧਨ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਕੀ ਹੈ, ਸਾਨੂੰ ਸਾਰਿਆਂ ਨੂੰ ਕੀ ਹੈ, ਅਸੀਂ ਕਿਹੜੇ ਖੰਡ ਵਿੱਚ ਹਾਂ, ਅਸੀਂ ਧਰਮ ਖੰਡ ਵਿੱਚ ਹਾਂ, ਅਸੀਂ ਜਾਣਨਾ ਚਾਹੁੰਦੇ ਹਾਂ ਅਸੀਂ ਦੁਨੀਆਂ 'ਤੇ ਕਿਉਂ ਆਏ। ਬੇਟਾ ਜੀ, ਜਿਹੜੀ ਦੁਨੀਆਂ ਵਿੱਚ ਅਸੀਂ ਹਾਂ ਨਾ, ਇੱਕ ਛੋਟਾ ਜਿਹਾ ਮੈਂ ਤੁਹਾਨੂੰ ਨਕਸ਼ਾ ਦੇਣ ਲੱਗਿਆ। ਅਸੀਂ ਜਿਹੜੀ ਦੁਨੀਆਂ ਵਿੱਚ ਹਾਂ, ਇਸ ਗ੍ਰਹਿ ਨੂੰ ਧਰਤੀ ਕਹਿੰਦੇ ਨੇ, ਅਤੇ ਇਹ ਧਰਤੀ ਇੱਕ ਤਾਰੇ ਦੁਆਲੇ ਘੁੰਮਦੀ ਹੈ। ਉਹ ਤਾਰਾ ਕਿਹੜਾ ਹੈ? ਸੂਰਜ। ਇਸ ਤਾਰੇ ਦੁਆਲੇ ਮਰਕਰੀ, ਵੀਨਸ, ਅਰਥ, ਮਾਰਸ, ਜੁਪੀਟਰ, ਸੈਚੂਰਨ, ਯੂਰੇਨਸ, ਨੈਪਚੂਨ ਸਾਰੇ ਘੁੰਮਦੇ ਨੇ। ਪਹਿਲਾਂ ਸੋਚਦੇ ਸੀ ਇੱਕ ਪਲੂਟੋ ਵੀ ਹੈਗਾ ਪਲੈਨਟ, ਹੁਣ ਉਹਦੇ ਬਾਰੇ ਦੁਬਧਾ ਖੜੀ ਹੋ ਗਈ ਵਿਗਿਆਨੀਆਂ ਵਿੱਚ, ਇੱਕ ਰਾਏ ਹੈ ਉਹ ਨਹੀਂ ਹੈ, ਕੁਝ ਅਜੇ ਵੀ ਕਹਿੰਦੇ ਸ਼ਾਇਦ ਹੈ। ਫਿਰ ਸੀਰਸ ਅਤੇ ਹੋਰ ਵੀ ਕਈ ਤਰ੍ਹਾਂ ਦੇ ਪਲੈਨਟਸ ਦੀਆਂ ਕਿਆਸ ਰਾਈਆਂ ਵਿਗਿਆਨੀ ਲਗਾਉਂਦੇ ਨੇ, ਅਤੇ ਇੱਦਾਂ ਦੇ ਪਲੈਨਟਸ ਹੋਰ ਵੀ ਬਹੁਤ ਨੇ, ਪਰ ਸੂਰਜ ਦੇ ਤਾਰੇ ਦੁਆਲੇ, ਇਹ ਸੂਰਜ ਨਾਮੀ ਤਾਰੇ ਦੁਆਲੇ ਘੁੰਮਣ ਵਾਲੇ ਪਲੈਨਟਸ ਵਿੱਚ ਅੱਜ ਤੱਕ ਇਹ ਮੰਨਿਆ ਜਾਂਦਾ ਹੈ ਜਿਹੜਾ ਅਰਥ ਪਲੈਨਟ ਹੈ, ਇਸ ਗ੍ਰਹਿ ਦੇ ਉੱਤੇ ਹੀ ਜ਼ਿੰਦਗੀ ਹੈ। ਬਾਕੀਆਂ 'ਤੇ ਇਹਦੀ ਹਜੇ ਸਮਝ ਸੋਝੀ ਸ਼ਾਇਦ ਹੋਵੇ, ਬਟ ਅਜੇ ਉਹ ਪ੍ਰੂਵ ਨਹੀਂ ਹੋਈ। ਅਤੇ ਜਿਹੜੇ ਮਨੁੱਖ ਇਸ ਧਰਤੀ 'ਤੇ ਵੱਸਦੇ ਨੇ, ਜਿਹਨੂੰ ਅਸੀਂ ਆਪਣਾ ਬ੍ਰਹਿਮੰਡ ਕਹਿ ਲੈਂਦੇ ਹਾਂ, ਧਰਤੀ ਹੀ ਸਾਡਾ ਬ੍ਰਹਿਮੰਡ ਹੈ, ਅਤੇ ਇੱਥੋਂ ਦੇ ਵਿਗਿਆਨੀਆਂ ਨੇ ਆਸਮਾਨ ਵਿੱਚ ਪੁਲਾੜ ਵਿੱਚ ਆਪਣੀਆਂ ਢੰਗ ਤਰੀਕੇ ਦੀਆਂ ਤਕਨੀਕਾਂ ਲਾ ਕੇ ਲੱਭਣਾ ਸ਼ੁਰੂ ਕਰ ਲਿਆ ਵੀ ਕੋਈ ਹੋਰ ਵੀ ਇੱਦਾਂ ਦੇ ਪਲੈਨਟ ਨੇ। ਇੱਕ ਕੈਪਲਰ ਟੈਲੀਸਕੋਪ ਸੁਣਿਆ? ਕੈਪਲਰ ਟੈਲੀਸਕੋਪ ਬਹੁਤ ਵੱਡਾ ਵਿਗਿਆਨੀ ਹੋਇਆ ਕੈਪਲਰ। ਕੈਪਲਰ ਟੈਲੀਸਕੋਪ ਲੈਬੋਰਟਰੀਜ਼ ਹੈ, ਉਹ ਟੈਲੀਸਕੋਪਸ ਕੀ ਕਰਦੀਆਂ ਨੇ, ਧਰਤੀ ਵਰਗੇ ਹੋਰ ਪਲੈਨਟ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਤੇ ਉਹਨਾਂ ਵਿਗਿਆਨੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਧਰਤੀ ਵਰਗੇ 4 ਪਲੈਨਟ ਹੋਰ ਲੱਭ ਲਏ ਨੇ ਅਸੀਂ। ਉਹਨਾਂ ਬਾਰੇ ਵਿਸਥਾਰ ਨਹੀਂ ਜਾਣਦੇ, ਪਰ ਬਿਲਕੁਲ ਧਰਤੀ ਵਰਗੇ 4 ਹੋਰ ਪਲੈਨਟ ਨੇ ਜਿਹੜੇ ਵੱਖ ਵੱਖ ਤਾਰਿਆਂ ਦੁਆਲੇ ਘੁੰਮ ਰਹੇ ਨੇ। ਅਤੇ ਵਿਗਿਆਨੀਆਂ ਨੇ ਇਹ ਵੀ ਲੱਭ ਲਿਆ ਕਿ ਇਹੋ ਜਿਹੇ 40 ਬਿਲੀਅਨ ਪਲੈਨਟ ਹੋਰ ਨੇ ਸਿਰਫ ਮਿਲਕੀ ਵੇ ਦੇ ਵਿੱਚ। ਤੁਹਾਨੂੰ ਪਤਾ ਨਾ ਮਿਲਕੀ ਵੇ ਕੀ ਹੈ? ਕੀ ਹੈ ਮਿਲਕੀ ਵੇ?
ਤਾਰਿਆਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਇੱਕ ਤਾਰਾ ਕੌਣ ਹੈ? ਸੂਰਜ, ਜਿਹਦੇ ਦੁਆਲੇ ਸਾਡੀ ਧਰਤੀ ਘੁੰਮਦੀ ਹੈ। ਇੱਦਾਂ ਦੇ ਕਰੋੜਾਂ ਤਾਰੇ ਨੇ ਇਸ ਮਿਲਕੀ ਵੇ ਦੇ ਵਿੱਚ, ਅਤੇ ਇਸ ਮਿਲਕੀ ਵੇ ਦੇ ਵਿੱਚ ਵਿਗਿਆਨੀ ਕਹਿੰਦੇ ਨੇ ਧਰਤੀ ਵਰਗੇ 40 ਬਿਲੀਅਨ, ਮਤਲਬ ਕਿ 400 ਕਰੋੜ ਪਲੈਨਟ ਹੋਰ ਹਨ ਧਰਤੀ ਵਰਗੇ। ਸੋ ਬੇਟਾ ਜੀ, ਆਓ ਇੱਕ ਝਲਕ ਦੇਖਦੇ ਹਾਂ ਇਹ ਦੁਨੀਆ ਹੈ ਕਿੱਦਾਂ ਦੀ। ਬਣਤਰ ਨੇ ਇਹ ਦਿਖਾਇਆ ਜਾਵੇਗਾ ਕਿਸ ਤਰ੍ਹਾਂ ਮਰਕਰੀ ਅਰਥ ਇਹਨਾਂ ਦੇ ਡਾਇਆਮੀਟਰਸ ਕਿਸ ਤਰ੍ਹਾਂ ਵੱਧਦੇ ਤੁਰੇ ਜਾ ਰਹੇ ਨੇ। 55 ਕਿਲੋਮੀਟਰ, ਮਾਰਸ 7000 ਕਿਲੋਮੀਟਰ, ਧਰਤੀ ਜਿਹਦੇ ਉੱਤੇ ਅਸੀਂ ਰਹਿੰਦੇ ਹਾਂ 13000 ਕਿਲੋਮੀਟਰ ਦਾ ਡਾਇਆਮੀਟਰ ਹੈ ਇਹਦਾ। ਸੂਰਜ ਤੋਂ 150 ਮਿਲੀਅਨ ਕਿਲੋਮੀਟਰ ਦੂਰ ਹੈ ਧਰਤੀ ਵਰਗਾ। ਇਹ ਕੈਪਲਰ 10C, ਜਿਹੜਾ ਕਿ ਕੈਪਲਰ ਨੇ ਬਹੁਤ ਸਾਰੇ ਪਲੈਨਟ ਨਜ਼ਰ ਵਿੱਚ ਆਏ ਨੇ, 10C ਧਰਤੀ ਵਰਗਾ ਹੈ। ਇਦੋਂ ਵੱਡਾ 50000 ਕਿਲੋਮੀਟਰ ਦਾ ਡਾਇਆ ਨੈਪਚੂਨ ਦਾ ਹੈ। ਫਿਰ ਯੂਰੇਨਸ 51000 ਕਿਲੋਮੀਟਰ 'ਤੇ ਚੱਲਿਆ ਜਾਂਦਾ ਹੈ ਡਾਇਆਮੀਟਰ। ਇਹ ਜਿਵੇਂ ਜਿਵੇਂ ਇਹਨਾਂ ਦੇ ਆਕਾਰ ਵੱਧਦੇ ਨੇ, ਸੈਚੂਰਨ 1,23,000 ਕਿਲੋਮੀਟਰ, ਟੂ ਮਾਸ 1,25,000 ਕਿਲੋਮੀਟਰ ਦਾ ਡਾਇਆ ਹੈ ਇਸਦਾ। ਦੇਖੋ ਇਹਨਾਂ ਦੇ ਆਕਾਰ ਕਿਵੇਂ ਕਿਵੇਂ ਵੱਧ ਰਹੇ ਨੇ। ਹੁਣ ਤੁਸੀਂ ਆਪਣੇ ਆਪ ਨੂੰ ਇਮੈਜ਼ਨ ਕਰਨਾ ਹੈ ਕਿ ਤੁਸੀਂ ਕਿੱਥੇ ਹੋ। ਇਹ ਬ੍ਰਹਿਮੰਡ HD 100546B, ਉਦੋਂ ਬਾਅਦ ਸੂਰਜ ਆਉਂਦਾ ਹੈ। ਸੂਰਜ ਦੀਆਂ ਕਿਰਨਾਂ ਸਾਡੇ ਤੱਕ ਪਹੁੰਚਣ ਦੇ ਲਈ 8 ਮਿੰਟ 20 ਸਕਿੰਟ ਲੈਂਦੀਆਂ ਨੇ, ਪਰ ਸਾਡਾ ਫਾਸਲਾ 150 ਮਿਲੀਅਨ ਕਿਲੋਮੀਟਰ ਤੋਂ ਦੂਰ ਦਾ ਹੈ। ਪੋਲੀਓਕਸ ਬਹੁਤ ਵੱਡਾ ਬ੍ਰਾਈਟ ਕਰ ਰਿਹਾ। ਇਸ ਤਰ੍ਹਾਂ ਦੇ ਬਹੁਤ ਸਾਰੇ ਤਾਰੇ ਜਿਵੇਂ ਜਿਵੇਂ ਉਹਨਾਂ ਦੀ ਸਮਝ ਵਿਗਿਆਨੀਆਂ ਨੂੰ ਆਈ ਹੈ, ਇਹ ਇੱਕ ਤਰਤੀਬ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਦੇ ਡਾਇਆਮੀਟਰ ਵੱਧ ਰਹੇ ਨੇ, ਇਸ ਤਰ੍ਹਾਂ ਇਹ ਰੀਜ਼ਲ ਇੱਕ ਬਹੁਤ ਵੱਡਾ ਬਰਨ ਕਰ ਰਿਹਾ ਨੀਲੇ ਰੰਗ ਦਾ ਤਾਰਾ। ਪਿਸਟਲ ਸਟਾਰ ਜਿਨ੍ਹਾਂ ਬਾਰੇ ਅਸੀਂ ਸੁਣਿਆ ਵੀ ਨਹੀਂ, ਜਿਨ੍ਹਾਂ ਦੀ ਸਾਨੂੰ ਸੋਝੀ ਵੀ ਨਹੀਂ, ਇਹ ਸਾਨੂੰ ਇੱਕ ਨਿੱਕੇ ਨਿੱਕੇ ਬਿੰਦੂਆਂ ਦੀ ਤਰ੍ਹਾਂ ਕਿਵੇਂ ਨਜ਼ਰ ਆਉਂਦੇ ਨੇ। ਜਿਵੇਂ ਜਿਵੇਂ ਵੀਡੀਓ ਅੱਗੇ ਚੱਲੇਗਾ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਬ੍ਰਹਿਮੰਡ ਦਾ ਖਲਾਰਾ ਕਿਸ ਤਰ੍ਹਾਂ ਹੈ। ਇਹ ਤਾਂ ਵੱਡੇ ਵੱਡੇ ਕਰਕੇ ਦਿਖਾ ਰਹੇ ਹਾਂ, ਜਿਹੜੇ ਬਹੁਤ ਛੋਟੇ ਨਜ਼ਰ ਆ ਰਹੇ ਨੇ ਅਜੇ ਵੀ। ਇਹ UY-SQT ਅੱਜ ਤੱਕ ਦਾ ਜਾਣਿਆ ਗਿਆ ਸਭ ਤੋਂ ਵੱਡਾ ਤਾਰਾ। ਹੁਣ ਦੇਖੋ ਜਦੋਂ ਅਸੀਂ ਦੂਰ ਜਾ ਰਹੇ ਹਾਂ 1 ਲਾਈਟ ਈਅਰ 'ਤੇ ਪਹੁੰਚਾਂਗੇ, ਤਾਂ ਇਹ ਐਡਾ ਵੱਡਾ ਤਾਰਾ ਵੀ ਇੱਕ ਡੋਟ ਰਹਿ ਜਾਂਦਾ ਹੈ। ਇੱਕ ਲਾਈਟ ਡੇ। ਹੁਣ ਦੇਖੋ ਜੋ ਜੋ 2 ਲਾਈਟ ਡੇ, 3 ਲਾਈਟ ਡੇ, 6, 7, 8, ਜਿਵੇਂ ਜਿਵੇਂ ਲਾਈਟ ਡੇਸ ਵਧਣਗੇ, ਇੱਕ ਦਿਨ ਵਿੱਚ ਲਾਈਟ ਕਿੰਨਾ ਟਰੈਵਲ ਕਰਦੀ ਹੈ, ਇੱਕ ਸਾਲ ਵਿੱਚ ਲਾਈਟ ਕਿੰਨਾ ਟਰੈਵਲ ਕਰਦੀ ਹੈ। ਇੱਕ ਸਾਲ ਵਿੱਚ ਲਾਈਟ 9.4 ਟ੍ਰਿਲੀਅਨ ਕਿਲੋਮੀਟਰਸ ਟਰੈਵਲ ਕਰ ਜਾਂਦੀ ਹੈ। ਜਿਵੇਂ ਜਿਵੇਂ ਲਾਈਟ ਦੀ ਟਰੈਵਲ ਦੀ ਵਿਲੋਸਟੀ, ਉਹਦੀ ਸਪੀਡ ਵੱਧਦੀ ਜਾ ਰਹੀ ਹੈ, ਉਹ ਦੂਰ ਹੁੰਦਾ ਜਾ ਰਿਹਾ ਹੈ, ਡਿਸਟੈਂਸ ਵੱਧਦਾ ਜਾ ਰਿਹਾ ਹੈ। ਲਾਈਟ ਈਅਰ ਨੂੰ ਇੱਕ ਲੈਂਥ ਦਾ ਯੂਨਿਟ ਮੰਨਿਆ ਜਾਂਦਾ ਹੈ। ਜਦੋਂ ਅਸੀਂ ਐਸਟ੍ਰੋਨੋਮਿਕਲ ਯੂਨਿਟਸ ਨੂੰ ਦੇਖਣਾ ਹੋਵੇ, ਇਹ ਦੇਖੋ ਇਹ ਵੱਡੇ ਵੱਡੇ ਜਿਹੜੇ ਕਿ ਜਿਹਨੇ ਪਕੜ ਵਿੱਚ ਨਹੀਂ ਆਉਣ ਵਾਲੇ, ਇਹ ਨਿੱਕੇ ਨਿੱਕੇ ਡੋਟ ਬਣਨੇ ਸ਼ੁਰੂ ਹੋ ਜਾਂਦੇ ਆ। ਇਹਨਾਂ ਦੀ ਹੋਂਦ
ਇੱਕ ਕਾਗਜ਼ 'ਤੇ ਪਏ ਹੋਏ ਨਿੱਕੇ 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 ਪੈਨਸਲ ਦੀ ਨੋਕ ਨਾਲ ਮਾਰੇ ਹੋਏ ਨਿੱਕੇ ਨਿੱਕੇ ਬਿੰਦੂਆਂ ਦੀ ਤਰ੍ਹਾਂ ਬਣਦੀ ਜਾ ਰਹੀ ਹੈ। ਮੈਨੀ 100 billion ਸਟਾਰਸ ਇਨ ਆਰ ਗਲੈਕਸੀ, 40 billion ਪਲੈਨਟਸ ਧਰਤੀ ਵਰਗੇ ਨੇ ਮਿਲਕੀ ਵੇ ਦੇ ਵਿੱਚ, ਅਤੇ ਵਿਗਿਆਨੀਆਂ ਨੂੰ ਅਜੇ ਚਾਰਾਂ ਦਾ ਪਤਾ ਲੱਗਿਆ, ਪਰ ਇਹ ਸਮਝ ਆ ਗਈ ਹੈ ਕਿ ਇਹਨਾਂ ਦੀ ਗਿਣਤੀ 40 billion ਦੇ ਆਸ ਪਾਸ ਹੋ ਸਕਦੀ ਹੈ, ਅਤੇ ਇਹ ਮਿਲਕੀ ਵੇ ਹੈ। ਹੁਣ ਮਿਲਕੀ ਵੇ ਵਰਗੀਆਂ ਕਿੰਨੀਆਂ ਗਲੈਕਸੀਜ਼ ਨੇ, ਹੁਣ ਗੌਰ ਕਰਨਾ, ਇਹ ਮਿਲਕੀ ਵੇ ਪਾਸੇ ਹੋ ਗਈ ਹੈ, ਹੁਣ ਦੂਸਰੀਆਂ ਗਲੈਕਸੀਜ਼ ਆਉਣਗੀਆਂ ਜਿਵੇਂ ਜਿਵੇਂ ਡਿਸਟੈਂਸ ਵਧੇਗਾ। ਆਹ ਦੇਖੋ ਇਹ ਗਲੈਕਸੀਜ਼ ਆ ਰਹੀਆਂ ਨੇ, ਮਿਲਕੀ ਵੇ ਵਰਗੀਆਂ ਕਿੰਨੀਆਂ ਗਲੈਕਸੀਜ਼ ਹੁਣ ਮੈਦਾਨ ਦੇ ਵਿੱਚ ਆ ਰਹੀਆਂ ਨੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਰਹੀਆਂ ਨੇ, ਕਿਉਂਕਿ ਤੁਸੀਂ ਕਰੋੜਾਂ ਲਾਈਟ ਈਅਰ ਦੂਰ ਜਾ ਚੁੱਕੇ ਹੋ, ਤੁਹਾਡਾ ਡਿਸਟੈਂਸ ਵੱਧਦਾ ਜਾ ਰਿਹਾ, ਤੁਹਾਡੀ ਅਪਰੋਚ ਵਿਗਿਆਨੀਆਂ ਦੀਆਂ ਟੈਲੀਸਕੋਪ ਦੀਆਂ ਮੋਹਰੀਆਂ ਦੇ ਵਿੱਚੋਂ ਇਹ ਦਿਸਦੀਆਂ ਨੇ ਕਿ ਇੰਨੀਆਂ ਗਲੈਕਸੀਜ਼ ਨੇ। ਹੁਣ ਇਹ ਤਾਰੇ ਨਹੀਂ ਹਨ, ਇਹ ਗਲੈਕਸੀਜ਼ ਨੇ, ਅਤੇ ਗਲੈਕਸੀਜ਼ ਦੇ ਸਮੂਹ ਨੂੰ ਤੁਸੀਂ ਅੱਗੇ ਜਾ ਕੇ ਦੇਖੋਗੇ, ਉਹ ਵੀ ਕੁਝ ਹੋਰ ਬਣੇਗਾ। ਗਲੈਕਸੀਆਂ ਦੇ ਸਮੂਹਾਂ ਦੇ ਅੱਗੇ ਵੱਖ ਵੱਖ ਤਰ੍ਹਾਂ ਦੇ ਸਮੂਹ ਨੇ, ਜਿੱਥੇ ਆਵਾਜ਼ਾਂ ਹੀ ਹੋਰ ਤਰ੍ਹਾਂ ਦੀਆਂ ਨੇ, ਜਿੱਥੇ ਖੁਸ਼ਬੂਆਂ ਹੀ ਹੋਰ ਤਰ੍ਹਾਂ ਦੀਆਂ ਨੇ, ਜਿੱਥੇ ਢੰਗ ਤਰੀਕੇ ਹੀ ਹੋਰ ਤਰ੍ਹਾਂ ਦੇ ਨੇ। ਇਹ ਵੀ ਵਿਗਿਆਨੀਆਂ ਨੇ ਇਸ ਗੱਲ ਦੀ ਥੋਹ ਪਾ ਲਈ ਹੈ, ਸਮਝ ਆ ਗਈ ਹੈ ਕਿ ਇਹ ਜਿਹੜਾ ਕੌਸਮਿਕ ਵੈੱਬ ਹੈ, ਮੈਂ ਜਾਲਾ ਹੁੰਦਾ ਨਾ, ਹੁਣ ਇਹ ਡੋਟ ਵੀ ਨਜ਼ਰ ਨਹੀਂ ਆ ਰਹੇ, ਹੁਣ ਇਹ ਜਾਲਾ ਹੀ ਬਣ ਗਿਆ। ਅੱਗੇ ਤਾਂ ਬਿੰਦੂ ਨਜ਼ਰ ਆ ਰਹੇ ਸਨ, ਹੁਣ ਬਿੰਦੂ ਵੀ ਖਤਮ ਹੋ ਗਏ। ਇਹ ਥਰੈਡ ਦੀ ਤਰ੍ਹਾਂ ਇਹ ਵਿਗਿਆਨ ਨੇ ਆਪਣੀਆਂ ਟੈਲੀਸਕੋਪ ਦੀਆਂ ਮੋਹਰੀਆਂ ਵਿੱਚੋਂ ਦੇਖਿਆ ਇਹ ਕੀ ਬਣ ਗਿਆ। ਇਹ ਅਜੇ ਇੱਕ ਢਾਂਚਾ ਹੈ, ਕੌਸਮਿਕ ਮਾਈਕਰੋਵੈਬ, ਇੱਦਾਂ ਦੇ ਕਈ ਹੋਰ ਬਣਨਗੇ, ਇਹਨੂੰ ਅਸੀਂ ਆਪਣਾ ਯੂਨੀਵਰਸ ਕਹਿ ਲੈਂਦੇ ਹਾਂ, ਬਟ ਇੱਦਾਂ ਦੇ ਹੁਣ ਯੂਨੀਵਰਸ ਵੀ ਕਈ ਹੋਰ ਨੇ। ਪਹਿਲਾਂ ਤਾਰਾ ਸੀ, ਫਿਰ ਗਲੈਕਸੀ ਸੀ, ਗਲੈਕਸੀਆਂ ਦੇ ਸਮੂਹ ਯੂਨੀਵਰਸ ਸੀ, ਹੁਣ ਇਹ ਯੂਨੀਵਰਸ ਵੀ ਹੋਰ ਤਰ੍ਹਾਂ ਦੇ ਨੇ, ਜਿੱਥੇ ਵੱਖ ਵੱਖ ਢੰਗ ਤਰ੍ਹਾਂ ਦੀਆਂ ਆਵਾਜ਼ਾਂ ਅਤੇ ਵੋਲੀਅਮਸ, ਅਤੇ ਐਡੇ ਵੱਡੇ ਸੰਸਾਰ ਨੂੰ ਜਦੋਂ ਧਰਮਖੰਡ ਵਿੱਚ ਮਨੁੱਖ ਚੱਲਦਾ ਹੈ, ਜਦੋਂ ਧਰਮਖੰਡ ਵਿੱਚ ਮਨੁੱਖ ਚੱਲਦਾ ਹੈ, ਤਾਂ ਉਹ ਇਹ ਜਾਣਨਾ ਚਾਹੁੰਦਾ ਹੈ ਕਿ ਮੈਂ ਕਿੱਥੇ ਹਾਂ। ਅਤੇ ਬਾਬਾ ਜੀ ਕਹਿੰਦੇ ਇਹ ਜੱਗ ਧੂੰਏ ਕਾ ਪਹਾੜ, ਧੂੰਏ ਦਾ ਪਹਾੜ ਦੇਖਿਆ ਕੀ ਹੁੰਦਾ, ਧੂੰਏ ਦਾ ਪਹਾੜ। ਆਪਾਂ ਕਿਤੇ ਅੱਗ ਲੱਗ ਜਾਵੇ ਜਾਂ ਕਿਸਾਨ ਖੇਤ ਨੂੰ ਅੱਗ ਲਾ ਦਿੰਦੇ ਨੇ, ਧੂੰਆਂ ਹੁੰਦਾ, ਇੱਕ ਪਹਾੜ ਜਿਹਾ ਬਣਿਆ ਹੁੰਦਾ ਨਾ, ਲੱਗਦਾ ਕਿ ਉਹ ਪਹਾੜ ਹੈ, ਪਰ ਉਹ ਪਹਾੜ ਨਹੀਂ ਹੁੰਦਾ। ਅਤੇ ਗੁਰੂ ਪਿਤਾ ਜੀ ਕਹਿੰਦੇ ਇਹ ਸੰਸਾਰ, ਇਹ ਜੱਗ ਧੂੰਏ ਕਾ ਪਹਾੜ, ਤੈਂ ਸੱਚਾ ਮੰਨਿਆ ਕਹਿ ਵਿਚਾਰ। ਉਹ ਤੂੰ ਇਹਨੂੰ ਕਿਹੜੀ ਗੱਲੋਂ ਸੱਚ ਮੰਨ ਲਿਆ, ਇਹ ਸੰਸਾਰ ਤਾਂ ਸੱਚ ਹੈ ਹੀ ਕੋਈ ਨਹੀਂ। ਸੋ ਪਿਆਰੇ ਵਿਦਿਆਰਥੀਓ, ਧਰਮਖੰਡ ਵਿੱਚ ਇਸ ਗੱਲ ਨੂੰ ਸਮਝ ਲਵੋ, ਇਹ ਜੋ ਸੰਸਾਰ ਸਾਨੂੰ ਦਿਸ ਰਿਹਾ, ਇਹ ਐਵੇਂ ਭੁਲੇਖਾ ਹੈ, ਕਿਉਂਕਿ ਇਹ ਕਦੀ ਵੀ ਖਤਮ ਹੋ ਸਕਦਾ ਹੈ। ਵਿਗਿਆਨੀ ਕਹਿੰਦੇ ਨੇ ਗਲੈਕਸੀਜ਼ ਅੱਜ ਨਜ਼ਰ ਆ ਰਹੀਆਂ ਸਨ, ਕੱਲ੍ਹ ਨੂੰ ਨਜ਼ਰ ਨਹੀਂ ਆ ਰਹੀਆਂ, ਖਤਮ ਹੋ ਗਈਆਂ। ਪਰਮਾਤਮਾ ਨੇ ਪਤਾ ਨਹੀਂ ਕਿਹੜੀ ਗਲੈਕਸੀ ਨੂੰ, ਕਿਹੜੇ ਤਾਰੇ ਨੂੰ ਆਪਣੇ ਢੰਗ ਤਰੀਕੇ ਨਾਲ ਕਦੋਂ ਖਤਮ ਕਰ ਦੇਣਾ। ਇਸ ਕਰਕੇ ਇਹ ਜੱਗ ਇੱਕ ਧੂੰਏ ਦੇ ਪਹਾੜ ਦੀ ਤਰ੍ਹਾਂ ਹੈ, ਜਿਹੜਾ ਹਵਾ ਦਾ ਬੁੱਲਾ ਆਇਆ ਅਤੇ ਕਦੀ ਵੀ ਖਤਮ ਹੋ ਸਕਦਾ ਹੈ। ਅਤੇ ਜੇ ਕਦੀ ਵੀ ਖਤਮ ਹੋ ਸਕਦਾ, ਇਸ ਗੱਲ ਦੀ ਸਮਝ ਆ ਜਾਵੇ, ਇਹਦੀ ਸੋਝੀ ਆ ਜਾਵੇ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਬੈਸੰਤਰ। ਕਿੰਨੀਆਂ ਹਵਾਵਾਂ, ਕਿੰਨੇ ਹੀ ਪਾਣੀ, ਕਿੰਨੀਆਂ ਅੱਗਾਂ, ਕਿੰਨੇ ਪਹਾੜ, ਕਿੰਨੀਆਂ ਦੁਨੀਆਂ, ਕੇਤੇ ਕਾਨ ਮਹੇਸ਼, ਕਿੰਨੇ ਕ੍ਰਿਸ਼ਨ, ਕਿੰਨੇ ਸ਼ਿਵਜੀ, ਇਹ ਬਹੁਤ ਕੁਛ ਹੈ। ਕੇਤੇ ਬਰਮੇ ਘਾੜਤ ਕੜੀਏ,
ਕਈ ਕੁਛ ਹੈ, ਕੀਤੀ ਆ ਖਾਣੀ, ਕੀਤੀ ਆ ਬਾਣੀ, ਕੀਤੇ ਪਾਤ ਰਿੰਦ, ਕਿੰਨੇ ਹੀ ਰਾਜੇ, ਕੀਤੀ ਆ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨਾ ਅੰਤ। ਮੈਂ ਵਿੱਚੋਂ ਵਿੱਚੋਂ ਟੂਕ ਦ੍ਰਿਸ਼ਟਾਂਤ ਦਿੱਤੇ ਨੇ ਇਸ ਪੌੜੀ ਦੇ। ਇਹ ਪੌੜੀ ਜਿੱਥੇ ਗਿਆਨ ਖੰਡ ਦੀ ਸ਼ੁਰੂ ਹੁੰਦੀ ਹੈ, ਗੁਰੂ ਬਾਬਾ ਜੀ ਕਹਿੰਦੇ ਬਹੁਤ ਧਰਤੀਆਂ, ਬਹੁਤ ਰਾਜੇ, ਬਹੁਤ ਸ਼ਿਵ ਜੀ, ਬਹੁਤ ਤਰ੍ਹਾਂ ਦੇ ਦੇਵਤੇ, ਬਹੁਤ ਤਰ੍ਹਾਂ ਦੇ ਸੂਰਜ, ਬਹੁਤ ਤਰ੍ਹਾਂ ਦੇ ਚੰਦਰਮਾ, ਬਹੁਤ ਤਰ੍ਹਾਂ ਦੀ ਅੱਗ, ਬਹੁਤ ਤਰ੍ਹਾਂ ਦੇ ਪਾਣੀ ਅਤੇ ਬਹੁਤ ਤਰ੍ਹਾਂ ਦੀ ਦੁਨੀਆ। ਇਹਦੀ ਸਮਝ ਨਹੀਂ ਆ ਸਕਦੀ, ਇਹ ਸਮਝ ਆ ਜਾਣੀ ਕਿ ਇਹਨੂੰ ਸਮਝ ਨਹੀਂ ਸਕਦੇ, ਇਹ ਬਹੁਤ ਵੱਡਾ ਪਸਾਰਾ ਹੈ, ਇਹ ਗਿਆਨ ਖੰਡ ਹੈ। ਅਤੇ ਜਦੋਂ ਬੇਟਾ ਜੀ ਇਹ ਸਮਝ ਆ ਜਾਵੇ ਕਿ ਇਹ ਸੰਸਾਰ ਸਮਝ ਵਿੱਚ ਨਹੀਂ ਆਉਣਾ, ਤਾਂ ਫਿਰ ਆਹ ਗੱਲ ਪਕੜ ਵਿੱਚ ਆ ਜਾਂਦੀ ਹੈ, ਦੁਨੀਆ ਕੀਆ ਵਡਿਆਈਆਂ ਕਵਨੈ ਆਵੈ ਕਾਮ। ਇਹ ਦੁਨੀਆ ਵਿੱਚ ਕਿੰਨਾ ਨਾਮ ਕਮਾ ਲਿਆ, ਕਿੰਨਾ ਪੈਸਾ ਕਮਾ ਲਿਆ, ਕਿਸੇ ਦੇਸ਼ ਦਾ ਬਾਦਸ਼ਾਹ ਬਣ ਗਿਆ, ਕਿੰਨੇ ਦੇਸ਼ਾਂ ਦਾ ਬਾਦਸ਼ਾਹ ਬਣ ਗਿਆ, ਇਹ ਕਿਤੇ ਵੀ ਕੰਮ ਆਉਣ ਵਾਲਾ ਨਹੀਂ। ਅਤੇ ਬਾਬਾ ਜੀ ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੇ ਨਾਮ ਵਿਸਾਰਿਆ ਇੱਕ ਨਾ ਚੱਲੀਆ ਨਾਲ। ਇਹਨਾਂ ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਲਾ ਕੇ ਜਾਲ ਦਿਓ, ਕਿਉਂਕਿ ਤੁਹਾਨੂੰ ਹੰਕਾਰ ਪੈਦਾ ਕਰ ਦਿੰਦੀਆਂ ਨੇ ਅਤੇ ਨਾਲ ਕੋਈ ਵੀ ਨਹੀਂ ਜਾਂਦੀ। ਹੁਣ ਬੇਟਾ ਜੀ ਇੱਕ ਗੱਲ ਦੇਖਿਓ, ਹੁਣ ਇਹਨੂੰ ਵੱਡੇ ਦਾਇਰੇ ਵਿੱਚ ਖੁੱਲ੍ਹੇ ਹਿਰਦੇ ਦੇ ਨਾਲ ਦੂਰ ਤੱਕ ਜਾ ਕੇ ਸੋਚਿਓ, ਦੁਨੀਆ ਦੀ ਕੋਈ ਵਡਿਆਈ ਨਾਲ ਜਾਣ ਵਾਲੀ ਨਹੀਂ, ਫਿਰ ਅਸੀਂ ਦੂਸਰੇ ਨਾਲ ਮੁਕਾਬਲਾ ਕਿਉਂ ਕਰਦੇ ਹਾਂ? ਉਹ ਫਸਟ ਆ ਗਿਆ, ਮੈਂ ਸੈਕਿੰਡ ਆ ਗਿਆ, ਮੈਂ ਥਰਡ ਆ ਗਿਆ, ਉਹ ਸਾਰਿਆਂ ਵਿੱਚ ਤਾਂ ਉਹੀ ਹੈ, ਕੀ ਫਰਕ ਪੈਣ ਲੱਗਿਆ ਕੋਈ ਫਸਟ ਆ ਗਿਆ ਕੋਈ ਸੈਕਿੰਡ ਆ ਗਿਆ। ਦੇਖੋ ਸੁਰਤ ਦੀ ਉਡਾਰੀ ਕਿੱਥੇ ਜਾ ਰਹੀ ਹੈ। ਹਾਂ, ਮੈਂ ਆਪਣੀ ਕਾਬਲੀਅਤ ਨੂੰ ਵਧਾਉਣਾ, ਇੱਥੇ ਕੰਸਟਰਕਟਿਵ ਕੰਪੀਟੀਸ਼ਨ ਪੈਦਾ ਕਰਨਾ ਕਿ ਮੈਂ ਚੰਗੇ ਗੁਣ ਗ੍ਰਹਿਣ ਕਰ ਲਵਾਂ, ਪਰ ਮੈਂ ਜੇ ਗੁਣ ਦੋ ਵੱਧ ਗ੍ਰਹਿਣ ਕਰ ਲਏ, ਕਿਸੇ ਨੇ ਦੋ ਘੱਟ ਕਰ ਲਏ, ਫਰਕ ਕੋਈ ਨਹੀਂ ਪੈਣ ਵਾਲਾ। ਜੇ ਇਹ ਗੱਲ ਚੇਤੇ ਰਹੀ ਤਾਂ ਗੁਣ ਗ੍ਰਹਿਣ ਕਰਕੇ ਕੀ ਨਹੀਂ ਆਵੇਗਾ? ਵੈਰੀ ਗੁੱਡ, ਬਹੁਤ ਇੰਟੈਲੀਜੈਂਟ, ਵੈਰੀ ਗੁੱਡ। ਬਸ ਇਹ ਗੱਲ ਬਹੁਤ ਕੰਮ ਦੀ ਹੈ, ਜਿਹੜਾ ਵਿਦਿਆਰਥੀ ਗੁਣ ਗ੍ਰਹਿਣ ਕਰਦਾ ਗਿਆ, ਗੁਣ ਕਰਦਾ ਗਿਆ ਕਰਦਾ ਗਿਆ, ਪਰ ਹੰਕਾਰ ਨੂੰ ਕੋਲੇ ਨਾ ਆਉਣ ਦਿੱਤਾ, ਉਹ ਬਿਲਕੁਲ ਠੀਕ ਪੌੜੀਆਂ ਚੜ੍ਹ ਰਿਹਾ ਹੈ। ਉਹਨੂੰ ਪਤਾ ਹੈ ਜੇ ਮੈਂ ਪਹਿਲੇ ਨੰਬਰ 'ਤੇ ਆ ਗਿਆ ਤਾਂ ਕੋਈ ਐਡੀ ਵੱਡੀ ਗੱਲ ਨਹੀਂ, ਤੁਹਾਡੇ ਕੋਲ ਰੋਲ ਮਾਡਲ ਨੇ, ਬਹੁਤ ਰੋਲ ਮਾਡਲ ਨੇ। ਸਾਡੇ ਦੇਸ਼ ਦੇ ਰਾਸ਼ਟਰਪਤੀ ਜਿਹੜੇ ਅੱਜ ਸਾਡੇ ਵਿੱਚ ਨਹੀਂ, ਡਾਕਟਰ ਅਬਦੁਲ ਕਲਾਮ, ਉਹ ਇੱਕ ਰੋਲ ਮਾਡਲ ਸਨ, ਬਹੁਤ ਵੱਡੇ ਵਿਗਿਆਨੀ ਸਨ, ਪਰ ਉਹ ਨਿੱਕੇ ਬੱਚਿਆਂ 'ਚ ਆਏ ਤੁਰਦੇ ਸਨ ਜਿਵੇਂ ਉਹ ਨਾ ਕੁਝ ਵੀ ਨਹੀਂ ਜਾਣਦੇ। ਡਾਕਟਰ ਮਨਮੋਹਨ ਸਿੰਘ ਅੱਜ ਵੀ ਲਾਈਵ ਰੋਲ ਮਾਡਲ ਨੇ, ਬਹੁਤ ਗਿਆਨ ਹੈ ਉਹਨਾਂ ਕੋਲ, ਪਰ ਬਹੁਤ ਘੱਟ ਬੋਲਦੇ ਨੇ, ਕੋਈ ਖਿਲਾਰਾ ਨਹੀਂ ਪਾਉਂਦੇ ਗੱਲ ਦਾ, ਕਿਤੇ ਮਿਲਣ ਦਾ ਮੌਕਾ ਮਿਲੇ ਬਹੁਤ ਹੰਬਲ ਨੇ। ਇਹੋ ਜਿਹੇ ਤੁਸੀਂ ਵੀ ਬਣਨਾ ਹੈ, ਗਿਆਨ ਹਾਸਲ ਕਰਨਾ ਹੈ, ਪਰ ਗਿਆਨ ਹਾਸਲ ਕਰਕੇ ਸਮਝਣਾ ਕਿ ਸਾਡਾ ਗਿਆਨ ਆਟੇ ਵਿੱਚ ਲੂਣ ਵੀ ਨਹੀਂ। ਆਈਨਸਟਾਈਨ ਜਦੋਂ ਇਸ ਦੁਨੀਆ ਤੋਂ ਗਿਆ, ਉਹਨੂੰ ਪੁੱਛਿਆ ਵੀ ਤੂੰ ਸੁਨੇਹਾ ਦੇਣਾ ਚਾਹੁੰਦਾ ਕੋਈ ਦੁਨੀਆ ਨੂੰ, ਬਹੁਤ ਵੱਡਾ ਵਿਗਿਆਨੀ ਹੋਇਆ ਨਾ, ਜਾਣਦੇ ਹੋ ਨਾ ਆਈਨਸਟਾਈਨ ਨੂੰ, ਉਹਨੂੰ ਕਹਿੰਦੇ ਕੋਈ ਸੁਨੇਹਾ ਦੇਣਾ ਹੈ, ਕਹਿੰਦਾ ਸੁਨੇਹਾ ਇਹੀ ਦੇਣਾ ਹੈ ਕਿ ਮੈਨ ਕੁਡ ਨੋਟ ਨੋ ਈਵਨ ਦਾ ਫਰੈਕਸ਼ਨ ਆਫ ਦਾ ਨੇਚਰ। ਕਹਿੰਦਾ ਮਨੁੱਖ ਇਸ ਕੁਦਰਤ ਦਾ ਕਿਣਕਾ ਮਾਤਰ ਵੀ ਨਹੀਂ ਜਾਣ ਸਕਦਾ, ਜਿਹਨਾਂ ਮਰਜ਼ੀ ਜ਼ੋਰ ਲਾ ਲਵੇ। ਜਿੰਨਾ ਜਾਣ ਲਿਆ ਮੁਬਾਰਕ, ਇਹ ਨਹੀਂ ਕਿ ਜਾਣਨਾ ਨਹੀਂ, ਮਿਹਨਤ ਕਰਨੀ ਹੈ, ਸਮਝਣਾ ਹੈ, ਪਰ ਮਤ ਜਾਣਿਓ ਕਿ ਮੈਂ ਕੁਛ ਜਾਣਦਾ, ਅਸੀਂ ਕੁਝ ਨਹੀਂ ਜਾਣਦੇ, ਸਾਨੂੰ ਸਿਰਫ ਅਜੇ ਇੰਨਾ ਹੀ ਥੋਂ ਪਈ ਹੈ ਕਿ ਧਰਤੀ ਵਰਗੇ 4 ਪਲੈਨਟ ਹੋਰ ਨੇ, ਪਰ ਵਿਗਿਆਨੀ ਕਹਿੰਦੇ ਇਹ 400 ਕਰੋੜ ਨੇ ਅਤੇ ਉਹਨਾਂ ਵਿੱਚ ਕੀ ਹੈ ਪਤਾ ਹੀ ਨਹੀਂ।
ਤੇ ਇਹ ਇੱਕ ਬ੍ਰਹਿਮੰਡ ਆ, ਇਦਾਂ ਦੇ ਕਈ ਬ੍ਰਹਿਮੰਡ ਹੋਰ ਨੇ। ਸੋ ਇਹ ਦੁਨੀਆ ਵਿੱਚ ਜਦੋਂ ਇਹ ਗੱਲ ਸਮਝ ਆ ਗਈ ਕਿ ਮੇਰੀ ਵਡਿਆਈ, ਮੇਰੀ ਸ਼ੌਹਰਤ, ਮੇਰੇ ਗੁਣ ਇਹ ਇੱਥੇ ਰਹਿਣੇ ਨੇ, ਇਹਨਾਂ ਦੇ ਵਿੱਚੋਂ ਮੈਂ ਨਿਕਲ ਕੇ ਇੱਕ ਸੱਚ ਵੱਲ ਨੂੰ ਵਧਣਾ ਹੈ, ਤੇ ਫਿਰ ਦੁਨੀਆ ਉੱਤੇ ਲੜਾਈਆਂ ਖਤਮ ਹੋ ਜਾਣਗੀਆਂ, ਦਵੈਤ ਖਤਮ ਹੋਵੇਗੀ, ਈਰਖਾ ਖਤਮ ਹੋਵੇਗੀ, ਸਾਰਿਆਂ ਵਿੱਚ ਪਿਆਰ ਨਜ਼ਰ ਆਵੇਗਾ। ਅਗਲਾ ਖੰਡ ਇਹਨੂੰ ਹੋਰ ਸਪਸ਼ਟ ਕਰੇਗਾ। ਜਦੋਂ ਬੇਟਾ ਜੀ ਸੱਚ ਦੀ ਸੋਝੀ ਹੋ ਜਾਵੇ ਕਿ ਅਸੀਂ ਨਾਸ਼ਵਾਨ ਹਾਂ, ਮੇਰੀ 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 ਜ਼ਮੀਨ, ਮੇਰੀ ਜਾਇਦਾਦ, ਮੇਰੀ ਪਾਰਟੀ, ਮੇਰੀ ਮੇਰਾ ਧੜਾ, ਮੇਰੀ ਸਰਕਾਰ, ਇਹ ਤੋਂ ਤਾਂ ਉੱਠ ਖੜਾਂਗੇ ਨਾ। ਮਨੁੱਖ ਸੱਚ ਨੂੰ ਸਮਝ ਲਵੇਗਾ ਤਾਂ ਫਿਰ ਮਨੁੱਖ ਸ਼ਖਸੀਅਤ ਨੂੰ ਕਿਵੇਂ ਘੜਨਾ ਚਾਹੇਗਾ? ਚਾਰ ਮਨੁੱਖ ਵਜੋਂ ਜਦੋਂ ਮਨੁੱਖ ਨੂੰ ਪਤਾ ਲੱਗ ਗਿਆ ਇੱਥੇ ਕੁਝ ਵੀ ਰਹਿਣ ਵਾਲਾ ਨਹੀਂ, ਸੱਚ ਹੀ ਰਹਿਣ ਵਾਲਾ ਹੈ ਸੱਚ, ਤਾਂ ਫਿਰ ਮਨੁੱਖ ਸੱਚ ਕੀ ਹੈ? ਇੱਕ ਪਰਮਾਤਮਾ ਜਿਹਨੇ ਪੂਰੇ ਕਾਇਨਾਤ ਨੂੰ ਸਿਰਜਿਆ, ਅਤੇ ਮਨੁੱਖ ਚਾਹੇਗਾ ਮੈਂ ਉਸ ਪਰਮਾਤਮਾ ਦੇ ਨਜ਼ਦੀਕ ਹੋ ਕੇ ਆਪਣੇ ਆਚਰਣ ਨੂੰ ਸੱਚਾ ਕਰ ਲਵਾਂ, ਜਿਹਨੂੰ ਕਹਿ ਦਿੰਦੇ ਨੇ ਮਨੁੱਖ ਸੱਚਿਆਰ ਬਣਨ ਦੇ ਲਈ ਯਤਨਸ਼ੀਲ ਹੋ ਗਿਆ, ਮਿਹਨਤ ਕਰਨ ਦੇ ਲਈ, ਕੁਝ ਬਣਨ ਦੇ ਲਈ ਕੀ ਜ਼ਰੂਰੀ ਹੈ? ਰੂਟੀਨ। ਦੇਖੋ ਸਿੰਪਲ ਜੀ ਗੱਲ ਹੈ, ਤੁਸੀਂ ਚੰਗੇ ਦੌੜਾਕ ਬਣਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਪਵੇਗਾ? ਭੱਜਣਾ ਪਵੇਗਾ, ਪ੍ਰੈਕਟਿਸ ਕਰਨੀ ਪਵੇਗੀ। ਤੁਸੀਂ ਚੰਗੇ ਬੰਦੂਕ 'ਚ ਹੀ ਬਣਨਾ ਚਾਹੁੰਦੇ ਹੋ, ਤੁਹਾਨੂੰ ਹਰ ਰੋਜ਼ ਨਿਸ਼ਾਨੇਬਾਜ਼ੀ ਕਰਨੀ ਪਵੇਗੀ। ਤੁਸੀਂ ਚੰਗੇ ਵਿਦਵਾਨ ਬਣਨਾ ਚਾਹੁੰਦੇ ਹੋ ਤਾਂ ਹਰ ਰੋਜ਼ ਪੜ੍ਹਨਾ ਪਵੇਗਾ। ਤੁਸੀਂ ਜਿਸ ਤਰ੍ਹਾਂ ਦਾ ਬਣਨਾ ਚਾਹੁੰਦੇ ਹੋ ਤੁਹਾਨੂੰ ਉਸ ਤਰ੍ਹਾਂ ਦਾ ਅਭਿਆਸ ਹਰ ਰੋਜ਼ ਕਰਨਾ ਪਵੇਗਾ, ਰੂਟੀਨ ਡੇਲੀ ਕਰਨੀ ਪਵੇਗੀ। ਇਹਨੂੰ ਕਹਿੰਦੇ ਨੇ ਡੇਲੀ ਰੂਟੀਨ। ਨਿਤਿਨ ਦਾ ਮਤਲਬ ਕੀ ਹੈ? ਸਾਡੀ ਡੇਲੀ ਦੀ ਰੂਟੀਨ ਹੈ, ਜਿਵੇਂ ਇੱਕ ਅਥਲੀਟ ਭੱਜਦਾ ਆਪਣੀ ਪ੍ਰੈਕਟਿਸ ਕਰਦਾ, ਇੱਕ ਸੰਗੀਤਕਾਰ ਆਪਣੇ ਇੰਸਟਰੂਮੈਂਟ ਦੇ ਉੱਤੇ ਬੈਠ ਕੇ ਆਪਣੇ ਗਲੇ ਨੂੰ ਉਹਦੀਆਂ ਆਵਾਜ਼ਾਂ ਨਾਲ ਰਲਾਉਣ ਦਾ ਅਭਿਆਸ ਕਰਦਾ, ਇਸੇ ਤਰ੍ਹਾਂ ਜਿਹੜਾ ਮਨੁੱਖ ਸੁਚਿਆਰ ਬਣਨਾ ਚਾਹੁੰਦਾ ਉਹ ਆਪਣੇ ਅੰਦਰਲੇ ਸੱਚ ਨੂੰ ਸਦੀਵੀ ਸੱਚ ਦੇ ਨਾਲ ਮਿਲਾਉਣਾ ਚਾਹੁੰਦਾ ਹੈ। ਜਿੱਦਾਂ ਕਹਿੰਦੇ ਆ ਸਾਰੇਗਾ, ਆਪਣੀ ਆਵਾਜ਼ ਨੂੰ ਉਹ ਤਾਰ ਦੀ ਆਵਾਜ਼ ਨਾਲ ਜਾਂ ਕਿਸੇ ਇੰਸਟਰੂਮੈਂਟ ਦੀ ਆਵਾਜ਼ ਨਾਲ ਉਹ ਆਪਣੀ ਆਵਾਜ਼ ਨੂੰ ਮਿਲਾ ਰਿਹਾ ਹੈ, ਅਤੇ ਜਿਹਨੇ ਸੱਚ ਨਾਲ ਜੁੜਨਾ ਉਹ ਆਪਣੇ ਅੰਦਰਲੇ ਸੱਚ ਨੂੰ ਇੱਕ ਸਦੀਵੀ ਅਟਲ ਸੱਚਾਈ ਦੇ ਨਜ਼ਦੀਕ ਕਰਨ ਦਾ ਅਭਿਆਸ ਕਰਦਾ, ਉਹਨੂੰ ਨਿਤਨੇਮ ਕਹਿੰਦੇ ਨੇ। ਅਤੇ ਕਈ ਵਾਰੀ ਸਾਨੂੰ ਕਿਹਾ ਜਾਂਦਾ ਕਿ ਨਿਤਨੇਮ ਕਰੋ, ਜੇ ਨਿਤਨੇਮ ਨਹੀਂ ਕਰੋਗੇ ਤੁਹਾਡਾ ਆਹ ਨਹੀਂ ਹੋਊਗਾ, ਨੁਕਸਾਨ ਹੋ ਜਾਊਗਾ, ਨਿਤਨੇਮ ਕਰੋਗੇ ਤਾਂ ਆਹ ਹੋ ਜਾਊਗਾ। ਆਪਾਂ ਅੱਜ ਇਸ ਗੱਲ ਦਾ ਖੁਲਾਸਾ ਕਰਨਾ ਵੀ ਇਹਦਾ ਰਾਜ ਕੀ ਹੈ, ਸਾਡਾ ਨਿਤਨੇਮ ਕਿੱਥੋਂ ਸ਼ੁਰੂ ਹੁੰਦਾ ਹੈ। ਨਿਤਨੇਮ ਆਪਾਂ ਸਵੇਰੇ ਵੀ ਕੀਤਾ ਹੈ, ਅਤੇ ਬਹੁਤ ਸਾਰੇ ਬੱਚੇ ਰੋਜ਼ ਕਰਦੇ ਹੋਣਗੇ, ਕੁਝ ਨੇ ਅੱਜ ਹੀ ਕੀਤਾ ਹੋਵੇਗਾ। ਮੈਂ ਹੁਣ ਸੰਖੇਪ ਵਿੱਚ ਤੁਹਾਨੂੰ ਇੱਕ ਝਾਤ ਦੇਵਾਂਗਾ ਸਾਡੇ ਇਸ ਰੋਜ਼ ਦੇ ਅਭਿਆਸ ਦਾ। ਇਹ ਪਾਠ ਨਹੀਂ ਹੈ, ਇਹ ਪ੍ਰੈਕਟਿਸ ਹੈ। ਕੀ ਹੈ ਇਹ? ਨਿਤਨੇਮ ਕੀ ਹੈ? ਜਿਸ ਤਰ੍ਹਾਂ ਇੱਕ ਅਥਲੀਟ ਖੇਡ ਦੇ ਮੈਦਾਨ ਦੇ ਵਿੱਚ ਭੱਜਦਾ ਹੈ ਅਤੇ ਨਿਤਨੇਮ ਕਰਦੇ ਹਾਂ, ਅਸੀਂ ਕੀ ਕਰ ਰਹੇ ਹੁੰਦੇ ਹਾਂ? ਪ੍ਰੈਕਟਿਸ। ਕਾਹਦੀ ਪ੍ਰੈਕਟਿਸ ਕਰ ਰਹੇ ਹੁੰਦੇ ਹਾਂ? ਆਪਣੇ ਅੰਦਰਲੇ ਸੱਚ ਨੂੰ ਇੱਕ ਅਟਲ ਸੱਚਾਈ ਦੇ ਨਾਲ ਇੱਕ ਸੁਰ ਕਰ ਦੇਣ ਦੀ। ਇਹ ਗੱਲ ਸ਼ੁਰੂ ਹੁੰਦੀ ਹੈ ਮੂਲ ਮੰਤਰ ਤੋਂ। ਮੈਂ ਤੁਹਾਨੂੰ ਇੱਕ ਬਹੁਤ ਛੇਤੀ ਨਾਲ ਇੱਕ ਝਾਤ ਦੇਣੀ ਹੈ ਜੋ ਅਸੀਂ ਸਵੇਰੇ ਨਿਤਨੇਮ ਕਰਦੇ ਹਾਂ, ਕਿ ਤੁਸੀਂ ਉਹਦੇ ਵਿੱਚੋਂ ਇੱਕ ਸੰਦੇਸ਼ ਲੈ ਲੈਣਾ ਔਰ ਉਸ ਜਹਾਜ਼ ਦੇ ਉੱਤੇ ਚੜ੍ਹ ਕੇ ਤੁਸੀਂ ਇੱਕ ਫਲਾਈਟ ਲੈਣੀ ਹੈ ਮੇਰੇ ਨਾਲ ਨਾਲ, ਕਿ ਇਹ ਅਸੀਂ ਅਭਿਆਸ ਕਿਵੇਂ ਰੋਜ਼ ਕਰਨਾ ਹੈ। ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਇੱਕ ਗੇਮ ਹੈ, ਉਹ ਇੱਕ ਖੇਡ ਹੈ, ਉਹ ਇੱਕ ਪ੍ਰੈਕਟਿਸ ਹੈ, ਉਹ ਇੱਕ ਅਭਿਆਸ ਹੈ। ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਇੱਕ ਓਂਕਾਰ। ਇਹ ਕੀ ਹੈ? ਵਿਚਾਲੇ ਓਂ
ਇਹ ਬ੍ਰਹਮ ਵਾਸਤੇ ਸ਼ਬਦ ਬਹੁਤ ਲੰਮੇ ਸਮੇਂ ਤੋਂ ਵਰਤਿਆ ਆ ਰਿਹਾ ਸੀ ਅਤੇ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਅੱਗੇ ਅਤੇ ਪਿੱਛੇ ਦੋ ਫਿਗਰਸ ਲਗਾ ਦਿੱਤੀਆਂ। ਫਿਗਰਸ ਕੀ ਹੁੰਦੀਆਂ ਨੇ? ਹਿੰਸੇ, ਗਿਣਤੀ। ਗੁਰੂ ਸਾਹਿਬ ਨੇ ਔਂਗ ਦੇ ਅੱਗੇ ਅਤੇ ਪਿੱਛੇ ਦੋ ਗਿਣਤੀਆਂ ਲਗਾ ਦਿੱਤੀਆਂ। ਮੂਹਰੇ ਲਾ ਦਿੱਤਾ ਏਕਾ, ਮਤਲਬ ਵਨ, ਅਤੇ ਪਿੱਛੇ ਲਗਾ ਦਿੱਤਾ ਕਾਰ। ਕਾਰ ਪਤਾ ਕੀ ਹੁੰਦਾ? ਜਿਵੇਂ ਆਪਾਂ ਇੱਕ ਨੂੰ ਗੁਰਮੁਖੀ 'ਚ ਇੱਦਾਂ ਲਿਖਦੇ ਹਾਂ, ਫਾਈਵ ਨੂੰ ਇਸ ਤਰ੍ਹਾਂ ਲਿਖਦੇ ਹਾਂ, ਇਨਫਿਨਿਟੀ ਸਾਈਨ ਹੁੰਦਾ ਨਾ ਇੱਕ, ਇਨਫਿਨਿਟੀ ਮੈਥਮੈਟਿਕਸ ਦੇ ਵਿੱਚ ਇਨਫਿਨਿਟੀ ਗੁਰਮੁਖੀ 'ਚ ਕਿਵੇਂ ਲਿਖਿਆ ਜਾਂਦਾ? ਇੱਦਾਂ। ਮੂਹਰੇ ਗੁਰੂ ਸਾਹਿਬ ਨੇ ਏਕਾ ਲਾ ਤਾ, ਇੱਥੋਂ ਗੱਲ ਸ਼ੁਰੂ ਹੋਈ ਸੀ, ਅਤੇ ਪਿੱਛੇ ਕੀ ਲਾ ਤਾ? ਜਿੱਥੇ ਗੱਲ ਮੁੱਕਣੀ ਹੈ, ਮਤਲਬ ਕਿ ਮੁੱਕਣੀ ਹੋਈ ਨਹੀਂ। ਇਹ ਗਿਣਤੀ ਦੇ ਦੋ ਫਿਗਰਸ ਨੇ, ਏਕੇ ਤੋਂ ਗੱਲ ਸ਼ੁਰੂ ਹੁੰਦੀ ਹੈ ਅਤੇ ਇਨਫਿਨਿਟੀ 'ਤੇ ਜਾਂਦੀ ਹੈ। ਉਹ ਪਰਮਾਤਮਾ ਦੇ ਨਾਮ ਅੱਗੇ ਜਿਹਨੂੰ ਲੋਕ ਓਮ ਕਹਿੰਦੇ ਸੀ, ਉਹਦੇ ਮੂਹਰੇ ਲਾ ਦਿੱਤਾ ਏਕਾ, ਕਿ ਉਹ ਬੰਦੇ ਉਹ ਲੜਿਓ ਨਾ, ਰੱਬ ਇੱਕ ਹੀ ਹੈ, ਦੋ ਨਹੀਂ ਹੈ। ਤੁਹਾਡੀਆਂ ਅੱਖਾਂ ਨੂੰ ਦੋ ਦਿਖਦੇ ਹੋਣਗੇ, ਪਰ ਉਹ ਰੱਬ ਤੁਹਾਨੂੰ ਚਾਰ ਪੰਜ ਛੇ ਸੱਤ ਵੀ ਦਿਸਦੇ ਹੋਣਗੇ, ਪਰ ਰੱਬ ਇੱਕ ਹੀ ਹੈ। ਅਤੇ ਅੱਗੇ ਕਾਰ ਬੇਅੰਤ ਹੈ। ਹੁਣੇ ਆਪਾਂ ਉਹ ਸੀਨ ਦੇਖ ਕੇ ਆਏ ਨਾ ਬ੍ਰਹਿਮੰਡ ਦਾ, ਉਹ ਐਡਾ ਖਿਲਾਰਾ ਨਾ, ਇਹ ਸਾਰੇ ਖਿਲਾਰੇ ਦੇ ਵਿੱਚ ਕਾਰ ਦਾ ਮਤਲਬ ਇਹ ਵੀ ਹੁੰਦਾ ਇੱਕ ਰਸ, ਇੱਕ ਟੱਕ, ਲਗਾਤਾਰ ਵਿਆਪਕ। ਜਿਹੜੇ ਬੱਚੇ ਖੇਤੀਬਾੜੀ ਪਰਿਵਾਰ ਕਰਦੇ ਹੋਣਗੇ, ਪਿੰਡਾਂ 'ਚ ਹੋਣਗੇ, ਅਕਸਰ ਕਿਸਾਨ ਕਹਿੰਦਾ ਮੇਰੀਆਂ ਆਹ 10 ਪੈਲੀਆਂ ਇੱਕੋ ਟੱਕ ਹੈ, ਕਹਿੰਦਾ ਨਾ ਮੇਰੀ ਪੈਲੀ ਇੱਕ ਟੱਕ ਹੈ, ਵੀ ਲਗਾਤਾਰ ਹੈ। ਇੱਕ ਟੱਕ ਮਤਲਬ ਲਗਾਤਾਰ ਨਿਰਵਿਘਨ, ਕਾਰ ਮਤਲਬ ਲਗਾਤਾਰ ਨਿਰਵਿਘਨ ਅਤੇ ਬੇਅੰਤ। ਪਰਮਾਤਮਾ ਬੇਅੰਤ ਹੈ ਔਰ ਲਗਾਤਾਰ ਨਿਰਵਿਘਨ। ਜਿਹੜਾ ਮੈਂ ਤੁਹਾਨੂੰ ਪਹਿਲਾਂ ਉਹ ਬ੍ਰਹਿਮੰਡ ਦਿਖਾਇਆ ਨਾ ਆਪਾਂ ਸਕਰੀਨ 'ਤੇ ਦੇਖਿਆ, ਉਹ ਸਾਰੇ ਬ੍ਰਹਿਮੰਡ ਵਿੱਚ ਪਰਮਾਤਮਾ ਆਪ ਰਚਿਆ ਹੋਇਆ ਹੈ। ਜਦੋਂ ਹੁਣ ਸਵੇਰੇ ਕਰੋਗੇ ਨਾ ਮੂਲ ਮੰਤਰ ਪੜ੍ਹੋਗੇ, ਇਹਨੂੰ ਸਿਰਫ ਇਹ ਨਹੀਂ ਕਹਿਣਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਇਹਨੂੰ ਸਹਿਜ ਨਾਲ ਆਪਾਂ ਸਵੇਰੇ ਸਿਮਰਨ ਅਭਿਆਸ ਕਰਾਂਗੇ ਨਾ, ਆਪਣੇ ਦਿਲ ਦਿਮਾਗ ਮਨੋਵਿਰਤੀਆਂ 'ਚ ਉਹ ਬ੍ਰਹਿਮੰਡ ਦਾ ਜਿਤਨਾ ਖਿਲਾਰਾ ਅਸੀਂ ਸਕਰੀਨ 'ਤੇ ਦੇਖਿਆ ਹੈ, ਉਹ ਸਾਰੇ ਖਿਲਾਰੇ ਨੂੰ ਅਨੁਭਵ ਕਰਨਾ ਔਰ ਇਹ ਆਪਣੇ ਅੰਦਰ ਇਹ ਤਰੰਗਾਂ ਕੱਢਣੀਆਂ ਨੇ ਕਿ ਪਰਮਾਤਮਾ ਇਹ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਵਿਆਪਕ ਹੈ। ਇੱਕ ਬੇਅੰਤ ਪਰਮਾਤਮਾ ਜੋ ਇੱਕ ਰਸ ਵਿਆਪਕ ਹੈ, ਇਹ ਹੈ ਇੱਕ ਓਂਕਾਰ। ਅੱਗੇ ਸਤਨਾਮ, ਭੁਲੇਖਾ ਨਹੀਂ ਕਰਨਾ, ਸੱਚ ਹੈ, ਉਹ ਸਦਾ ਸੱਚ ਹੈ, ਸਾਰੀ ਕਾਇਨਾਤ ਵਿੱਚ ਹੈ। ਕਰਤਾ ਉਹ ਸਤਨਾਮ ਹੈ, ਸੱਚਾ ਹੈ, ਉਹਦਾ ਨਾਮ ਹੋਂਦ ਵਾਲਾ ਹੈ ਔਰ ਕਾਇਨਾਤ 'ਤੇ ਜੋ ਵੀ ਹੋ ਰਿਹਾ ਨਾ ਉਹ ਆਪ ਕਰ ਰਿਹਾ। ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ, ਕਿਉਂਕਿ ਸਾਰੇ ਸਿਆਣੇ ਬੱਚੇ ਹੋ, ਨਿੱਕੇ ਨਿੱਕੇ ਬੱਚਿਆਂ ਬਾਰੇ ਜਾਣਦੇ ਹੋ, ਜਿਹੜੇ ਨਿੱਕੀਆਂ ਨਿੱਕੀਆਂ ਉਮਰਾਂ 'ਚ ਸੂਬਾ ਸਰਹੰਦ ਦੇ ਨੀਹਾਂ ਵਿੱਚ ਚੁਣ ਦਿੱਤੇ ਸਨ। ਕੀ ਨਾਮ ਸੀ ਉਹਨਾਂ ਦਾ? ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਮੇਰਾ ਖਿਆਲ ਜਿੰਨੇ ਇੱਥੇ ਬੱਚੇ ਬੈਠੇ ਨੇ ਉਹਨਾਂ ਸਾਰਿਆਂ ਤੋਂ ਛੋਟੀ ਉਮਰ ਦੇ ਹੋਣਗੇ ਉਹ, ਇਤਿਹਾਸਕਾਰ 7 ਸਾਲ 9 ਸਾਲ ਦੀ ਉਮਰ ਦੇ ਆਸ ਪਾਸ ਦੱਸਦੇ ਨੇ। ਤੁਹਾਡੇ ਸਾਰੇ ਬੱਚੇ 9 ਸਾਲ ਤੋਂ ਵੱਧ ਉਮਰ ਦੇ ਨੇ। ਹੁਣ ਇੱਕ ਗੱਲ ਇੱਥੇ ਕਰਤਾ ਦੇ ਨਾਲ ਸੰਬੰਧ ਹੈ, ਕਰਤਾ ਦੇ ਨਾਲ। ਜਾਂ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਖੜ੍ਹੇ ਸਨ ਅਤੇ ਸੂਬਾ ਸਰਹੰਦ ਉਹਨਾਂ ਨੂੰ ਡਰਾ ਰਿਹਾ ਸੀ ਨਾ,
ਲਾਲਚ ਵੀ ਦੇ ਰਿਹਾ ਸੀ। ਹੁਣ ਤੁਸੀਂ ਵੀ ਬੱਚੇ ਹੋ, ਤੁਸੀਂ ਕਈ ਵਾਰੀ ਘਰ ਵਿਚਰ ਜਾਂਦੇ ਹੋਵੋਗੇ ਅਤੇ ਮੰਮੀ ਪਾਪਾ ਤੁਹਾਨੂੰ ਕੁਛ ਦੇ ਕੇ ਮਨਾ ਲੈਂਦੇ ਹੋਣਗੇ। ਕਿਉਂ ਬਈ, ਜੇ ਨਾ ਮੰਨੋ ਫਿਰ ਫਿਰ ਕਿਵੇਂ ਮਨਾਉਂਦੇ ਆ? ਥੱਪੜ ਦੇ ਕੇ, ਹੈ ਨਾ, ਝੱਟ ਮੰਨ ਜਾਈਦਾ। ਅਤੇ ਬਾਦਸ਼ਾਹ ਦੇ ਵਾਸਤੇ ਮਨਾਉਣਾ ਤਾਂ ਬਾਈ ਬੜੇ ਆਰਾਮ ਦੀ ਖੇਡ ਹੈ, ਮੈਂ ਕਿਹਾ ਸਾਨੂੰ ਅਤੇ ਤੁਹਾਨੂੰ। ਪਰ ਉਹਨਾਂ ਬੱਚਿਆਂ ਵੱਲ ਦੇਖੋ, ਉਹ ਲਾਲਚ ਵੀ ਦੇ ਹਟਿਆ, ਮੌਤ ਦੇ ਭਾਅ ਵੀ ਦੇ ਹਟਿਆ, ਪਰ ਬੱਚੇ ਕਿਉਂ ਨਹੀਂ ਡਰੇ? ਕਿਉਂ ਨਹੀਂ ਡਰੇ? ਇਹ ਅਨੁਭਵ ਦੀ ਖੇਡ ਹੈ ਬੇਟਾ ਜੀ। ਬੱਚਿਆਂ ਨੇ ਅਨੁਭਵ ਕਰ ਲਿਆ ਸੀ ਕਿ ਪਰਮਾਤਮਾ ਹੀ ਕਰਤਾ ਪੁਰਖ ਹੈ। ਇਹ ਸੂਬੇ ਸਰਹੰਦ ਵਿੱਚ ਵੀ ਰੱਬ ਬੋਲਦਾ, ਸਾਡੇ ਵਿੱਚ ਵੀ ਰੱਬ ਹੈ। ਗੱਲ ਖਤਮ ਹੋ ਗਈ ਬੇਟਾ ਜੀ। ਇਹ ਅਵਸਥਾ ਪੈਦਾ ਕਰਦੀ ਆ ਅਗਲਾ ਗੁਣ ਨਿਰਭਉ। ਜਦੋਂ ਮਨੁੱਖ ਨੂੰ ਯਕੀਨ ਹੋ ਜਾਵੇ ਨਾ ਕਿ ਰੱਬ ਹੀ ਸਭ ਕੁਝ ਕਰ ਰਿਹਾ, ਮਾੜਾ ਕੰਮ ਵੀ ਉਹ ਕਰ ਰਿਹਾ, ਮਾੜੇ ਬੰਦੇ ਵਿੱਚ ਵੀ ਉਹ ਹੈ, ਚੰਗੇ ਵਿੱਚ ਵੀ ਹੈ, ਇਹ ਉਹਦੀ ਖੇਡ ਹੈ, ਅਤੇ ਮਨੁੱਖ ਨੂੰ ਫਿਰ ਕੋਈ ਡਰ ਨਹੀਂ ਰਹਿੰਦਾ। ਕਰਤਾ ਪੁਰਖ, ਅਸੀਂ ਜਦੋਂ ਉਹਨੂੰ ਪੜ੍ਹਨਾ, ਆਪਣੇ ਹਿਰਦੇ ਵਿੱਚ ਲੈ ਕੇ ਆਉਣੀ ਹੈ ਇਹ ਗੱਲ ਕਿ ਸਭ ਕੁਝ ਰੱਬ ਕਰ ਰਿਹਾ। ਜੇ ਸਾਨੂੰ ਲੱਗਦਾ ਕਿ ਅੱਜ ਸਮੇਂ ਦਾ ਬਾਦਸ਼ਾਹ ਜਾਂ ਕੱਲ੍ਹ ਦੇ ਸਮੇਂ ਦਾ ਬਾਦਸ਼ਾਹ ਗਲਤ ਕਰ ਰਿਹਾ ਸੀ ਜਾਂ ਗਲਤ ਕਰ ਰਿਹਾ, ਉਹ ਰੱਬ ਹੀ ਕਰ ਰਿਹਾ। ਉਹ ਗਲਤ ਨੇ ਆਪਣੇ ਜੋਬਨ 'ਤੇ ਜਾ ਕੇ ਆਪ ਹੀ ਮਰ ਜਾਣਾ, ਇਹ ਰੱਬ ਦੀ ਖੇਡ ਹੀ ਹੁੰਦੀ ਹੈ। ਉਹ ਨਿੱਕੇ ਨਿੱਕੇ ਬੱਚੇ ਡਰੇ ਨਹੀਂ, ਕਿਉਂਕਿ ਉਹ ਜਾਣਦੇ ਸਨ ਕਿ ਇਹ ਜੋ ਬੁਰਿਆਈ ਹੈ ਸਾਨੂੰ ਕਤਲ ਕਰਨਾ ਚਾਹੁੰਦੀ ਹੈ, ਅਸਲ ਵਿੱਚ ਬੁਰਿਆਈ ਆਪਣੇ ਜੋਬਨ 'ਤੇ ਜਾ ਕੇ ਮਰ ਰਹੀ ਹੈ, ਜੋਬਨ 'ਤੇ ਜਾ ਕੇ ਮਰਦੀ ਹੈ। ਅਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਇਹ ਪਤਾ ਸੀ ਕਿ ਜੇ ਸਾਡੀਆਂ ਸ਼ਹਾਦਤਾਂ ਹੋਣਗੀਆਂ, ਇਹ ਬੁਰਿਆਈ ਹੋਰ ਵਧੇਗੀ, ਜੋਬਨ 'ਤੇ ਆਵੇਗੀ। ਅਤੇ ਜਦੋਂ ਜੋਬਨ 'ਤੇ ਆਉਂਦੀ ਹੈ, ਫਿਰ ਸੱਚ ਜਿਹੜੀ ਨੇਕੀ ਹੈ ਉਹ ਬਦੀ ਦਾ ਖਾਤਮਾ ਕਰ ਦਿੰਦੀ ਹੈ। ਅਤੇ ਅਸੀਂ ਤਾਂ ਇੱਕ ਸੇਵਾ ਕਰ ਰਹੇ ਹਾਂ, ਬਦੀ ਹੁਣ ਵਧਣਾ ਚਾਹੁੰਦੀ ਹੈ, ਸਾਡੇ ਸਿਰਾਂ ਉੱਤੇ ਉਹ ਵਧੇਗੀ, ਅਤੇ ਫਿਰ ਸੱਚ ਦਾ ਨਗਾਰਾ ਵੱਜੇਗਾ, ਨੇਕੀ ਫੁੱਲੇਗੀ ਅਤੇ ਬਦੀ ਖਤਮ ਹੋ ਜਾਵੇਗੀ। ਇਹ ਇੱਕ ਸਮਝ ਹੈ ਬੇਟਾ ਜੀ, ਅਸੀਂ ਇਹ ਸਮਝ ਆਪਣੇ ਵਿੱਚ ਪੈਦਾ ਕਰਨੀ ਹੈ। ਜਿਵੇਂ ਜਿਵੇਂ ਇਹ ਸਮਝ ਪੈਦਾ ਹੁੰਦੀ ਗਈ, ਸਾਨੂੰ ਕੋਈ ਡਰ ਨਹੀਂ ਰਹੇਗਾ, ਅਸੀਂ ਨਿਰਭਉ ਹੋ ਜਾਵਾਂਗੇ। ਜਦੋਂ ਸਾਨੂੰ ਕੋਈ ਡਰ ਨਾ ਰਿਹਾ, ਤਾਂ ਅਸੀਂ ਦੁਨੀਆ ਦੇ ਬਾਦਸ਼ਾਹ ਬਣ ਜਾਵਾਂਗੇ, ਤੁਸੀਂ ਕੁਝ ਵੀ ਕਰ ਸਕਦੇ ਹੋ, ਅਤੇ ਫਿਰ ਤੁਸੀਂ ਨਿਰਵੈਰ ਵੀ ਨਾਲ ਹੋਵੋਗੇ, ਨਿਰਭਉ ਵੀ ਹੋਵੋਗੇ, ਕਿਸੇ ਉੱਤੇ ਜ਼ੁਲਮ ਵੀ ਨਹੀਂ ਕਰੋਗੇ, ਨਿਰਵੈਰ ਵੀ ਹੋਵੋਗੇ। ਅਤੇ ਫਿਰ ਜਿਹੜੇ ਪਰਮਾਤਮਾ ਨੂੰ ਅਸੀਂ ਧਿਆ ਰਹੇ ਹਾਂ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਉਹ ਸਮੇਂ ਤੋਂ ਰਹਿਤ ਹੈ। ਸਾਡੀ ਕਿਸੇ ਆਪਣੇ ਇਲਾਕੇ ਦੇ MLA ਨਾਲ ਵਾਕਫੀਅਤ ਹੋਵੇ, ਅਸੀਂ ਆਪਣੇ ਆਪ ਨੂੰ ਬਹੁਤ ਸਿਕਿਓਰ ਜਿਹਾ ਸਮਝਦੇ ਹਾਂ ਵੀ ਸਾਨੂੰ ਤਾਂ ਮੰਤਰੀ ਜਾਣਦਾ, ਸਾਨੂੰ ਤਾਂ MP ਜਾਣਦਾ, ਹੁੰਦਾ ਨਾ, ਸਾਨੂੰ ਤਾਂ ਪੁਲਿਸ ਦਾ ਅਫਸਰ ਜਾਣਦਾ, ਅਸੀਂ ਥੋੜ੍ਹੇ ਆਪਣੇ ਆਪ ਨੂੰ ਸਿਕਿਓਰ ਸਮਝਣਾ ਸ਼ੁਰੂ ਕਰ ਲੈਂਦੇ ਹਾਂ। ਅਤੇ ਕਈ ਵਾਰੀ ਉਹ ਸਿਕਿਓਰਿਟੀ ਵਿੱਚ ਅਸੀਂ ਬਹੁਤੀ ਫੁਕਰੀ ਵੀ ਮਾਰਦੇ ਹਾਂ, ਗਲਤੀਆਂ ਵੀ ਕਰਦੇ ਹਾਂ। ਅਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਜਿਹੜੇ ਦੁਨਿਆਵੀ ਲੋਕ ਨੇ ਨਾ, ਇਹ ਤਾਕਤਾਂ, ਸਮੇਂ ਦੀਆਂ ਸਰਕਾਰਾਂ, ਸਮੇਂ ਦੀਆਂ ਪਾਵਰਾਂ, ਇਹ ਅੱਜ ਹਨ ਅਤੇ ਕੱਲ੍ਹ ਨਹੀਂ ਹੋਣਗੀਆਂ। ਕਿੱਡੇ ਕਿੱਡੇ ਦੁਨੀਆਂ 'ਤੇ ਬਾਦਸ਼ਾਹ ਆਏ, ਹਿਟਲਰ, ਨੈਪੋਲੀਅਨ ਵਰਗੇ, ਕਿਤੇ ਨਾਮੋ ਨਿਸ਼ਾਨ ਵੀ ਨਹੀਂ। ਅਤੇ ਪਰ ਇਹ ਵਾਲੀ ਤਾਕਤ, ਇਹ ਸਮੇਂ ਤੋਂ ਰਹਿਤ ਹੈ, ਜਿਹੜੀ ਤਾਕਤ ਨੂੰ ਅਸੀਂ ਸਿਮਰਨ ਕਰਦੇ ਹਾਂ ਨਾ, ਇਹਨੇ ਕਦੀ ਨਹੀਂ ਖਤਮ ਹੋਣਾ। ਅਕਾਲ ਮੌਤ ਤੋਂ ਰਹਿਤ ਆ ਉਹਦੀ ਮੂਰਤੀ, ਅਸੀਂ ਉਸ ਤਾਕਤ ਨੂੰ ਧਿਆਉਂਦੇ ਹਾਂ, ਉਸ ਤਾਕਤ ਨਾਲ ਆਪਣੇ ਆਪ ਨੂੰ ਅਟੈਚ ਕਰਦੇ ਹਾਂ, ਉਸ ਸੁਪਰੀਮ ਪਾਵਰ ਨਾਲ ਆਪਣੇ ਆਪ ਨੂੰ ਅਟੈਚ ਕਰਦੇ ਹਾਂ, ਜਿਹੜੀ ਕਦੀ ਖਤਮ ਹੋਣ ਵਾਲੀ ਨਹੀਂ ਹੈ, ਅਸੀਂ ਉਹਦੇ ਨਾਲ ਜੁੜਨਾ ਹੈ।
ਤੇ ਇਹ ਤਾਕਤ ਮਨੁੱਖਾ ਰੂਪ ਧਾਰ ਕੇ ਜਗਤ 'ਤੇ ਨਹੀਂ ਆਉਂਦੀ, ਅਜੂਨੀ ਹੈ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਰੱਬ ਜੂਨ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ 'ਚ ਬਹੁਤ ਥਾਵਾਂ 'ਤੇ ਨਗਾਰੇ ਦੇ ਚੋਟ ਲਾ ਕੇ ਗੱਲ ਕਹੀ ਹੈ ਕਿ ਰੱਬ ਮਾਨ ਦੀ ਕੁੱਖ ਵਿੱਚੋਂ ਜਨਮ ਨਹੀਂ ਲੈਂਦਾ। ਜਿਨ੍ਹਾਂ ਨੇ ਵੀ ਜਨਮ ਲਿਆ ਉਹ ਰੱਬ ਨਹੀਂ ਹਨ, ਕਿਉਂਕਿ ਰੱਬ ਤਾਂ ਮਾਨ ਦੀ ਕੁੱਖ ਵਿੱਚ ਆਉਂਦਾ ਹੀ ਨਹੀਂ, ਅਜੂਨੀ ਹੈ, ਆਪਣੇ ਆਪ ਤੋਂ ਪੈਦਾ ਹੋਇਆ। ਸੈਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਉਹਦਾ, ਉਹਨੇ ਆਪਣੇ ਆਪ ਨੂੰ ਆਪ ਪ੍ਰਕਾਸ਼ਮਾਨ ਕੀਤਾ ਹੈ। ਅਤੇ ਉਹਦੀ ਸਮਝ ਕਿਵੇਂ ਆਉਂਦੀ ਹੈ? ਗੁਰ ਪ੍ਰਸਾਦ। ਕਿਵੇਂ ਸਮਝ ਆਉਂਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਮਿਹਰ ਨਾਲ, ਨਦਰ ਨਾਲ। ਇੱਕ ਚੰਗੇ ਉਸਤਾਦ ਦੀ ਪਕੜ ਹੋਵੇ ਤਾਂ ਉਹ ਇਹ ਗੱਲ ਸਮਝਾ ਦਿੰਦਾ ਹੈ, ਅਤੇ ਇਹ ਗੱਲ ਸਮਝਾਈ ਹੈ ਗੁਰੂ ਨਾਨਕ ਪਾਤਸ਼ਾਹ ਨੇ। ਜਦੋਂ ਕੋਈ ਟੀਚਰ ਬਹੁਤ ਵਧੀਆ ਸਾਨੂੰ ਕਲਾਸ ਦੇ ਵਿੱਚ ਕੋਈ ਕੰਸੈਪਟ ਕਲੀਅਰ ਕਰਾਉਂਦਾ ਹੈ, ਕੋਈ ਟੀਚਰ ਮੈਥਮੈਟਿਕਸ ਬਹੁਤ ਪੜ੍ਹਾਉਂਦਾ ਹੈ, ਤਾਂ ਤੁਸੀਂ ਸਿਆਣੇ ਬੱਚੇ ਆਪਸ 'ਚ ਗੱਲਾਂ ਕਰਦੇ ਹੋ, ਯਾਰ ਉਹ ਟੀਚਰ ਤਾਂ ਕਮਾਲ ਦਾ ਟੀਚਰ ਹੈ, ਕਹਿੰਦੇ ਹੋ ਨਾ, ਐਂ ਫੰਡਾ ਐਂ ਕਲੀਅਰ ਕਰ ਦਿੰਦਾ ਹੈ। ਅੱਜ ਕੱਲ੍ਹ ਬੱਚਿਆਂ ਨੇ ਕੰਪਿਊਟਰ ਐਗਜ਼ਾਮ ਦੇਣੇ ਹੁੰਦੇ ਨੇ, ਜਿਹੜੇ ਚੰਗੇ ਅਧਿਆਪਕ ਹੁੰਦੇ ਨੇ ਉਹਨਾਂ ਕੋਲ, ਮੈਨੂੰ ਪਤਾ ਲੁਧਿਆਣੇ ਵਿੱਚ ਰਾਤ ਨੂੰ ਸੌਣ ਨੂੰ ਵੀ ਵਕਤ ਨਹੀਂ। ਬੱਚੇ ਕਹਿੰਦੇ ਸਰ ਸਾਨੂੰ ਵੀ ਪੜ੍ਹਾਓ, ਆਹ ਲਓ ਪੈਸਿਆਂ ਦਾ ਢੇਰ ਰੱਖਤਾ ਤੁਹਾਡੇ ਕੋਲ, ਸਾਨੂੰ ਵੀ ਟਾਈਮ ਦਿਓ, ਸਾਨੂੰ ਵੀ ਟਾਈਮ ਦਿਓ, ਸਾਨੂੰ ਵੀ ਟਾਈਮ ਦਿਓ। ਉਹ ਤਿੰਨ ਤਿੰਨ ਚਾਰ ਚਾਰ ਘੰਟੇ ਸੌਂਦੇ ਨੇ ਅਤੇ ਬਹੁਤ ਪੜ੍ਹਾਉਂਦੇ ਨੇ, ਪੈਸਾ ਕਮਾਉਂਦੇ ਨੇ ਅਸਲ ਵਿੱਚ ਉਹ, ਉਹਨਾਂ ਕੋਲ ਇੱਕ ਗੁਣ ਹੈ, ਪੈਸੇ ਲੈ ਰਹੇ ਨੇ, ਵਿੱਦਿਆ ਵੇਚ ਰਹੇ ਨੇ। ਅਤੇ ਅਸੀਂ ਕਹਿੰਦੇ ਹਾਂ ਟੀਚਰ ਵਾਹ ਬਈ ਵਾਹ, ਟੀਚਰ ਵਾਹ, ਟੀਚਰ ਬਹੁਤ ਸੋਹਣਾ ਹੈ। ਅਤੇ ਹੁਣ ਜਿਹੜੇ ਗੁਰੂ ਨੇ ਐਡੀ ਵੱਡੀ ਗੱਲ ਦੱਸ ਦਿੱਤੀ ਜਿਹੜੀ ਵਿਗਿਆਨੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗੀ, ਅਤੇ ਫਿਰ ਉਸ ਗੁਰੂ ਨੂੰ ਵਾਹ ਕਹਿਣਾ ਬਣਦਾ ਕਿ ਨਹੀਂ? ਦੱਸੋ ਵੀ ਬਣਦਾ ਕਿ ਨਹੀਂ? ਅਤੇ ਫਿਰ ਇਸ ਕਰਕੇ ਆਪਾਂ ਕੀ ਕਹਿੰਦੇ ਹਾਂ? ਵਾਹ। ਕੀ ਕਹਿੰਦੇ ਹਾਂ? ਉੱਚੀ ਬੋਲੋ ਦੱਬ ਕੇ। ਕੀ ਕਹਿੰਦੇ ਹਾਂ? ਕੀ ਕਹਿੰਦੇ ਹਾਂ? ਕੀ ਕਹਿੰਦੇ ਹਾਂ? ਕੀ ਕਹਿੰਦੇ ਆ? ਸ਼ਾਬਾਸ਼। ਦੇਖੋ ਗੱਲ ਮੈਂ ਇੱਕ ਵਾਰੀ ਫੇਰ ਦੁਹਰਾ ਦਵਾਂ ਅੰਡਰਲਾਈਨ ਕਰਕੇ। ਵਿਗਿਆਨੀਆਂ ਨੂੰ ਅੱਜ ਪਤਾ ਲੱਗਿਆ 21ਵੀਂ ਸਦੀ 'ਚ ਆ ਕੇ ਕਿ ਕਰੋੜਾਂ ਤਾਰੇ ਨੇ, 400 ਕਰੋੜ ਧਰਤੀ ਵਰਗੇ ਗ੍ਰਹਿ ਹੋ ਸਕਦੇ ਨੇ। ਅਤੇ ਸਾਹਿਬ ਨੇ 15ਵੀਂ ਸਦੀ ਵਿੱਚ ਇਹ ਬੱਲਬ ਜਗਾਇਆ, ਕਹਿੰਦੇ ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼, ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਬਾਬਾ ਜੀ ਕਹਿੰਦੇ ਤੁਹਾਡੇ ਕੋਲ ਅੱਖਰ ਨਹੀਂ ਰਹਿਣਗੇ। ਦੇਖੋ ਕਿੱਡਾ ਵੱਡਾ ਅਧਿਆਪਕ ਹੈ। ਗੱਲ ਧਰਮ ਦੀ ਨਹੀਂ ਵਿਦਿਆਰਥੀਓ, ਇਹ ਗੱਲ ਨੋਟ ਕਰ ਲਓ ਆਪਣੀਆਂ ਡਾਇਰੀਆਂ ਦੇ ਉੱਤੇ। ਗੁਰੂ ਨਾਨਕ ਸਾਹਿਬ ਨੂੰ ਅਸੀਂ ਜਦੋਂ ਧਰਮ ਨਾਲ ਜੋੜ ਲੈਂਦੇ ਹਾਂ ਨਾ, ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਛੋਟਿਆਂ ਕਰ ਦਿੰਦੇ ਹਾਂ। ਲੋਕ ਇੱਦਾਂ ਵੇਖਦੇ ਨੇ ਇਹ ਵੀ ਕੋਈ ਦੂਜਿਆਂ ਵਾਂਗੂ ਇੱਕ ਧਰਮ ਹੈ। ਨਹੀਂ, ਗੁਰੂ ਨਾਨਕ ਸਾਹਿਬ ਰਾਬਰ ਨੇ ਸੱਚ ਦੀ ਗੱਲ ਕਰਦੇ ਨੇ। ਹਿੰਦੂ ਨੂੰ ਵੀ ਪਿਆਰ ਕਰਦੇ ਨੇ, ਮੁਸਲਮਾਨ ਨੂੰ ਵੀ ਪਿਆਰ ਕਰਦੇ ਨੇ, ਫਕੀਰ ਨੂੰ ਵੀ ਪਿਆਰ ਕਰਦੇ ਨੇ, ਹਰ ਇੱਕ ਨੂੰ ਪਿਆਰ ਕਰਦੇ ਨੇ, ਕਲਾਵੇ ਨਾਲ ਲਾਉਂਦੇ ਨੇ, ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਨੇ, ਔਰ ਸੱਚ ਦੀਆਂ ਗੱਲਾਂ ਦੇ ਪੜ੍ਹਦੇ ਹੌਲੀ 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 ਉਦੋਂ ਚੱਕ ਰਹੇ ਨੇ ਜਦੋਂ ਮਨੁੱਖ ਨੇ ਅਜੇ ਸਿਆਹੀ ਦੀ ਦਵਾਤ ਵੀ ਨਹੀਂ ਸੀ ਬਣਾਈ ਜਿਹਦੇ ਵਿੱਚ ਸਿਆਹੀ ਘੋਲ ਕੇ ਪਾ ਲਵੇ। ਮਨੁੱਖ ਨੂੰ ਅਜੇ ਸਿਆਹੀ ਬਣਾਉਣ ਦੀ ਸਮਝ ਨਹੀਂ ਸੀ ਆਈ।
ਅਤੇ ਗੁਰੂ ਨਾਨਕ ਸਾਹਿਬ ਨੇ ਉਦੋਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਬ੍ਰਹਿਮੰਡ ਐਡਾ ਵੱਡਾ ਹੈ। ਸੋ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਐਡੇ ਗਿਆਨ ਦੇ ਮਾਲਕ ਨੇ, ਇੰਨੇ ਚੰਗੇ ਅਧਿਆਪਕ ਨੇ, ਅਸੀਂ ਗੁਰੂ ਸਾਹਿਬ ਨੂੰ ਹਰ ਰੋਜ਼ ਪਿਆਰ ਦੇ ਨਾਲ ਹਿਰਦੇ ਵਿੱਚੋਂ ਕੀ ਕਹਿ ਕੇ ਯਾਦ ਕਰਦੇ ਹਾਂ, ਕੀ ਆਖਦੇ ਹਾਂ। ਹੁਣ ਜਦ ਅਸੀਂ ਅੱਜ ਤੋਂ ਬਾਅਦ ਇਹ ਸੈਸ਼ਨ ਤੋਂ ਬਾਅਦ ਵਾਹਿਗੁਰੂ ਆਖਾਂਗੇ ਤੇ ਸਾਡੇ ਵਾਹਿਗੁਰੂ ਆਖਣ ਦਾ ਨਜ਼ਰੀਆ ਹੋਰ ਹੋਵੇਗਾ। ਅਸੀਂ ਇਹ ਦੇਖ ਕੇ ਕਹਾਂਗੇ ਐਡਾ ਵੱਡਾ ਗਿਆਨ ਦੇਣ ਵਾਲਾ, ਅਸਲ ਵਿੱਚ ਹੁਣ ਅਸੀਂ ਕਹਾਂਗੇ ਨਹੀਂ, ਆਪਣੇ ਆਪ ਨਿਕਲੇਗਾ। ਜਦੋਂ ਇਹ ਸਮਝ ਆ ਗਈ, ਟੀਚਰ ਬਹੁਤ ਵਧੀਆ ਹੈ, ਤੁਸੀਂ ਦੇਖੋਗੇ ਸਿਆਣਾ ਟੀਚਰ ਸਾਹਮਣੇ ਆ ਜਾਵੇ ਤੁਹਾਡੇ, ਜੇ ਸੁਸਤ ਜਿਓ ਇੱਕਦਮ ਅਸੀਂ ਐਂ ਸਾਵਧਾਨ ਹੋ ਜਾਂਦੇ ਨਾ, ਉਹ ਸਾਰਾ ਗੇ ਕਹਿੰਦੇ ਹਾਂ ਨਾ, ਕਿਉਂਕਿ ਸਰ ਵਿੱਚ ਗੁਣ ਹੈ। ਹੁਣ ਗੁਰੂ ਨਾਨਕ ਸਾਹਿਬ ਆ ਗਏ, ਗੁਰੂ ਨਾਨਕ ਦੀ ਗੱਲ ਚੇਤੇ ਆ ਗਈ, ਸਰ ਚੇਤੇ ਆ ਗਏ, ਗੁਰੂ ਸਾਹਿਬ ਸਾਡੇ ਸਰ ਨੇ ਨਾ, ਸਾਡੇ ਅਧਿਆਪਕ ਨੇ, ਸਾਡੇ ਗੁਰੂ ਨੇ, ਅਸੀਂ ਕਹਾਂਗੇ ਵੀ ਸਰ ਸਰ ਵਾਹਿਗੁਰੂ। ਸਾਡੇ ਕਹਿਣ ਦਾ ਢੰਗ ਹੈ ਗੁਰੂ ਨੇ ਸਾਨੂੰ ਦਿੱਤਾ ਕਿ ਉਸ ਗੁਰੂ ਨੂੰ ਵਾਹ ਕਹਿਣਾ, ਕਿਉਂਕਿ ਅਗਿਆਨਤਾ ਦਾ ਉਹਨੇ ਨਾਸ਼ ਕੀਤਾ। ਉਹਨੇ ਕਿਹਾ ਔਰਤ ਬਰਾਬਰ ਹੈ, ਉਹਨੇ ਕਿਹਾ ਸਾਰੇ ਧਰਮ ਬਰਾਬਰ ਨੇ, ਉਹਨੇ ਕਿਹਾ ਬੋਲੀਆਂ ਦਾ ਫਿੱਕਿਆਂ ਦਾ ਵਿਤਕਰਾ ਨਹੀਂ ਕਰਨਾ, ਸਾਰਿਆਂ ਨੂੰ ਕਲਾਵੇ ਵਿੱਚ ਲਾਉਣਾ। ਇਸ ਕਰਕੇ ਸਾਡਾ ਗੁਰੂ ਭਾਈ ਵਾਹ ਹੈ, ਇਹ ਸਾਡਾ ਮੂਲ ਮੰਤਰ ਹੈ। ਅੱਗੇ ਸਾਡਾ ਗੁਰੂ ਮੰਤਰ ਆ ਗਿਆ। ਸੋ ਇਹ ਦੋ ਅਭਿਆਸ, ਛੋਟੇ ਛੋਟੇ ਅਭਿਆਸ ਤੁਸੀਂ ਕਰਦੇ ਰਹਿਣਾ। ਤੁਸੀਂ ਵੱਖ ਵੱਖ ਗੇਮਸ ਖੇਡਦੇ ਹੋਵੋਗੇ ਨਾ, ਮੈਂ ਹੁਣ ਜਿਹਦੇ ਵਿਸਤਾਰ ਵਿੱਚ ਜਾਵਾਂਗਾ ਗੱਲ ਨਹੀਂ, ਬਹੁਤ ਲੰਮੀ ਹੋ ਜਾਣਾ। ਹਰ ਕੋਚ ਆਪਣੇ ਖਿਡਾਰੀਆਂ ਨੂੰ ਗੁਰ ਦੱਸਦਾ, ਕ੍ਰਿਕਟ ਵਾਲੇ ਨੂੰ ਦੱਸਦਾ ਕਿ ਤੂੰ ਇੱਦਾਂ ਸੋਚਦੇ ਹੀ ਰਹਿਣਾ, ਬੈਡਮਿੰਟਨ ਵਾਲੇ ਨੂੰ ਦੱਸਦਾ ਕਿ ਤੂੰ ਭਾਵੇਂ ਬੈਡਮਿੰਟਨ ਨਾ ਖੇਡਦਾ ਹੋਵੇਂ ਇੱਦਾਂ ਸੋਚਦਾ ਹੀ ਰਹਿਣਾ। ਇੱਕ ਦੌੜਾਕ ਨੂੰ, ਇੱਕ ਅਥਲੀਟ ਨੂੰ ਕੋਚ ਦੱਸਦਾ ਵੀ ਭਾਵੇਂ ਤੂੰ ਗਰਾਊਂਡ ਵਿੱਚ ਨਾ ਹੋਵੇਂ ਤੂੰ ਇੱਦਾਂ ਦੇ ਕੰਮ ਕਰਦਾ ਹੀ ਰਹਿਣਾ। ਅਤੇ ਸੱਚ ਨਾਲ ਜੁੜਨ ਵਾਸਤੇ ਮੂਲ ਮੰਤਰ ਅਤੇ ਗੁਰਮੰਤਰ, ਉਹ ਸਬਕ ਹੈ। ਤੁਸੀਂ ਭਾਵੇਂ ਗੁਰਦੁਆਰੇ ਹੋਵੋ, ਪਾਠ ਕਰਦੇ ਹੋਵੋ, ਨਾ ਹੋਵੋ, ਇਹ ਕੰਮ ਤੁਸੀਂ ਕਰਦੇ ਹੀ ਰਹਿਣਾ। ਜਿੱਥੇ ਵਿਹਲ ਮਿਲਿਆ, ਗੁਸਲਖਾਨੇ ਵਿੱਚੋਂ, ਕਿਚਨ 'ਚੋਂ, ਬਾਥਰੂਮ 'ਚੋਂ, ਟੋਇਲਟ 'ਚੋਂ, ਸੜਕ 'ਤੇ ਹੋ, ਸਕੂਟਰ 'ਤੇ ਹੋ, ਕਾਰ 'ਤੇ ਹੋ, ਕਿਤੇ ਵੀ ਹੋ, ਜਦੋਂ ਕੁਝ ਹੋਰ ਨਹੀਂ ਕਰ ਰਹੇ ਜਾਂ ਕੁਝ ਹੋਰ ਕਰ ਵੀ ਰਹੇ ਹੋਵੋ, ਨਾਲ ਨਾਲ ਅਭਿਆਸ ਕਰਨਾ ਕਿ ਪਰਮਾਤਮਾ ਬੇਅੰਤ ਹੈ, ਮੇਰੇ ਗੁਰੂ ਨੇ ਮਿਲਾ ਲੈਣਾ। ਗੁਰੂ ਵਾਹ 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 ਵਾਹ, ਵਿਰਾਗ ਤਰਸ ਅੰਦਰੋਂ ਰੋਣਾ, ਅੰਦਰੋਂ ਕਰਲਾਉਣਾ, ਕਿਉਂਕਿ ਸਾਡੇ ਅਤੇ ਰੱਬ ਦੇ ਵਿਚਾਲੇ, ਮਤਲਬ ਕਿ ਸਾਡੇ ਰੱਬ ਕੀ ਹੈ, ਸੱਚ, ਸਾਡੇ ਅਤੇ ਸੱਚ ਦੇ ਵਿਚਾਲੇ ਇੱਕ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਉਹਨੂੰ ਐਂ ਧੱਕਾ ਦੇ ਕੇ ਪਿੱਛੇ ਸੁੱਟਣਾ। ਉਹਨੇ ਸਿੱਟੀ ਉਦੋਂ ਜਾਣਾ ਜਦੋਂ ਆਵਾਜ਼ ਮਾਰਾਂਗੇ, ਮਾਂ ਆ ਜਾ, ਮਾਂ ਆ ਜਾ, ਫਿਰ ਮਾਂ ਆ ਜਾਂਦੀ ਹੈ ਕੋਲੇ, ਉਹਨੂੰ ਪਤਾ ਹੈ ਹੁਣ ਮੇਰਾ ਬੱਚਾ ਦੁੱਧ ਮੰਗ ਰਿਹਾ, ਇਹਨੂੰ ਲੋੜ ਹੈ। ਸੋ ਇਸ ਤਰ੍ਹਾਂ ਆਪਣੀ ਮਾਂ ਨੂੰ ਮੂਲ ਮੰਤਰ ਦੇ, ਗੁਰਮੰਤਰ ਦੇ ਸਹਾਰੇ ਨਾਲ ਯਾਦ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਸਾਡੀ ਪਹਿਲੀ ਬਾਣੀ ਹੈ ਜਪ। ਜਪ ਦਾ ਭਾਵ ਕੀ ਹੈ? ਯਾਦ, ਜਿਹਨੂੰ ਅਸੀਂ ਸਿਮਰਨ ਕਹਿ ਦਿੰਦੇ ਹਾਂ, ਪਹਿਲੀ ਬਾਣੀ ਹੈ ਜਪ। ਇਸ ਬਾਣੀ ਵਿੱਚ ਪਤਾ ਕੀ ਦੱਸਿਆ ਗਿਆ? ਇਹ ਐਵੇਂ ਨਹੀਂ ਆਹ ਸਾ ਜੁਗਾ ਸੱਚ ਹੈ ਵੀ ਸੱਚ ਨਾਨਕ ਗੋਸੀ ਵੀ ਸਾ ਸੋਚੇ ਸੋਚ ਨਾ ਹੋਵੀ ਸੋਚ ਲਓ ਗਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਹ ਰਾਂ ਲਿਫਤਾ, ਆਏ ਨਹੀਂ ਆਏ। ਇਹ ਕਿਵੇਂ ਆਪਾਂ ਇਹਦੀ ਸਹਿਜੇ ਸਹਿਜੇ ਮੋਟੇ ਮੋਟੇ ਨੁਕਤੇ ਮੈਂ ਤੁਹਾਡੇ ਧਿਆਨ 'ਚ ਰੱਖਾਂਗਾ ਤਾਂ ਕਿ ਇੱਕ ਗੱਲ ਅਸੀਂ ਸ਼ੁਰੂ ਕਰ ਲਈਏ। ਇਸ ਬਾਣੀ ਦਾ ਨਾਮ ਜਪ ਹੈ ਅਤੇ ਇਸ ਬਾਣੀ ਦੇ ਚਾਰ ਮੁੱਖ ਮਜ਼ਬੂਨ ਹਨ। ਪਹਿਲਾ ਮਜ਼ਬੂਨ ਹੈ ਯਾਦ ਕਿਸ ਦੀ ਕਰਨੀ ਹੈ, ਫਿਰ ਕਿਉਂ ਕਰਨੀ ਹੈ, ਕਦੋਂ ਕਰਨੀ ਹੈ ਅਤੇ ਕਿਵੇਂ ਕਰਨੀ ਹੈ। ਇਸ ਬਾਣੀ ਦੇ ਦੋ ਸਲੋਕ ਹਨ, 38 ਪੌੜੀਆਂ ਹਨ। ਇਹ ਬਾਣੀ ਵਿੱਚ ਗੱਲ ਹੋਵੇਗੀ ਜਪ ਕਿਸ ਦਾ ਕਰਨਾ ਹੈ, ਕਿਉਂ ਕਰਨਾ ਹੈ, ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ। ਜਪ ਕਿਸ ਦਾ ਕਰਨਾ ਹੈ? ਪਹਿਲੇ ਸਲੋਕ ਵਿੱਚ
ਕੁੰਡੀ ਖੋਲ ਦਿੱਤੀ, ਬਿਲਕੁਲ ਸਾਫ ਕ੍ਰਿਸਟਲ ਕਲੀਅਰ। ਜਿਹਦੀ ਗੱਲ ਮੂਲ ਮੰਤਰ ਵਿੱਚ ਹੋਈ ਸੀ ਉਹਨੂੰ ਨਵੇਂ ਅਲਫਾਜ਼ ਵਿੱਚ ਲਿਖ ਦਿੱਤਾ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੁਸੀਂ ਇਸ ਗੱਲ ਨੂੰ ਦੇਖੋਗੇ, ਗੁਰੂ ਨਾਨਕ ਸਾਹਿਬ ਸਾਰੀ ਬਾਣੀ 'ਚ ਆਪਣੀ ਗੱਲ ਕਿਤੇ ਨਹੀਂ ਕਰਦੇ, ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦੇ। ਇਹ ਤਾਂ ਬਹੁਤ ਵਾਰੀ ਕਹਿਣਗੇ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਕਦੀ ਆਪਣੇ ਆਪ ਨੂੰ ਉੱਚਾ ਨਹੀਂ ਕਹਿੰਦੇ, ਆਪਣੇ ਆਪ ਨੂੰ ਨੀਵਾਂ ਕਹਿਣਗੇ, ਕਦੀ ਨਹੀਂ ਕਹਿਣਗੇ ਮੇਰੀ ਉਸਤਤ ਕਰੋ। ਉਹ ਕਹਿੰਦੇ ਨੇ ਇੱਕ ਪਰਮਾਤਮਾ ਸੱਚ ਜਿਹੜਾ ਮੁੱਢ ਤੋਂ ਹੀ ਹੈ, ਅਖੀਰ ਤੱਕ ਰਹੇਗਾ, ਹੈ ਵੀ ਹੈ ਅਤੇ ਫਿਰ ਰਹੇਗਾ, ਉਹਦਾ ਸਿਮਰਨ ਕਰਨਾ ਹੈ। ਸਿਮਰਨ ਕਿਉਂ ਕਰਨਾ ਹੈ ਅਤੇ ਕਿਵੇਂ ਕਰਨਾ? ਸੱਚ ਦੀ ਗੱਲ ਦੁਨੀਆ ਵਿੱਚ ਬਹੁਤ ਦੇਰ ਤੋਂ ਲੋਕ ਕਰਦੇ ਸਨ। ਇੱਦਾਂ ਦੀ ਗੱਲ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਆ ਕੇ ਇਹ ਗੱਲ ਕੀਤੀ, ਪਹਿਲਾਂ ਬਹੁਤ ਰਿਸ਼ੀ ਮੁਨੀ ਪੈਗੰਬਰ ਬਹੁਤ ਲੋਕਾਂ ਨੇ ਇਹ ਗੱਲ ਕੀਤੀ, ਪਰ ਕੁਝ ਭਰਮ ਭੁਲੇਖੇ ਸਨ। ਤਿੰਨ ਵੱਡੇ ਭੁਲੇਖੇ ਸਨ। ਪਹਿਲਾ ਵੱਡਾ ਭੁਲੇਖਾ ਇਹ ਮੰਨਿਆ ਜਾਂਦਾ ਸੀ ਕਿ ਸੱਚ ਨੂੰ ਪ੍ਰਾਪਤ ਕਰਨ ਦੇ ਲਈ ਸਰੀਰ ਦਾ ਸੁੱਚ ਰੱਖਣਾ ਬਹੁਤ ਜ਼ਰੂਰੀ ਹੈ। ਧੋ ਕੇ ਸਰੀਰ ਨੂੰ ਗਊਂ ਦੇ ਗੋਬਰ ਦਾ ਪੋਚਾ ਮਾਰ ਲਿਆ ਜਾਂ ਕਿਸੇ ਹੋਰ ਢੰਗ ਨਾਲ ਸਫਾਈ ਕਰ ਲਈ, ਵੀ ਕੋਈ ਮਾੜਾ ਮੋਟਾ ਕੁਛ ਹੋਰ ਲੱਗ ਗਿਆ ਅਤੇ ਇਹ ਤਾਂ ਆਪਾਂ ਰੱਬ ਤੋਂ ਦੂਰ ਹੋ ਜਾਵਾਂਗੇ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ, ਦੇਖੋ 15ਵੀਂ ਸਦੀ ਵਿੱਚ ਕਹਿੰਦੇ ਗੋਬਰ ਵਿੱਚ ਭਾਈ ਮਾਈਕਰੋ ਔਰਗੈਨਿਜ਼ਮ ਨੇ, ਮਾਈਕਰੋਸਕੋਪ ਤਾਂ ਆ ਕੇ 18ਵੀਂ ਸਦੀ ਵਿੱਚ ਆਉਂਦੀ ਹੈ। ਗੁਰੂ ਨਾਨਕ ਸਾਹਿਬ 15ਵੀਂ ਸਦੀ ਵਿੱਚ ਕਹਿੰਦੇ ਉਹ ਗੋਬਰ ਦਾ ਪੋਚਾ ਮਾਰੀ ਜਾਂਦਾ, ਇਹਦੇ ਵਿੱਚ ਤਾਂ ਕੀਟਾਣੂ ਨੇ। ਦੇਖੋ ਕਿੱਡਾ ਵੱਡਾ ਗਿਆਨ ਸੀ। ਫਿਰ ਅਸੀਂ ਕਹਾਂਗੇ ਵਾਹਿਗੁਰੂ, ਤੈਨੂੰ 15ਵੀਂ ਸਦੀ 'ਚ ਪਤਾ ਸੀ ਗੋਹੇ ਵਿੱਚ ਵੀ ਕੀੜੇ ਨੇ। ਪਹਿਲਾ ਭੁਲੇਖਾ ਕੀ ਸੀ ਕਿ ਪੋਚਾ ਲਾਓ, ਪਵਿੱਤਰ ਕਰੋ, ਫਿਰ ਰੱਬ ਨੂੰ ਯਾਦ ਕਰੋ। ਬਾਬਾ ਜੀ ਕਹਿੰਦੇ ਪਵਿੱਤਰ ਕਰਕੇ ਰੱਬ ਨਹੀਂ ਮਿਲਣਾ ਭਾਈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਤੂੰ ਲੱਖ ਵਾਰੀ ਵੀ ਧੋ ਧੋ ਕੇ ਸਰੀਰ ਨੂੰ ਥਾਂ ਨੂੰ ਕਹੇ ਮੈਂ ਪਵਿੱਤਰ ਹੋ ਗਿਆ, ਧੋ ਧੋ ਕੇ ਤੂੰ ਪਵਿੱਤਰ ਨਹੀਂ ਹੋ ਸਕਦਾ। ਫਿਰ ਲੋਕਾਂ ਨੂੰ ਇੱਕ ਭੁਲੇਖਾ ਇਹ ਸੀ, ਜਿਹੜੇ ਉਸ ਵਕਤ ਰਿਸ਼ੀ ਮੁਨੀ ਸਨ, ਰੱਬ ਨੂੰ ਯਾਦ ਕਰਦੇ ਸਨ, ਉਹ ਕਹਿੰਦੇ ਸੀ ਚੁੱਪ ਰਹੋ, ਬੋਲੋ ਨਾ, ਗੱਲ ਨਹੀਂ ਕਰਨੀ, ਪਹਾੜਾਂ 'ਤੇ ਚਲੇ ਜਾਓ, ਕੰਧਰਾਂ 'ਤੇ ਪੁੱਠੇ ਲਮਕ ਜਾਓ, ਪਹਾੜਾਂ ਵਿੱਚ ਕਿੱਲਾਂ 'ਤੇ ਲੰਮੇ ਪੈ ਜਾਵੋ, ਤਪ ਕਰੋ, ਚੁੱਪ ਕਰ ਜਾਓ, ਬੋਲਣਾ ਨਹੀਂ ਜੇ ਰੱਬ ਨੂੰ ਮਿਲਣਾ ਹੈ। ਅਤੇ ਬਾਬਾ ਜੀ ਕਹਿੰਦੇ ਉਹ ਭਲਿਓ ਪੁਰਸ਼ੋ, ਨਹੀਂ ਨਹੀਂ ਨਹੀਂ, ਸਰੀਰ ਨੂੰ ਧੋ ਕੇ ਥਾਂ ਨੂੰ ਧੋ ਕੇ ਵੀ ਰੱਬ ਨਹੀਂ ਮਿਲਣਾ ਅਤੇ ਚੁੱਪ ਰਹਿ ਕੇ ਵੀ ਸੱਚ ਨਹੀਂ ਮਿਲਣਾ। ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜਿੰਨੀਆਂ ਮਰਜ਼ੀਆਂ ਸਮਾਧੀਆਂ ਲਾ ਲਵੋ, ਲਗਾਤਾਰ ਲਿਵਤਾਰ ਨਹੀਂ ਗੱਲ ਬਣਨੀ। ਫਿਰ ਲੋਕ ਭੁੱਖੇ ਵੀ ਰਹਿੰਦੇ ਸਨ, ਵਰਤ ਵੀ ਰੱਖਦੇ ਸਨ, ਇੱਦਾਂ ਵੀ ਰੱਬ ਨੂੰ ਮਿਲਣਾ ਚਾਹੁੰਦੇ ਸਨ, ਸੱਚ ਨੂੰ ਲੱਭਣਾ ਚਾਹੁੰਦੇ ਸਨ। ਸਾਹਿਬ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੀ, ਭੁੱਖੇ ਰਹਿ ਕੇ ਵੀ ਭੁੱਖ ਨਹੀਂ ਉਤਰਨੀ। ਇਹ ਦਿਲੀ ਦੀਪਕ ਹੈ, ਇਹਦਾ ਇੱਕ ਅੱਖ ਮੂਹਰੇ ਆਉਣਾ, ਭੁੱਖਿਆਂ ਭੁੱਖ ਨਾ ਉਤਰੀ, ਇੱਕ ਇਹਨੇ ਮਗਰ ਜਾ ਕੇ ਫੇਰ ਲੱਗਣਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਮਨ ਵਿੱਚ ਵੀ ਭੁੱਖ ਹੈ, ਸਾਰੇ ਸੰਸਾਰ ਦੇ ਪਦਾਰਥ ਇਕੱਠੇ ਕਿਉਂ ਨਾ ਕਰ ਲਵੇਂ, ਤਾਂ ਵੀ ਤੇਰੀ ਭੁੱਖ ਨਹੀਂ ਮਿਟਣੀ। ਅਤੇ ਚੌਥਾ ਢੰਗ ਕੀ ਸੀ ਸੱਚ ਨੂੰ ਮਿਲਣ ਦਾ? ਬਹੁਤ ਪੜ੍ਹਾਈ ਕਰੋ, ਬਹੁਤ ਗਿਆਨ ਹਾਸਲ ਕਰੋ। ਅਤੇ ਬਾਬਾ ਜੀ ਕਹਿੰਦੇ ਕਿੰਨੇ ਮਰਜ਼ੀ ਸਿਆਣੇ ਬਣ ਜਾਓ,
ਸਹਸ ਸਿਆਣਪਾਂ ਲੱਖ ਹੋਏ। ਸਹਸ ਹੁੰਦਾ 1000, ਸੱਸਾ ਹਾਹਾ ਸੱਸਾ 1000, ਅੱਗੇ ਲਿਖਿਆ ਲੱਖ, ਸਿਆਣਪਾਂ ਹਜ਼ਾਰਾਂ ਹੋ ਜਾਣ, ਹਜ਼ਾਰਾਂ ਦੀਆਂ ਲੱਖਾਂ ਹੋ ਜਾਣ। ਸਹਸ ਸਿਆਣਪਾਂ ਲੱਖ ਹੋਇਆ ਤਾਂ ਇੱਕ ਨਾ ਚੱਲੇ ਨਾਲ ਨਹੀਂ ਗੱਲ ਬਣਨੀ। ਅਤੇ ਫਿਰ ਕੀ ਹੋਊਗਾ, ਚਾਰ ਢੰਗ ਸਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੱਚ ਨੂੰ ਪ੍ਰਾਪਤ ਕਰਨ ਦੇ। ਪਹਿਲਾ ਢੰਗ ਸੀ ਸਰੀਰ ਨੂੰ ਧੋਵੋ, ਥਾਂ ਨੂੰ ਧੋਵੋ, ਪਵਿੱਤਰ ਹੋਵੋ। ਦੂਜਾ ਢੰਗ ਸੀ ਚੁੱਪ ਕਰਕੇ ਸਮਾਧੀਆਂ ਲਗਾਓ। ਤੀਜਾ ਢੰਗ ਸੀ ਲੋਕ ਭੁੱਖੇ ਰਹਿੰਦੇ ਸਨ ਜਾਂ ਸੰਸਾਰ ਦੇ ਪਦਾਰਥ ਇਕੱਠੇ ਕਰਕੇ ਵੀ ਭੁੱਖ ਨਹੀਂ ਮਿਟਣੀ। ਚੌਥਾ ਢੰਗ ਸੀ ਕਿ ਗਿਆਨ ਲੈਣਾ, ਵੇਦ ਪੜ੍ਹਨੇ, ਸ਼ਾਸਤਰ ਪੜ੍ਹਨੇ, ਔਖੀਆਂ ਔਖੀਆਂ ਵਿਚਾਰਾਂ ਕਰਨੀਆਂ। ਗੁਰੂ ਸਾਹਿਬ ਕਹਿੰਦੇ ਕਿਸੇ ਤਰ੍ਹਾਂ ਵੀ ਸੱਚ ਨਹੀਂ ਮਿਲਣਾ। ਸੱਚ ਮਿਲਣਾ ਕਿਵੇਂ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਹੀਂ। ਹੁਣ ਬੇਟਾ ਜੀ, ਇੱਥੇ ਇੱਕ ਬਹੁਤ ਵੱਡੀ ਬੁਝਾਰਤ ਹੈ ਜਿਹੜੀ ਸਾਡੀ ਉਹ ਗੰਢ ਖੁੱਲ੍ਹਦੀ ਹੋਈ ਨਹੀਂ ਆਮ ਤੌਰ 'ਤੇ। ਪੰਜਵੀਂ ਲਾਈਨ 'ਚ ਸਵਾਲ ਹੈ, ਸੋਚ ਨਹੀਂ ਕਰਨੀ, ਚੁੱਪ ਨਹੀਂ ਰਹਿਣਾ, ਭੁੱਖੇ ਨਹੀਂ ਰਹਿਣਾ, ਸੰਸਾਰ ਦੇ ਪਦਾਰਥ ਇਕੱਠੇ ਕਰਕੇ ਗੱਲ ਨਹੀਂ ਬਣਨੀ, ਗਿਆਨ ਹਾਸਲ ਕਰਕੇ ਵੀ ਗੱਲ ਨਹੀਂ ਬਣਨੀ। ਪੰਜਵੀਂ ਲਾਈਨ 'ਚ ਕਹਿੰਦੇ ਫਿਰ ਗੱਲ ਬਣੇ ਕਿਵੇਂ, ਅਤੇ ਛੇਵੀਂ ਲਾਈਨ 'ਚ ਕਹਿੰਦੇ ਇਵੇਂ ਬਣੇ। ਕਿਵੇਂ ਬਣੇ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਇੱਥੇ ਵੀ ਇੱਕ ਬੜੀ ਵੱਡੀ ਗੰਢ ਹੈ, ਇਹਨੂੰ ਖੋਲ੍ਹਣਾ ਪੈਣਾ ਹੈ। ਹੁਕਮ ਰਜਾਈ ਹੁੰਦਾ ਕੀ ਹੈ? ਇਹਦੇ ਵਿੱਚ ਬੇਟਾ ਜੀ ਇੱਕ ਬਹੁਤ ਹੀ ਵੱਡਾ ਕੰਸੈਪਟ ਹੈ। ਜਦ ਤੁਹਾਡਾ ਖੁੱਲ੍ਹ ਗਿਆ ਨਾ, ਫਿਰ ਐਸਾ ਆਨੰਦ ਆਵੇਗਾ ਨਾ ਇਹਨੂੰ ਪੜ੍ਹਨ ਦਾ, ਇੱਕ ਜ਼ਿੰਦਗੀ 'ਚ ਇੱਥੋਂ ਇੱਕ ਯੂ ਟਰਨ ਮਿਲ ਜਾਏਗਾ ਸਾਨੂੰ। ਮੈਨੂੰ ਇਹ ਦੱਸੋ, ਤੁਹਾਡੇ ਵਿੱਚੋਂ ਕੌਣ ਘਰ ਪੋਚਾ ਲਾਉਂਦਾ ਹੁੰਦਾ? ਹੱਥ ਖੜੇ ਕਰੋ। ਵੈਰੀ ਗੁੱਡ, ਬੱਚੇ ਵੀ ਲਾਉਂਦੇ ਨੇ, ਲੜਕੇ ਵੀ ਲਾਉਂਦੇ ਨੇ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ। ਜਦੋਂ ਘਰੇ ਤੁਸੀਂ ਪੋਚਾ ਲਾਉਂਦੇ ਹੋ, ਉਦੋਂ ਬਾਅਦ ਤੁਹਾਡੇ ਮਨ ਦੀ ਕੀ ਇੱਛਾ ਹੁੰਦੀ ਹੈ? ਪੋਚਾ ਖਰਾਬ ਨਾ ਕਰ ਦੇ। ਬੈਠ ਜਾਓ। ਬੱਚਾ ਕਹਿੰਦਾ ਕਿ ਜਦੋਂ ਮੈਂ ਪੋਚਾ ਲਗਾ ਦਿੰਦਾ ਤਾਂ ਉਸ ਤੋਂ ਮੇਰੀ ਇੱਛਾ ਹੁੰਦੀ ਹੈ ਕਿ ਗੰਦੇ ਪੈਰ ਲਾ ਕੇ ਨਾ ਆ ਜਾਏ, ਥਾਂ ਨੂੰ ਖਰਾਬ ਨਾ ਕਰ ਦੇਵੇ, ਕਿਉਂਕਿ ਤੁਸੀਂ ਸਾਫ਼ ਕੀਤਾ ਹੁੰਦਾ ਨਾ। ਇਹਨੂੰ ਕਹਿੰਦੇ ਆ ਤੁਹਾਡੀ ਰਜ਼ਾ। ਹੁਣ ਪੋਚਾ ਲਾਉਣ ਤੋਂ ਬਾਅਦ ਤੁਹਾਡੀ ਇੱਛਾ, ਤੁਹਾਡੀ ਰਜ਼ਾ ਇਹ ਹੈ, ਤੁਸੀਂ ਇਹ ਚਾਹੁੰਦੇ ਹੋ ਕਿ ਹੁਣ ਮੈਂ ਸਾਫ਼ ਕੀਤਾ, ਇਹਨੂੰ ਕੋਈ ਗੰਦਾ ਨਾ ਕਰ ਦੇਵੇ। ਹੁਣ ਮੇਰਾ ਅਗਲਾ ਸਵਾਲ ਹੈ, ਪਰਮਾਤਮਾ ਦੀ ਰਜ਼ਾ ਕੀ ਹੋਵੇਗੀ? ਆਪਾਂ ਕਹਿੰਦੇ ਹੁਕਮ ਰਜਾਈ ਚੱਲਣਾ, ਪਰਮਾਤਮਾ ਦੀ ਰਜ਼ਾ ਵੀ ਚੱਲਣਾ। ਤੁਹਾਡੀ ਰਜ਼ਾ ਇਹ ਹੈ ਕਿ ਮੈਂ ਪੋਚਾ ਲਾਇਆ ਕਿ ਗੰਦੇ ਪੈਰ ਲਾ ਕੇ ਇਹਨੂੰ ਖਰਾਬ ਨਾ ਕਰ ਜਾਵੇ, ਅਤੇ ਪਰਮਾਤਮਾ ਦੀ ਰਜ਼ਾ ਕੀ ਹੋਵੇਗੀ? ਪਰਮਾਤਮਾ ਨੇ ਜਿਹੜੀ ਕੁਦਰਤ ਬਣਾਈ ਏਡੀ ਸੋਹਣੀ ਹੈ, ਉਹਨੂੰ ਗੰਦਲਾ ਨਹੀਂ ਕਰਨਾ, ਉਹਨੂੰ ਵੀ ਸਾਫ਼ ਰੱਖਣਾ। ਸ਼ਾਬਾਸ਼, ਵੈਰੀ ਗੁੱਡ, ਬਹੁਤ ਇੰਟੈਲੀਜੈਂਟ ਬੱਚੇ ਹੋ। ਪਰਮਾਤਮਾ ਦਾ ਰਜ਼ਾ ਵਿੱਚ ਰਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਪਰਮਾਤਮਾ ਨੇ ਐਡਾ ਵੱਡਾ ਬ੍ਰਹਿਮੰਡ ਬਣਾ ਦਿੱਤਾ ਹੈ ਨਾ, ਆਪਾਂ ਨੇ ਕੀ ਕਰਨਾ? ਇਹਨੂੰ ਸੋਹਣਾ ਰੱਖਣਾ, ਇਹ ਹੈ ਰਜ਼ਾ। ਪਰਮਾਤਮਾ ਤਾਂ ਮਿਲਣਾ ਜੇ ਅਸੀਂ ਸਾਰੇ ਬ੍ਰਹਿਮੰਡ ਦਾ ਖਿਆਲ ਰੱਖਾਂਗੇ। ਬ੍ਰਹਿਮੰਡ ਵਿੱਚ ਕੌਣ ਕੌਣ ਆਵੇਗਾ? ਸਾਡੇ ਆਲੇ ਦੁਆਲੇ ਰਹਿੰਦੀਆਂ ਚਿੜੀਆਂ, ਕਾਂ, ਕੀੜੇ ਮਕੌੜੇ, ਪੰਛੀ, ਬੰਦੇ ਸਾਰੇ ਆਉਣੇ ਹੀ ਆਉਣੇ ਨੇ, ਪਸ਼ੂ ਪੰਛੀ ਕੀੜੇ ਵੀ ਆ ਜਾਣੇ ਨੇ। ਅਤੇ ਜਦੋਂ ਸਾਰਿਆਂ ਦਾ ਖਿਆਲ ਰੱਖਣਾ ਹੈ ਅਤੇ ਮਨ ਵਿੱਚ ਇਹ ਖਿਆਲ ਨਹੀਂ ਆਉਣਾ ਚਾਹੀਦਾ ਕਿ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਜੇ ਕਿਤੇ ਇਹ ਖਿਆਲ ਆ ਗਿਆ ਫਿਰ ਤੁਸੀਂ ਹੁਕਮ 'ਚ ਨਹੀਂ ਹੈਗੇ, ਪਰਮਾਤਮਾ ਦੀ ਰਜ਼ਾ ਵਿੱਚ ਨਹੀਂ ਹੈਗੇ। ਦੇਖੋ ਕਿੱਡੀ ਵੱਡੀ ਗੱਲ ਹੈ, ਪਰਮਾਤਮਾ ਨੂੰ ਮਿਲਣ ਦੇ ਲਈ ਸਾਰਿਆਂ ਬੰਦਿਆਂ ਵਿੱਚ ਇੱਕ ਹੀ ਰੱਬ ਨੂੰ ਦੇਖਣਾ। ਪਰਮਾਤਮਾ ਨੂੰ, ਸੱਚ ਨੂੰ ਤਾਂ ਮਿਲਿਆ ਜਾ ਸਕਦਾ ਹੈ
ਕਿ ਪਰਮਾਤਮਾ ਨੂੰ ਮਿਲਣ ਦੇ ਲਈ ਸਾਰੇ ਬੰਦਿਆਂ ਦੇ ਵਿੱਚ ਇੱਕ ਹੀ ਰੱਬ ਨੂੰ ਦੇਖਣਾ, ਬੰਦਿਆਂ ਤੋਂ ਵੀ ਪਾਸੇ ਹਟ ਕੇ ਸਾਰੇ ਪਸ਼ੂ ਪੰਛੀਆਂ, ਕੁਦਰਤ ਬਨਸਪਤੀ ਹਰ ਥਾਂ 'ਤੇ ਰੱਬ ਨੂੰ ਦੇਖਣਾ, ਤਾਂ ਰੱਬ ਮਿਲ ਸਕਦਾ ਹੈ। ਸਮਾਧੀਆਂ ਲਾ ਕੇ, ਨਹਾ ਕੇ, ਧੋ ਕੇ, ਧੂਫ ਬੱਤੀ ਕਰਕੇ, ਚੁੱਪ ਰਹਿ ਕੇ, ਪਹਾੜਾਂ 'ਤੇ ਜਾ ਕੇ ਇੱਦਾਂ ਰੱਬ ਨਹੀਂ ਮਿਲੇਗਾ, ਅਤੇ ਨਾ ਹੀ ਰੱਬ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਮਿਲੇਗਾ। ਪਰਮਾਤਮਾ ਸਾਰਿਆਂ ਵਿੱਚ ਵੱਸਦਾ, ਉਹਨੂੰ ਸਾਰਿਆਂ ਵਿੱਚ ਦੇਖ ਕੇ, ਸਾਰਿਆਂ ਵਿੱਚ ਉਹਦੇ ਦਰਸ਼ਨ ਕਰਕੇ ਅਤੇ ਸਾਰਿਆਂ ਦਾ ਸਤਿਕਾਰ ਕਰਕੇ, ਸਾਰਿਆਂ ਦੀ ਸੰਭਾਲ ਕਰਕੇ ਅਸੀਂ ਕੀ ਬਣ ਸਕਦੇ ਹਾਂ? ਕੀ ਬਣ ਸਕਦੇ ਹਾਂ? ਸ਼ਾਬਾਸ਼, ਵੈਰੀ ਗੁੱਡ। ਕੀ ਬਣ ਸਕਦੇ ਹਾਂ? ਕੀ ਬਣ ਸਕਦੇ ਹਾਂ? ਕੀ ਬਣਨਾ ਆਪਾਂ ਨੇ? ਆਪਾਂ ਨੇ ਸੁਚਿਆਰ ਬਣਨਾ। ਸੋ ਪਰਮਾਤਮਾ ਦਾ ਸਿਮਰਨ ਇਸ ਲਈ ਕਰਨਾ ਕਿ ਅਸੀਂ ਸੁਚਿਆਰ ਬਣ ਜਾਈਏ। ਇਸ ਲਈ ਨਹੀਂ ਕਰਨਾ ਮੇਰੇ ਪੇਪਰ 'ਚੋਂ ਬਹੁਤ ਚੰਗੇ ਨੰਬਰ ਆ ਜਾਣ, ਮੈਨੂੰ ਨੌਕਰੀ ਮਿਲ ਜੇ, ਮੇਰਾ ਵਿਆਹ ਹੋ ਜੇ, ਮੈਨੂੰ ਕਾਰ ਮਿਲ ਜੇ, ਮੇਰੇ ਬੱਚੇ ਬੜੇ ਸੋਹਣੇ ਹੋਣ, ਮੈਨੂੰ ਵੱਡੀ ਕੋਠੀ ਮਿਲ ਜੇ। ਨਹੀਂ, ਇਹ ਤਾਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇਹ ਆਪੇ ਮਿਲ ਜਾਣੀਆਂ ਨੇ ਬਿਨਾਂ ਮੰਗਿਆਂ। ਅਤੇ ਸੁਚਿਆਰ ਬਣਿਆ ਕਿਵੇਂ ਜਾ ਸਕਦਾ? ਸਰਬੱਤ ਦਾ ਭਲਾ ਕਰਕੇ। ਹੁਣ ਸਿਮਰਨ ਕਦੋਂ ਕਰਨਾ ਬੇਟਾ ਜੀ? ਹਰ ਸਮੇਂ। ਸ਼ਾਬਾਸ਼, ਹਰ ਸਮੇਂ ਕਰਨਾ। ਹੁਣ ਜਪਜੀਤ ਸਾਹਿਬ ਦਾ ਖੁਲਾਸਾ ਬੜਾ ਸੁੰਦਰ ਕੀਤਾ ਹੋਇਆ, ਕਦੋਂ ਕਰਨਾ? ਇੱਕ ਫਿਲੋਸਫੀਕਲ ਬਾਣੀ ਹੈ ਜਪਜੀ ਸਾਹਿਬ। ਬਾਬਾ ਜੀ ਚੌਥੀ ਪੌੜੀ ਵਿੱਚ ਕਹਿੰਦੇ ਨੇ, ਪਰਮਾਤਮਾ ਸੱਚਾ ਹੈ, ਸਾਚਾ ਸਾਹਿਬ, ਉਹਦਾ ਨਾਮ ਸੱਚਾ ਹੈ, ਸਾਚ ਨਾਏ, ਉਹਦੀ ਬੋਲੀ ਪਿਆਰ ਹੈ, ਭਾਖਿਆ ਬੋਲੀ ਭਾਉ ਅਪਾਰ, ਆਖੈ ਮੰਗੈ ਦੇ, ਜੋ ਅਸੀਂ ਮੰਗਦੇ ਹਾਂ ਉਹ ਦੇ ਦਿੰਦਾ, ਦਾਤ ਕਰੇ ਦਾਤਾਰ। ਅਤੇ ਉਹਦੀਆਂ ਦਾਤਾਂ ਵਿੱਚੋਂ ਉਹਦੇ ਅੱਗੇ ਕੀ ਰੱਖੀਏ? ਫਿਰ ਕਹਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਆਪਾਂ ਕਹਿੰਦੇ ਬਾਬਾ ਜੀ ਮੈਂ ਇੰਨੇ ਰੁਪਏ ਦੇ ਕਰਾਊਂਗਾ, ਮੈਂ ਸੁੱਖਣਾ ਸੁੱਖ ਲੈਂਦੇ ਹਾਂ, ਬਾਬਾ ਜੀ ਮੇਰਾ ਆਹ ਕੰਮ ਕਰ ਦਿਉ ਮੈਂ ਇੰਨੇ ਪੈਸੇ ਦਊਂਗਾ, ਇਹ ਕੋਈ ਸ਼ੋਪਿੰਗ ਮਾਲ ਆ ਬਾਬਾ ਜੀ ਦਾ, ਮੈਨੂੰ ਆਹ ਚੀਜ਼ ਦੇ ਦਿਉ ਮੈਂ ਇੰਨੇ ਦਊਂਗਾ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਆਪਾਂ ਉਹਨੂੰ ਕੀ ਦੇ ਸਕਦੇ ਹਾਂ? ਸਾਰਾ ਕੁਛ ਉਹਦਾ ਹੀ ਦਿੱਤਾ ਹੋਇਆ। ਫਿਰ ਕਹਿ ਅੱਗੇ ਰੱਖੀ ਹੈ ਜਿੱਤ ਦਿਸੇ ਦਰਬਾਰ। ਮੂੰਹ 'ਚੋਂ ਕਿਹੜੀ ਗੱਲ ਕਰੀਏ? ਮੂੰਹੋਂ ਕਹਿ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ। ਮੂੰਹ 'ਚੋਂ ਕਿਹੜੀ ਗੱਲ ਕਰੀਏ ਕਿ ਸਾਡਾ ਉਹਦੇ ਨਾਲ ਪਿਆਰ ਬਣਿਆ ਆਵੇ? ਅੱਗੇ ਬਾਬਾ ਜੀ ਕਹਿੰਦੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਿ ਸਿਰਫ ਅੰਮ੍ਰਿਤ ਵੇਲੇ ਉੱਠਣ ਨਾਲ ਹੀ ਗੱਲ ਨਹੀਂ ਬਣਨੀ, ਪਰ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ, ਮੁੱਢਲੀ ਲੋੜ ਹੈ, ਪਰ ਅੰਤਮ ਪੜਾਅ ਨਹੀਂ ਹੈ। ਅੰਤਮ ਪੜਾਅ ਕੀ ਹੈ? ਤੁਹਾਨੂੰ ਜਿੰਨਾ ਵੀ ਵੇਲਾ ਮਿਲਿਆ ਉਸ ਵੇਲੇ ਨੂੰ ਅੰਮ੍ਰਿਤ ਬਣਾ ਕੇ ਭੇਂਟ ਕਰ ਦਿਓ। ਇਹ ਵੱਡੀ ਗੱਲ ਹੈ ਨਾ। ਸਿਰਫ ਅੰਮ੍ਰਿਤ ਵੇਲੇ ਨਹੀਂ, ਜਿੰਨਾ ਵੀ ਤੁਹਾਨੂੰ ਵੇਲਾ ਮਿਲਿਆ ਉਸ ਸਾਰੇ ਵੇਲੇ ਨੂੰ ਅੰਮ੍ਰਿਤ ਬਣਾ ਕੇ ਭੇਂਟ ਕਰ ਦਵੋ। ਗੱਲ ਚੱਲਦੀ ਪਈ ਹੈ ਕਿ ਰੱਬ ਅੱਗੇ ਕੀ ਭੇਟ ਕਰੀਏ? ਦਾਤਾਂ ਸਾਰੀਆਂ ਉਹਦੀਆਂ ਦਿੱਤੀਆਂ ਹੋਈਆਂ ਨੇ। ਇੱਥੇ ਮਤਲਬ ਇਹ ਨਹੀਂ ਕਿ ਅੰਮ੍ਰਿਤ ਵੇਲਾ ਭੇਟ ਕਰਨਾ। ਹਾਂ, ਅੰਮ੍ਰਿਤ ਵੇਲਾ ਭੇਟ ਕਰਨਾ ਬਹੁਤ ਜ਼ਰੂਰੀ ਹੈ, ਪਰ ਇੱਥੇ ਗੱਲ ਉਦੋਂ ਵੀ ਵੱਡੀ। ਗੁਰੂ ਬਾਬਾ ਜੀ ਕਹਿ ਰਹੇ ਨੇ ਕਿ ਤੈਨੂੰ ਜਿੰਨਾ ਵੀ ਸਮਾਂ ਮੈਂ ਦਿੱਤਾ ਉਸ ਸਾਰੇ ਸਮੇਂ ਨੂੰ ਅੰਮ੍ਰਿਤ ਬਣਾ ਦੇ, ਅਤੇ ਸਮੇਂ ਨੂੰ ਅੰਮ੍ਰਿਤ ਬਣਾ ਕੇ ਬਾਬਾ ਜੀ ਦੇ ਚਰਨਾਂ 'ਚ ਭੇਟ ਕਰ, ਅੰਮ੍ਰਿਤ ਵੇਲਾ ਭੇਟ ਕਰ। ਅਤੇ ਵੇਲਾ ਅੰਮ੍ਰਿਤ ਕਿਵੇਂ ਹੁੰਦਾ? ਪਰਮਾਤਮਾ ਦੇ ਨਾਮ ਦੀ ਵਿਚਾਰ ਕਰਕੇ, ਸੱਚ ਨਾਉ ਵਡਿਆਈ ਵਿਚਾਰ।
ਤੇ ਫਿਰ ਕੀ ਹੁੰਦਾ ਉਹਦੀ ਬਖਸ਼ਿਸ਼ ਹੁੰਦੀ ਹੈ। ਕਰਮੀ ਆਵੇ ਕੱਪੜਾ, ਫਿਰ ਕੀ ਹੁੰਦਾ ਨਦਰੀ ਮੋਖ ਦੁਆਰ, ਉਹਦੇ ਦਰਬਾਰ ਵਿੱਚ ਆਦਰ ਸਰਕਾਰ, ਉਹਨੂੰ ਮੁਕਤੀ ਕਹਿ ਲਵੋ। ਉਹ ਇੱਕ ਬਿਆਨ ਤੋਂ ਬਾਹਰਲੀ ਅਵਸਥਾ ਹੈ ਕਿ ਉੱਥੇ ਕਿੱਡਾ ਥਾਂ ਪਿਆਰ ਭਰਿਆ ਤੁਹਾਨੂੰ ਮਿਲਦਾ। ਅਤੇ ਨਾਨਕ ਕਹਿੰਦੇ ਨੇ ਇੱਦਾਂ ਸਮਝ ਲਵੋ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇੱਦਾਂ ਸਮਝ ਲਵੋ ਇਹ ਸਾਰੀ ਕਾਇਨਾਤ ਵਿੱਚ ਉਹ ਆਪ ਸੱਚ ਹੀ ਬੈਠਾ ਹੋਇਆ। ਮੁੜ ਮੁੜ ਕੇ ਯਾਦ ਕਰਾਉਣਗੇ, ਮੁੜ ਮੁੜ ਕੇ ਯਾਦ ਕਰਾਉਣਗੇ, ਸਾਰੀ ਕਾਇਨਾਤ ਵਿੱਚ ਉਹ ਰੱਬ ਹੀ ਬੈਠਾ ਹੈ। ਬੇਟਾ ਜੀ, ਜੇ ਇੰਨੀਓ ਹੀ ਗੱਲ ਦੁਨੀਆ ਸਮਝ ਲਵੇ ਨਾ ਕਿ ਸਾਰਿਆਂ ਵਿੱਚ ਇੱਕ ਹੀ ਰੱਬ ਹੈ, ਤਾਂ ਦੁਨੀਆ ਉੱਤੇ ਜਿਹੜੇ ਆਪਾਂ ਵੇਖਦੇ ਨਾ, ਇਸ ਮਾਹੌਲ ਤੋਂ ਬਾਹਰ ਨਿਕਲਾਂਗੇ, ਅਖਬਾਰ ਪੜ੍ਹਾਂਗੇ, ਇੱਕ ਧਰਮ ਦਾ ਬੰਦਾ ਦੂਜੇ ਖਿਲਾਫ਼ ਬੋਲ ਰਿਹਾ, ਦੂਜੇ ਤੀਜੇ ਖਿਲਾਫ਼ ਬੋਲ ਰਿਹਾ, ਇੱਕ ਦੇਸ਼ ਦੂਜੇ ਦੇ ਖਿਲਾਫ਼ ਬੋਲ ਰਿਹਾ, ਇੱਕ ਬੋਲੀ ਦੂਜੇ ਦੇ ਖਿਲਾਫ਼ ਬੋਲ ਰਹੀ ਹੈ, ਇਹ ਸਾਰੀ ਕੁੜੱਤਣ ਦੂਰ ਹੋ ਜਾਵੇਗੀ ਜੇ ਸੰਸਾਰ ਨੂੰ ਇਹ ਗੱਲ ਸਮਝ ਆ ਜਾਵੇ ਸਾਰਿਆਂ ਵਿੱਚ ਰੱਬ ਹੀ ਬੋਲ ਰਿਹਾ। ਭਾਵੇਂ ਉਹ ਕਿਹੜੀ ਮਰਜ਼ੀ ਭਾਸ਼ਾ ਬੋਲ ਰਿਹਾ ਹੋਵੇ, ਉਹਦੇ ਵਿੱਚ ਉਹ ਆਪ ਹੀ ਆਪਣੀ ਵਿਉਂਤਬੰਦੀ ਨਾਲ ਬੋਲ ਰਿਹਾ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਹ ਸਚਿਆਰ ਮਨੁੱਖ ਵੱਲ ਨੂੰ ਸਾਡੀਆਂ ਪੌੜੀਆਂ ਨੇ। ਸਿਮਰਨ ਹਰ ਪਲ ਕਰਨਾ, ਸਿਮਰਨ ਹਰ ਸਵਾਸ ਕਰਨਾ, ਸਿਮਰਨ ਉਸ ਪਰਮਾਤਮਾ ਦਾ ਕਰਨਾ ਜਿਹਦਾ ਕੋਈ ਰੂਪ ਨਹੀਂ, ਸਦਾ ਹੀ ਸੱਚ ਹੈ। ਸਿਮਰਨ ਇਸ ਲਈ ਕਰਨਾ ਕਿ ਅਸੀਂ ਸਚਿਆਰ ਮਨੁੱਖ ਬਣਨਾ, ਅਤੇ ਸਿਮਰਨ ਹਰ ਵਕਤ ਕਰਦੇ ਹਾਂ। ਚੇਤਾ ਰੱਖਣਾ, ਕੀ ਚੇਤਾ ਰੱਖਣਾ? ਹੁਣ ਮੈਂ ਜਪਜੀ ਦੀ ਬਾਕੀ ਬਾਣੀ ਦੇ ਛੋਟੇ ਛੋਟੇ ਇਸ਼ਾਰੇ ਕਰਕੇ ਤਾਂ ਕਿ ਤੁਹਾਨੂੰ ਓਵਰਵਿਊ ਮਿਲ ਜਾਵੇ। ਜਿਵੇਂ ਇੱਕ ਪੰਛੀ ਝਾਤ ਜਿਹਨੂੰ ਆਪਾਂ ਕਹਿੰਦੇ, ਚੇਤੇ ਰੱਖੀ ਸੁਣਨ ਵਾਲੇ, ਇਸ ਜਿਹੜੀ ਗੱਲ ਤੈਨੂੰ ਦੱਸੀ ਹੈ ਵੀ ਪਿੱਛੇ ਦੱਸਿਆ ਇਹਨੇ, ਬੇਟਾ ਇਸ ਗੱਲ ਨੂੰ ਸੁਣਨ ਵਾਲੇ ਬਹੁਤ ਉੱਚੀਆਂ ਪਦਵੀਆਂ ਪ੍ਰਾਪਤ ਕਰ ਲੈਂਦੇ ਨੇ। ਲੋਕ ਉਹਨਾਂ ਨੂੰ ਸਿੱਧ ਪੀਰ ਸੁਰਨਾਥ ਆਖਦੇ ਨੇ, ਲੋਕ ਉਹਨਾਂ ਨੂੰ ਈਸ਼ਰ ਬ੍ਰਹਮਾ ਇੰਦਰ ਆਖਦੇ ਨੇ, ਪੂਜਾ ਕਰਦੇ ਨੇ ਬ੍ਰਹਮਾ ਦੀ, ਈਸ਼ਰ ਦੀ, ਵਿਸ਼ਨੂੰ ਦੀ। ਰੱਬ ਜੀ ਕਹਿੰਦੇ ਨੇ ਕਿ ਜਦੋਂ ਸੱਚ ਦੀ ਗੱਲ ਸੁਣੇਗਾ ਤੇਰੇ ਜੇ ਗੁਣ ਆ ਜਾਣੇ ਨੇ, ਸਤ ਸੰਤੋਖ ਗਿਆਨ ਆ ਜਾਣਾ, ਸਾਰਾ ਗੁਣਾਂ ਕੇ ਗਾਹ, ਬਹੁਤ ਸਾਰੇ ਭਾਰੀ ਗੁਣਾਂ ਦੇ ਸਮੁੰਦਰਾਂ ਵਿੱਚ ਤੂੰ ਚੁੱਭੀ ਮਾਰ ਲੈਣੀ ਹੈ, ਤੇਰੇ ਵਿੱਚ ਬਹੁਤ ਗੁਣ ਆ ਜਾਣੇ ਨੇ, ਤੂੰ ਇੰਨੀ ਸਮਰੱਥਾ ਵਾਲਾ ਹੋ ਜਾਣਾ, ਤੇਰੀ ਸਮਰੱਥਾ ਦੀ ਵਿਆਖਿਆ ਹੀ ਨਹੀਂ ਹੋ ਸਕਦੀ, ਤੇਰੀ ਸੁਰਤ ਨੇ ਘੜੀ ਜਾਣਾ। ਆਪਾਂ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਨਾ, ਤੇਰੀ ਸੁਰਤ ਮਨ ਬੁੱਧ, ਵਕਤ ਮਿਲਿਆ ਮੈਂ ਇਹਨਾਂ ਦਾ ਖੁਲਾਸਾ ਵੀ ਕਰਾਂਗਾ। ਇਹ ਇੱਕ ਸਾਡੀ ਬਾਡੀ ਦੇ ਬਹੁਤ ਇੰਪੋਰਟੈਂਟ ਪਾਰਟ ਨੇ, ਸੁਰਤ ਮਨ ਅਤੇ ਬੁੱਧ। ਸਾਨੂੰ ਕਿਤਾਬਾਂ ਵਿੱਚ ਲਿਖੇ ਨਹੀਂ ਮਿਲਦੇ, ਪਰ ਗੁਰਬਾਣੀ ਵਿੱਚ ਇਹਨਾਂ ਦੀ ਪ੍ਰੋਪਰ ਫਿਜ਼ੀਕ ਦਿੱਤੀ ਹੋਈ ਹੈ ਕਿ ਕੰਮ ਕਿਵੇਂ ਕਰਦੇ ਨੇ। ਬਾਬਾ ਜੀ ਕਹਿੰਦੇ ਤੇਰੇ ਉਹ ਵੀ ਘੜੇ ਜਾਣੇ ਹੈ, ਸੁਰਤ ਮਨ ਬੁੱਧ, ਤੇਰੇ ਰਸਤੇ 'ਚ ਕੋਈ ਰੁਕਾਵਟ ਨਹੀਂ ਆਉਣੀ, ਮਾਰਗ ਠਾਕ ਨਾ ਪਾਏ, ਪਾਵੇ ਮੋਖ ਦੁਆਰ, ਤੂੰ ਮਨ ਲੈਣ ਕਰਕੇ ਦਰਬਾਰ ਵਿੱਚ ਪ੍ਰਵਾਨ ਹੋ ਜਾਵੇਂਗਾ। ਚੇਤੇ ਰੱਖੀ ਜਿਉਂ ਜਿਉਂ ਤੇਰੇ ਕੋਲ ਗੁਣ ਆਉਣਗੇ, ਤੂੰ ਐਵੇਂ ਡੀਂਗਾ ਮਾਰਨੀਆਂ ਸ਼ੁਰੂ ਨਾ ਕਰ ਦੇ, ਵੀ ਐਵੇਂ ਹਵਾ ਦੇ ਵਿੱਚ ਫਾਇਰ ਨਾ ਕਰੀ, ਜਿਵੇਂ ਉਹਨਾਂ ਰਿਸ਼ੀਆਂ ਮੁਨੀਆਂ ਨੇ ਆਪਣੇ ਗ੍ਰੰਥਾਂ ਵਿੱਚ ਕਰ ਦਿੱਤੇ ਹੋਏ ਨੇ। ਕਿਵੇਂ ਕਿ ਧਰਤੀ ਬੋਲ ਦੇ ਸਿੰਘਾਂ 'ਤੇ ਖੜੀ ਹੈ, ਕੋਈ ਕਹਿੰਦਾ ਸੱਪ ਦੇ ਫਣ 'ਤੇ ਖੜੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਭਲਿਓ ਪੁਰਸ਼ੋ ਤੁਹਾਡਾ ਇਹ ਮਜ਼ਬੂਨ ਨਹੀਂ ਹੈ, ਤੁਸੀਂ ਘਰਾਂ ਤੋਂ ਬਾਹਰ ਨਿਕਲ ਕੇ ਬੈਠ ਗਏ ਹੋ ਅਤੇ ਆਪਣੀਆਂ ਠੀਕ ਹੈ ਸੁਣੀਏ ਦੀਆਂ ਅਵਸਥਾ ਬਣ ਗਈਆਂ ਨੇ, ਮੰਨੇ ਦੀਆਂ ਬਣ ਗਈਆਂ ਨੇ, ਠੀਕ ਹੈ ਤੁਸੀਂ ਦੇਵਤਿਆਂ ਵਾਂਗੂ ਈਸ਼ਵਰ ਬ੍ਰਹਮਾ ਸ਼ਿਵ ਜੀ ਇਹੋ ਜਿਹੇ ਗੁਣ ਧਾਰਨ ਕਰ ਲਏ ਨੇ, ਪਰ ਤੁਹਾਨੂੰ ਵਿਗਿਆਨ ਦੀ ਸੋਝ ਹੀ ਨਹੀਂ ਹੈ,
ਐਵੇਂ ਅਚਕਣ ਪੱਟੂ ਨਾ ਲਾਇਓ, ਤੁਹਾਨੂੰ ਜਿਵੇਂ ਜਿਵੇਂ ਗਿਆਨ ਹਾਸਲ ਹੋਵੇਗਾ ਐਵੇਂ ਹਵਾਈ ਫਾਇਰ ਨਾ ਕਰੋ। ਹਵਾਈ ਫਾਇਰ ਕੀ ਸੀ ਕਿ ਧਰਤੀ ਬੋਲ ਦੇ ਸਿੰਘਾਂ 'ਤੇ ਖੜੀ ਹੈ, ਬੋਲਦ ਥੱਕ ਜਾਂਦਾ ਚੱਕ ਕੇ ਦੂਜੇ ਸਿੰਘ 'ਤੇ ਕਰਦਾ, ਕਹਿੰਦੇ ਕੀ ਆ ਗਿਆ ਭੁਚਾਲ ਆ ਗਿਆ, ਕਹਿੰਦੇ ਸੱਪ ਦੇ ਫਣ 'ਤੇ ਖੜੀ ਹੈ ਸੱਪ ਕੰਜ ਲਾਉਂਦਾ, ਕਹਿੰਦੇ ਭੁਚਾਲ ਆ ਗਿਆ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਭਲਿਓ ਪੁਰਸ਼ੋ ਤੁਹਾਡਾ ਇਹ ਵਿਸ਼ਾ ਨਹੀਂ ਹੈਗਾ, ਇਹ 'ਤੇ ਗੱਲ ਨਾ ਕਰੋ, ਪਰ ਕਿਉਂਕਿ ਤੁਸੀਂ ਕਰ ਲਈ ਹੈ, ਨਾਨਕ ਸੱਚ ਦਾ ਸੁਨੇਹਾ ਦੇਣ ਆਇਆ, ਮੈਂ ਦੱਸ ਦਿੰਦਾ ਧਰਤੀ ਕਿਸੇ ਬੋਲਦ ਦੇ ਸਿੰਘ 'ਤੇ ਨਹੀਂ ਖੜੀ। ਜੇ ਤੁਸੀਂ ਕਹਿੰਦੇ ਹੋ ਬੋਲਦ ਦੇ ਸਿੰਘ 'ਤੇ ਖੜੀ ਹੈ ਤਾਂ ਮੈਨੂੰ ਇਹ ਦੱਸੋ ਬੋਲਦ ਕਿੱਥੇ ਖੜਾ। ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਥੱਲੇ ਇੱਕ ਹੋਰ ਧਰਤੀ ਹੈ। ਬਾਬਾ ਜੀ ਕਹਿੰਦੇ ਨਹੀਂ ਬਾਈ ਮੈਨੂੰ ਨਹੀਂ ਪਤਾ। ਅੱਛਾ ਇੱਕ ਹੋਰ ਧਰਤੀ ਹੈ, ਚੰਗਾ ਗਿਆਨਵਾਨ ਵਿਦਵਾਨ ਜੀ ਮੈਨੂੰ ਇਹ ਦੱਸੋ ਫਿਰ ਉਹ ਧਰਤੀ ਕਿੱਥੇ ਖੜੀ ਹੈ। ਉਹ ਗੁਰੂ ਨਾਨਕ ਸਾਹਿਬ ਨੂੰ ਕਹੇ ਬਾਬਾ ਜੀ ਤੁਹਾਨੂੰ ਇਹ ਵੀ ਨਹੀਂ ਪਤਾ ਥੱਲੇ ਇੱਕ ਹੋਰ ਬਲਦ ਹੈ। ਬਾਬਾ ਜੀ ਕਹਿੰਦੇ ਨਹੀਂ ਬਈ ਮੈਨੂੰ ਨਹੀਂ ਪਤਾ ਇੱਕ ਹੋਰ ਬਲਦ ਹੈ, ਫਿਰ ਮੈਨੂੰ ਇਹ ਦੱਸੋ ਤੁਹਾਡਾ ਦੂਜਾ ਬੋਲਦ ਕਿੱਥੇ ਖੜਾ। ਕਹਿੰਦੇ ਥੱਲੇ ਇੱਕ ਹੋਰ ਧਰਤੀ ਹੈ। ਬਾਬਾ ਜੀ ਕਹਿੰਦੇ ਵਾਹ ਵਾਹ ਕਮਾਲ ਹੋ ਗਈ, ਗੱਲ ਸੱਤਵੀਂ ਧਰਤੀ 'ਤੇ ਪਹੁੰਚ ਗਈ, ਕਿਉਂਕਿ ਸੱਤ ਧਰਤੀਆਂ ਕਹਿੰਦੇ ਸੀ ਨਾ, ਸੱਤ ਬੋਲਦ ਕਹਿੰਦੇ ਸੀ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਹੁਣ ਤਾਂ ਸੱਤ ਹੋ ਗਈਆਂ, ਇੰਨਾ ਭਾਰ ਬੜਾ ਤਕੜਾ ਬੋਲਦ ਹੋਣਾ ਜਿਹਨੇ ਸੱਤ ਧਰਤੀਆਂ ਖੜੀਆਂ ਕੀਤੀਆਂ, ਮੈਨੂੰ ਇਹ ਦੱਸੋ ਸੱਤਵਾਂ ਬੋਲਦ ਕਿੱਥੇ ਖੜਾ ਹੈ। ਉਹ ਕਹਿੰਦੇ ਹੁਣ ਨਹੀਂ ਸਾਨੂੰ ਪਤਾ। ਅਤੇ ਬਾਪੂ ਜੀ ਕਹਿੰਦੇ ਹੁਣ ਅੱਗੇ ਫਿਰ ਮੈਂ ਦੱਸ ਦਿੰਦਾ ਕਿੱਥੇ ਖੜਾ। ਕਹਿੰਦੇ ਧੌਲ ਤਾਂ ਹੈਗਾ ਤੁਹਾਡੇ ਹਿਸਾਬ ਨਾਲ, ਧੌਲ ਹੀ ਕਹਿ ਲਓ ਉਹਨੂੰ, ਪਰ ਉਹ ਧੌਲ ਗਾਂ ਦਾ ਪੁੱਤਰ ਬਲਦ ਨਹੀਂ ਹੈਗਾ, ਉਹ ਧਰਮ ਦਾ, ਧਰਮ ਹੈ ਦਇਆ ਦਾ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਉਹ ਭਾਈ ਉਹ ਨਿਜ਼ਮ ਰੂਪੀ ਬਲਦ ਹੈ। ਤਾਂ ਇੱਥੋਂ ਤੁਹਾਨੂੰ ਅਰਥ ਕਲੀਅਰ ਹੋਣਗੇ ਧਰਮ ਕੀ ਹੁੰਦਾ। ਧੌਲ ਧਰਮ, ਧਰਮ ਹੈ ਇੱਕ ਨਿਜ਼ਮ। ਅਸੀਂ ਧਰਮ ਦੀ ਵਿਆਖਿਆ ਗਲਤ ਕਰ ਲੈਂਦੇ ਹਾਂ ਵੀ ਸਿੱਖ ਧਰਮ ਹੈ, ਹਿੰਦੂ ਧਰਮ ਹੈ। ਨਹੀਂ, ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਵੀ ਇੱਕ ਨਿਜ਼ਮ ਧਰਮ ਹੈ। ਪਰਮਾਤਮਾ ਨੇ ਆਪਣੇ ਨਿਜ਼ਮ ਦੇ ਵਿੱਚ ਇਸ ਧਰਤੀ ਨੂੰ ਖੜਾ ਕੀਤਾ ਹੋਇਆ, ਇਹ ਕਿਸੇ ਬਲਦ ਦੇ ਸਿੰਘ 'ਤੇ ਨਹੀਂ ਖੜੀ। ਦੇਖੋ ਕਿੱਡਾ ਵੱਡਾ ਗੁਰੂ ਹੈ ਗੁਰੂ ਨਾਨਕ, ਅਤੇ ਫਿਰ ਕਿਉਂ ਨਾ ਕਹੀਏ, ਕਿਉਂ ਨਾ ਕਹੀਏ, ਕਿਉਂ ਨਾ ਕਹੀਏ ਵਾਹਿਗੁਰੂ। ਕਿਉਂਕਿ ਲੋਕ ਕਹਿੰਦੇ ਰਹੇ ਧਰਤੀ ਬੋਲਦ ਦੇ ਸਿੰਘਾਂ 'ਤੇ ਖੜੀ ਹੈ, ਐਡਾ ਗਿਆਨ ਸਾਡੇ ਅਧਿਆਪਕ ਗੁਰੂ ਗੁਰੂ ਨਾਨਕ ਪਿਤਾ ਸੱਚੇ ਪਿਤਾ ਜੀ ਕੋਲੇ, ਕਹਿੰਦੇ ਕੋਈ ਬਲਦ ਨਹੀਂ, ਇਹ ਤਾਂ ਵਿਗਿਆਨ ਦਾ ਇੱਕ ਕੁਦਰਤ ਦਾ ਨਿਜ਼ਮ ਹੈ, ਉਹਨੇ ਧਰਤੀ ਨੂੰ ਬੰਨ ਕੇ ਰੱਖਿਆ ਹੋਇਆ। ਧਰਤੀ ਤੈਨੂੰ ਮੈਂ ਇਹ ਵੀ ਦੱਸ ਦੇਵਾਂ, ਇਹ ਸੱਤ ਨਹੀਂ, ਧਰਤੀ ਹੋਰ ਪਰੇ। ਅੱਜ ਕਿਹਾ ਨਾ ਵਿਗਿਆਨੀਆਂ ਨੇ ਕਿ 40 ਬਿਲੀਅਨ ਧਰਤੀਆਂ ਹੋਰ ਨੇ, 400 ਕਰੋੜ। ਅਤੇ ਬਾਬਾ ਜੀ ਕਹਿੰਦੇ ਇਹ ਪਤਾ ਹੀ ਨਹੀਂ ਕਿੰਨੀਆਂ ਨੇ, ਇਸ ਕਰਕੇ ਧੰਨ ਹੈ। ਇਹ ਗੱਲ ਕਹਿ ਰਹੇ ਨੇ ਕਿ ਸਿਮਰਨ ਕਰਦਿਆਂ ਕਰਦਿਆਂ ਚੇਤੇ ਵਿੱਚ ਇਹ ਗੱਲਾਂ ਰੱਖੀ, ਅਸੰਖ ਜਪ। ਬੜੇ ਲੋਕ ਪਰਮਾਤਮਾ ਨੂੰ ਜਪਦੇ ਨੇ, ਤੂੰ ਇਕੱਲਾ ਨਹੀਂ ਜਪ ਰਿਹਾ, ਬਹੁਤ ਨੇ ਜਪਣ ਵਾਲੇ, ਅਤੇ ਮੂਰਖ ਵੀ ਬਹੁਤ ਨੇ, ਅਸੰਖ ਮੂਰਖ ਅੰਧ ਘੋਰ। ਘਾਟ ਕਿਸੇ ਦੀ ਨਹੀਂ, ਜਪਣ ਵਾਲਿਆਂ ਦੀ ਵੀ ਨਹੀਂ ਅਤੇ ਮੂਰਖਾਂ ਦੀ ਵੀ ਨਹੀਂ। ਅਸੰਖ ਨਾਵ ਅਸੰਖ ਥਾਵ, ਉਹਦੇ ਥਾਂ ਪਤਾ ਨਹੀਂ ਕਿੱਥੇ, ਹਰ ਥਾਂ ਉਹ ਆਪ ਹੀ ਹੈ। ਕਹਿੰਦੇ ਮੈਂ ਸ਼ਬਦ ਅਸੰਖ ਵਰਤ ਤਾਂ ਲਿਆ, ਪਰ ਇਹ ਵੀ ਲੇਖੇ ਤੋਂ ਬਾਹਰ ਦੀ ਗੱਲ ਹੈ। ਮੈਂ ਐਵੇਂ ਹੀ ਸ਼ਬਦ ਵਰਤ ਲਿਆ, ਪਰ ਉਹ ਅਸਲ ਵਿੱਚ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਉਹਦੇ ਲਈ ਅਸੰਖ ਸ਼ਬਦ ਵੀ ਥੋੜ੍ਹਾ ਹੈ, ਕਿਉਂਕਿ ਉਹ ਪਤਾ ਹੀ ਨਹੀਂ ਕਿੱਡਾ ਵੱਡਾ, ਉਹ ਤਾਂ ਇਨਫਿਨਿਟੀ ਹੈ, ਚੇਤੇ ਰੱਖਣਾ। ਹੁਣ ਹੁਕਮਰਾਨ ਦੀ ਖੇਡ ਦਾ ਇੱਕ ਹੋਰ ਰਹੱਸ, ਜਪ ਜੀ ਵਿੱਚ ਬਹੁਤ ਰਹੱਸ ਖੁੱਲ੍ਹੇ ਨੇ, ਮੇਰੇ ਕੋਲ ਵਕਤ ਜਿੰਨਾ ਹੈ ਉਹਦੇ ਵਿੱਚ ਮੈਂ
ਰਹਿ ਕੇ ਤੁਹਾਨੂੰ ਇਸ਼ਾਰੇ ਦੇਣੇ ਨੇ। ਇੱਦਾਂ ਦੇ ਕਈ ਹੋਰ ਰਹੱਸ ਨੇ ਜਿਹੜੇ ਮੈਂ ਪਿੱਛੋਂ ਛੱਡ ਆਇਆ ਤਾਂ ਕਿ ਤੁਹਾਨੂੰ ਇੱਕ ਅੱਜ ਓਵਰਵਿਊ ਦੇ ਦੇਈਏ। ਇੱਕ ਪੰਛੀ ਝਾਤ ਅਸੀਂ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ। ਇਹਦਾ ਮਤਲਬ, ਇਹਦੇ ਮਗਰ ਇੱਕ ਬਹੁਤ ਵੱਡੀ ਗੱਲ ਹੈ, ਗੁਰੂ ਸਾਹਿਬ ਐਟੋਮਿਕ ਥਿਊਰੀ ਦੀ ਗੱਲ ਕਰਦੇ ਨੇ 15ਵੀਂ ਸਦੀ ਵਿੱਚ, ਜਿਹੜੀ ਡੈਲਟਨ ਨੇ ਬਾਅਦ ਵਿੱਚ ਆ ਕੇ ਦਿੱਤੀ, ਜਦੋਂ ਆਪਾਂ ਕਹਿੰਦੇ ਹਾਂ ਮੈਟਰ ਕੈਨ ਨੀਦਰ ਵੀ ਕ੍ਰੀਏਟਡ ਨੋਰ ਵੀ ਡਿਸਟਰੋਇਡ। 18ਵੀਂ ਸਦੀ ਵਿੱਚ ਜਦੋਂ ਇਹ ਗੱਲ ਕਹੀ ਗਈ ਨਾ, ਮਾਦਾ ਕੀ ਹੈ, ਐਟਮ ਕੀ ਹੈ, ਇਹਦੀ ਗੱਲ ਜਪਜੀ ਦੇ ਵਿੱਚ ਹੈ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ, ਕਿਵੇਂ ਆਏ ਗੱਲ, ਪਹਿਲਾਂ ਇਹ ਸਮਝ ਲਓ ਵਿਗਿਆਨ ਕੀ ਕਹਿੰਦਾ, ਫਿਰ ਤੈਨੂੰ ਐਂ ਸਮਝ ਆਵੇਗੀ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਆ। ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਨੂੰ ਸਮਝਣ ਦੇ ਲਈ ਵਿਗਿਆਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਬਹੁਤ ਵੱਡੇ ਵਿਗਿਆਨੀ ਨੇ, ਵਿਗਿਆਨ ਨੂੰ ਮਾਰਗ ਦਰਸ਼ਨ ਕਰ ਰਹੇ ਨੇ। ਅਤੇ ਜਦੋਂ ਤੱਕ ਵਿਗਿਆਨ ਦੀ ਸੋਝੀ ਨਹੀਂ ਆਉਣੀ ਤਾਂ ਗੁਰੂ ਨਾਨਕ ਸਾਹਿਬ ਦੀਆਂ ਵੀ ਅੱਧੀਆਂ ਗੱਲਾਂ ਗੁੱਝੀਆਂ ਹੀ ਰਹਿ ਜਾਣੀਆਂ ਨੇ, ਕਿਉਂਕਿ ਸਾਡੀ ਸਮਝ ਤੋਂ ਉੱਪਰੋਂ ਲੰਘ ਰਹੀਆਂ ਨੇ, ਅਸੀਂ ਉਹਦੇ ਅਰਥ ਕੁਝ ਹੋਰ ਸਮਝ ਰਹੇ ਹਾਂ। ਹੁਣ ਆਹ ਦੇਖਿਓ, ਐਟੋਮਿਕ ਥਿਊਰੀ 'ਚੋਂ ਸਾਨੂੰ ਸਮਝ ਆਈ ਸੀ ਇਲੈਕਟ੍ਰੋਨ ਅਤੇ ਨਿਊਕਲੀਅਸ, ਠੀਕ ਹੈ ਨਾ, ਵਿਚਾਲੇ ਨਿਊਕਲੀਅਸ, ਆਲੇ ਦੁਆਲੇ ਇਲੈਕਟ੍ਰੋਨ, ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਅਤੇ ਪ੍ਰੋਟੋਨ ਵਿੱਚ ਅੱਗੇ ਕੀ ਹੈ ਕੁਆਰਕਸ, ਅਤੇ ਕੁਆਰਕਸ ਵਿੱਚ ਅੱਗੇ ਕੀ ਹੈ ਸਟ੍ਰਿੰਗਸ। ਐਬਸੋਲਿਊਟਲੀ ਐਵਰੀਥਿੰਗ ਇਨ ਦਾ ਯੂਨੀਵਰਸ ਇਜ਼ ਕੰਪ੍ਰਾਈਜ਼ਡ ਆਫ ਟਾਈਨੀ ਵਾਈਬ੍ਰੇਟਿੰਗ ਸਟ੍ਰਿੰਗਸ। ਵਿਗਿਆਨੀ ਅੱਜ ਮੰਨ ਗਏ, ਕਹਿੰਦੇ ਹਰ ਥਾਂ ਦੇ ਉੱਤੇ ਇੱਕ ਚੀਜ਼ ਧੱਕ 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 ਧਾਗਾ ਧੜਕ ਰਿਹਾ ਹੈ, ਸਟ੍ਰਿੰਗ ਵਾਈਬ੍ਰੇਟ ਕਰ ਰਿਹਾ ਹੈ। ਯੂਨੀਵਰਸ ਇਜ਼ ਕੰਪ੍ਰਾਈਜ਼ਡ ਆਫ ਟਾਈਨੀ ਵਾਈਬ੍ਰੇਟਿੰਗ ਸਟ੍ਰਿੰਗਸ। ਇੱਥੋਂ ਤੱਕ ਵਿਗਿਆਨ ਨੂੰ ਸਮਝ ਆਈ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਆਹ ਦੇਖੋ ਹੁਕਮਰਾਨ ਦੀ ਖੇਡ ਦਾ ਰਹੱਸ ਕਿਵੇਂ ਖੋਲਦੇ ਆ। ਐਨਰਜੀ ਕ੍ਰੀਏਟ ਹੋਣ ਦੇ ਦੋ ਢੰਗ ਨੇ, ਕਿਹੜੇ ਕਿਹੜੇ, ਐਨਰਜੀ ਕਿਵੇਂ ਬਣਦੀ ਹੈ। ਸ਼ਾਬਾਸ਼, ਮੈਂ ਸਕਰੀਨ 'ਤੇ ਹਿੰਟ ਦੇ ਰਿਹਾ ਤੁਹਾਨੂੰ, ਤੁਹਾਡੇ ਟੀਚਰ ਸਾਇੰਸ ਅਤੇ ਫਿਜਿਕਸ ਦੇ ਪੜ੍ਹਾਉਂਦੇ ਹੋਣਗੇ। ਐਨਰਜੀ ਕਿਵੇਂ ਕ੍ਰੀਏਟ ਹੁੰਦੀ ਹੈ, ਦੋ ਹੀ ਤਰੀਕੇ ਨੇ, ਜਾਂ ਤਾਂ ਫਿਊਜ਼ਨ ਅਤੇ ਜਾਂ ਫਿਜ਼ਨ, ਇਸ ਤੋਂ ਬਿਨਾਂ ਐਨਰਜੀ ਨਹੀਂ ਬਣ ਸਕਦੀ। ਦੋ ਚੀਜ਼ਾਂ ਆਪਸ ਵਿੱਚ ਰੜਦੀਆਂ ਨੇ ਅਤੇ ਜਾਂ ਟੁੱਟਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੰਯੋਗ ਅਤੇ ਵਿਯੋਗ। ਫਿਊਜ਼ਨ ਕੀ ਹੈ, ਜੁੜ ਗਈਆਂ ਦੋ ਚੀਜ਼ਾਂ, ਸੰਯੋਗ ਹੋ ਗਿਆ। ਵਿਯੋਗ ਕੀ ਹੈ, ਮਾਦਾ ਟੁੱਟ ਗਿਆ ਤਾਂ ਐਨਰਜੀ ਨਿਕਲ ਆਈ, ਜੁੜ ਗਿਆ ਤਾਂ ਟੂ ਨਿਊਕਲਾਈ ਕੰਬਾਈਨ ਟੂ ਫੋਰਮ ਏ ਹੈਵੀ ਨਿਊਕਲੀਅਸ, ਫਿਊਜ਼ਨ ਹੈ। ਨਿਊਕਲੀਅਸ ਸਪਲਿਟਸ ਇਨਟੂ ਟੂ ਸਮਾਲ ਨਿਊਕਲਾਈ, ਇਹ ਤੁਹਾਡਾ ਫਿਜ਼ਨ ਹੈ। ਫਿਊਜ਼ਨ ਅਤੇ ਫਿਜ਼ਨ ਐਨਰਜੀ ਕ੍ਰੀਏਟ ਕਰਦੇ ਨੇ। ਅਤੇ ਬਾਬਾ ਜੀ ਕਹਿੰਦੇ ਇਹ ਫਿਊਜ਼ਨ ਅਤੇ ਫਿਜ਼ਨ ਸਾਰੇ ਸੰਸਾਰ ਦੀ ਕਾਰ ਚਲਾਉਂਦੇ ਨੇ, ਸੰਯੋਗ ਵਿਯੋਗ ਦੋਏ ਕਾਰ। ਦੇਖੋ ਤੀਰ ਵੱਜਦਾ ਕਿੱਥੇ ਪਿਆ, ਗੁਰੂ ਨਾਨਕ ਸਾਹਿਬ ਦੀ ਪਹੁੰਚ ਅਗੰਮੀ ਹੈ। ਗੁਰੂ ਨਾਨਕ ਸਾਹਿਬ ਜਿੱਡੀ ਉਡਾਰੀ ਜਿਹਦੀ ਵੱਜ ਜਾਊਗੀ, ਜਿਉਂ ਜਿਉਂ ਮਨੁੱਖ ਦੇ ਗਿਆਨ ਪ੍ਰਗਟ ਹੋਵੇਗਾ, ਅਗਿਆਨ ਦੀਆਂ ਪਰਤਾਂ ਖੁੱਲਣਗੀਆਂ ਅਤੇ ਫਿਰ ਸਮਝ ਆਊਗੀ ਗੁਰਬਾਣੀ ਕਹਿੰਦੀ ਕੀ ਹੈ। ਇਹ ਫਿਊਜ਼ਨ ਅਤੇ ਫਿਜ਼ਨ ਦੇ ਨਾਲ ਸਾਰੀ ਗੇਮ ਚੱਲਦੀ ਪਈ ਹੈ। ਇਸ ਕਰਕੇ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਹਤ ਜੋ ਜੁਗ ਏਕੋ ਵੇਸ। ਉਹਨੂੰ ਸਦਾ ਹੀ ਨਮਸਕਾਰ, ਲਗਾਤਾਰ ਨਮਸਕਾਰ। ਉਹ ਹਵਾ ਵਰਗਾ ਹੈ, ਹਰ ਥਾਂ ਹੈ, ਉਹਦਾ ਨਾਸ਼ ਨਹੀਂ ਹੋ ਸਕਦਾ। ਅਨਾਦ ਅਨਾਹਤ ਮੁੱਢ ਤੋਂ ਹੈ, ਜੁਗ ਜੁਗ ਏਕੋ ਵੇਸ, ਸਦਾ ਹੀ ਉਹ ਆਪ ਸੀ। ਪਿੱਛੇ ਕੀ ਲਿਖਿਆ ਸੀ,
ਇਹ ਗੱਲ ਕਿਵੇਂ ਸਮਝ ਆਉਣੀ ਹੈ? ਤੁਹਾਨੂੰ ਗਿਆਨ ਨੂੰ ਭੁਗਤ ਬਣਾਉਣਾ ਪੈਣਾ, ਤਾਂ ਸਮਝ ਆਊਗੀ ਕਿ ਦੁਨੀਆ ਚੱਲ ਕੀ ਰਹੀ ਹੈ, ਦੁਨੀਆ ਦਾ ਰਹੱਸ ਕੀ ਹੈ। ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਬਾਈ ਦੱਬ ਕੇ ਪੜ੍ਹੋ, ਦੱਬ ਕੇ ਪੜ੍ਹੋ। ਭੁਗਤ ਗਿਆਨ ਦਾ ਮਤਲਬ ਹੈ ਗਿਆਨ ਨੂੰ ਭੋਜਨ ਬਣਾਓ, ਗਿਆਨ ਹਾਸਲ ਕਰੋ, ਘੋਟ ਕੇ ਪੀ ਜਾਓ ਗਿਆਨ ਨੂੰ, ਗਿਆਨ ਦਾ ਭੋਜਨ ਬਣਾ ਲਵੋ। ਅਤੇ ਫਿਰ ਗਿਆਨ ਨੂੰ ਆਪਣੇ ਤੱਕ ਸੀਮਤ ਨਾ ਰੱਖੋ, ਗਿਆਨ ਨੂੰ ਵੰਡ ਦਿਓ, ਦਇਆ ਭੰਡਾਰਨ। ਦੇਖੋ ਅੱਜ ਵਿਗਿਆਨੀ ਇਹ ਗੱਲ ਮੰਨਦੇ ਨੇ, ਵੱਡੀਆਂ ਵੱਡੀਆਂ ਖੋਜਾਂ ਇੱਕ ਵਿਗਿਆਨੀ ਨਹੀਂ ਕਰ ਸਕਦਾ, ਇੱਕ ਨਿੱਕਾ ਜਿਹਾ ਨੁਕਤਾ ਹੁੰਦਾ ਉਹ ਵਿਗਿਆਨੀਆਂ ਦੀ ਟੀਮ ਦੇ ਦਿਮਾਗ ਵਿੱਚ ਪਾ ਦਿੱਤਾ ਜਾਂਦਾ। ਹਰ ਵਿਗਿਆਨੀ ਆਪਣੇ ਢੰਗ ਨਾਲ ਸੋਚਦਾ, ਉਹਨਾਂ ਦੀ ਰਲਮੀ ਸੋਚ ਵਿੱਚੋਂ ਇੱਕ ਨਵਾਂ ਵਿਗਿਆਨ ਦਾ ਕੰਸੈਪਟ ਕਲੀਅਰ ਹੋ ਜਾਂਦਾ, ਕੁਦਰਤ ਦੀ ਸਮਝ ਆ ਜਾਂਦੀ ਹੈ ਕਿ ਅਸਲੀ ਗੱਲ ਕੀ ਹੈ। ਗੁਰੂ ਸਾਹਿਬ ਕਹਿੰਦੇ ਗਿਆਨ ਹਾਸਲ ਕਰੋ, ਗਿਆਨ ਨੂੰ ਟੀਮ ਵਿੱਚ ਵੰਡ ਦਿਓ। ਇਹ ਨਾ ਕਹੋ ਕਿ ਗਿਆਨ ਮੇਰੇ ਤੱਕ ਰਹੇ, ਮੈਂ ਗਿਆਨ ਦੱਬ ਕੇ ਹੀ ਰੱਖਣਾ। ਜਿਵੇਂ ਪੁਰਾਤਨ ਕੀ ਸੀ, ਜਿਹਨਾਂ ਲੋਕਾਂ ਨੂੰ ਗਿਆਨ ਸੀ ਉਹ ਕਹਿੰਦੇ ਸਨ ਆਮ ਲੋਕਾਂ ਨੂੰ ਗਿਆਨ ਨਹੀਂ ਦੇਣਾ। ਗੁਰੂ ਸਾਹਿਬ ਕਹਿੰਦੇ ਸਾਰਿਆਂ ਨੂੰ ਵੰਡ ਦਿਓ, ਵਿੱਦਿਆ ਦਾ ਵਪਾਰ ਨਾ ਕਰੋ, ਸਾਰਿਆਂ ਨੂੰ ਵੰਡ ਦਿਓ। ਫਿਰ ਜਦੋਂ ਵੰਡ ਦੇਵੋਂਗੇ ਉਸ ਗਿਆਨ ਨੂੰ ਉਹ ਹੋਰ ਪ੍ਰਫੁੱਲਤ ਕਰ ਲੈਣਗੇ। ਜਦੋਂ ਗਿਆਨ ਪ੍ਰਫੁੱਲਤ ਹੋ ਗਿਆ ਫਿਰ ਇਹ ਸਮਝ ਆਵੇਗੀ ਘੱਟ ਘੱਟ ਵਾਜੈ, ਕੀ ਸਮਝ ਆਵੇਗੀ ਘੱਟ ਘੱਟ ਵਾਜੈ। ਇਹ ਸਟ੍ਰਿੰਗ ਥਿਊਰੀ ਹੈ ਜਿਹੜੀ ਅੱਜ ਕਹਿੰਦੀ ਹੈ ਐਵਰੀਥਿੰਗ ਇਨ ਦਾ ਯੂਨੀਵਰਸ ਇਜ਼ ਕੰਪਰਾਈਜ਼ਡ ਆਫ ਟਾਈਨੀ ਵਾਈਬ੍ਰੇਟਿੰਗ ਸਟ੍ਰਿੰਗਸ। ਐਵਰੀਥਿੰਗ ਇਨ ਦਾ ਯੂਨੀਵਰਸ ਇਜ਼ ਕੰਪਰਾਈਜ਼ਡ ਆਫ ਟਾਈਨੀ ਵਾਈਬ੍ਰੇਟਿੰਗ ਸਟ੍ਰਿੰਗਸ। ਆ ਲਿਖਿਆ ਨਾ ਘੱਟ ਘੱਟ ਵਾਜੈ ਨਾਦ, ਹੁਣ ਸਾਨੂੰ ਸਮਝ ਆਈ ਹੈ ਵਿਗਿਆਨ ਨੂੰ। ਪਰ ਗੁਰੂ ਸਾਹਿਬ ਕਹਿੰਦੇ ਇਹ ਤੁਹਾਨੂੰ 15ਵੀਂ ਸਦੀ ਵਿੱਚ ਕਹਿੰਦੇ ਨੇ ਕਿ ਤੁਹਾਨੂੰ ਇਹ ਸਮਝ ਆ ਜਾਵੇਗੀ, ਅਤੇ ਇਹ ਸਾਡੀ ਪਕੜ ਵਿੱਚ ਹੈ। ਫਿਰ ਕੀ ਕਹਿੰਦੇ ਨੇ ਆਪ ਨਾਥ, ਨਾਥੀ ਸਭ ਜਾ ਕੀ, ਪਰਮਾਤਮਾ ਆਪ ਮਾਲਕ ਹੈ ਅਤੇ ਸਾਰਿਆਂ ਦੇ ਨੱਕ ਵਿੱਚੋਂ ਨਥੇਲ ਪਾਈ ਹੋਈ ਹੈ। ਕਿਵੇਂ ਪਾਈ ਹੋਈ ਹੈ ਇਹ ਹੁਣ ਸਟ੍ਰਿੰਗ ਥਿਊਰੀ ਨੇ ਕਲੀਅਰ ਕਰ ਦਿੱਤਾ ਹੈ। ਆਹ ਬਿਲਡਿੰਗ ਵੀ ਹੈ ਨਾ, ਆਹ ਲੱਕੜ ਵੀ ਹੈ ਨਾ, ਆਲਾ ਦੁਆਲਾ, ਇਹਨਾਂ ਸਾਰਿਆਂ ਦੇ ਵਿੱਚ ਧਾਗੇ ਵਾਂਗੂ ਵਾਈਬ੍ਰੇਸ਼ਨ ਹੈ, ਮਤਲਬ ਕਿ ਜ਼ਿੰਦਗੀ ਹੈ ਕਹਿ ਲਵੋ। ਇਹ ਪਰਮਾਤਮਾ ਦੀਆਂ ਲਾਈਆਂ ਹੋਈਆਂ ਚਿਪਸ ਨੇ। ਤੁਹਾਨੂੰ ਪਤਾ ਨਾ ਚਿਪ ਲੱਗੀ ਹੋਵੇ ਤੁਹਾਡੇ ਫੋਨ ਦੇ ਵਿੱਚ, ਤੁਹਾਨੂੰ ਦੂਰੋਂ ਅਸੈਸ ਹੋ ਜਾਂਦਾ ਵੀ ਬੰਦਾ ਇਸ ਵੇਲੇ ਹੈ ਕਿੱਥੇ ਹੈ। ਅਤੇ ਪਰਮਾਤਮਾ ਨੇ ਸਾਡੇ ਸਾਰਿਆਂ ਅੰਦਰ ਚਿਪ ਲਾ ਕੇ ਸਾਨੂੰ ਛੱਡਿਆ ਹੋਇਆ, ਅਤੇ ਉੱਥੇ ਬੰਦਾ ਬੰਦਾ ਕੋਈ ਧਰਮਰਾਜ ਨਹੀਂ ਹੈਗਾ। ਪਰਮਾਤਮਾ ਦਾ ਆਪਣਾ ਸਿਸਟਮ ਹੀ ਆਟੋਮੈਟਿਕ ਹੈ, ਤੁਹਾਡਾ ਸਾਰਾ ਡਾਟਾ ਰਿਕਾਰਡ ਹੋ ਰਿਹਾ। ਅੱਜ ਮਨੁੱਖ ਨੂੰ ਇਹ ਸਮਝ ਆਉਂਦੀ ਹੈ ਕਿ ਐਂ ਹੋ ਸਕਦਾ, ਹੁੰਦਾ ਨਾ ਵੀ ਆਪਾਂ ਦੇਖਦੇ ਹਾਂ ਫੋਨ ਤੁਹਾਡੀ ਜੇਬ ਵਿੱਚ ਆ, ਤੁਹਾਨੂੰ ਦੂਰੋਂ ਅਸੈਸ, ਤੁਸੀਂ ਸਾਰੇ ਅੰਡਰ ਸਰਵੇਲੈਂਸ ਹੋ ਵੀ ਕੀ ਕਰ ਰਹੇ ਹੋ, ਤੁਹਾਡਾ ਇੰਟਰਨੈਟ ਚੱਲ ਰਿਹਾ, ਤੁਸੀਂ ਕੀ ਕਰਦੇ ਹੋ, ਕਿੱਥੇ ਹੋ, ਤੁਹਾਡੀ ਆਵਾਜ਼ ਤੱਕ ਉਹਨਾਂ ਕੋਲ ਪਹੁੰਚ ਸਕਦੀ ਹੈ, ਤੁਹਾਡੀ ਫੋਟੋ ਤੱਕ ਪਹੁੰਚ ਸਕਦੀ ਹੈ, ਤੁਹਾਨੂੰ ਪਤਾ ਹੀ ਨਹੀਂ। ਅਤੇ ਜੇ ਤੁਹਾਡੇ ਕੋਲ ਪਹੁੰਚ ਸਕਦੀ ਹੈ ਅਤੇ ਪਰਮਾਤਮਾ ਤੁਹਾਨੂੰ ਗਿਆਨ ਦਿੰਦਾ, ਉਹਦਾ ਧਰਮਰਾਜ ਕੋਈ ਬੰਦਾ ਨਹੀਂ ਹੈ, ਉਹਦੀ ਟੈਕਨੋਲੋਜੀ ਦਾ ਨਾਂ ਧਰਮਰਾਜ ਹੈ, ਜਿਹੜੀ ਆਪਣੀ ਵਿਉਂਤ ਨਾਲ, ਧਰਮ ਮੀਨਸ ਇੱਕ ਵਿਉਂਤ, ਰਾਜ ਮੀਨ ਰਾਜ ਕਰਨਾ, ਇੱਕ ਵਿਉਂਤਬੰਦੀ ਨਾਲ ਰਾਜ ਕਰ ਰਿਹਾ। ਉਹ ਕੋਈ ਬੰਦੇ ਦਾ ਨਾਂ ਧਰਮਰਾਜ ਨਹੀਂ, ਇੱਕ ਵਿਧੀ ਵਿਉਂਤ ਦਾ ਨਾਂ ਧਰਮਰਾਜ ਹੈ। ਉਹਨੇ ਸਾਡੇ ਅੰਦਰ ਚਿੱਪ ਲਾ ਕੇ ਛੱਡੀ ਹੋਈ ਹੈ, ਆਪ ਨਾਥ ਨਾਥੀ ਸਭ ਜਾ ਕੀ। ਅਤੇ ਬਾਬਾ ਜੀ ਕਹਿੰਦੇ ਐਵੇਂ ਰਿੱਧੀਆਂ ਸਿੱਧੀਆਂ ਨਾ ਦਿਖਾਓ, ਥੋੜ੍ਹਾ ਥੋੜ੍ਹਾ ਨਾਮ ਜਪ ਕੇ ਤਾਕਤਾਂ ਜੀਆਂ ਹਾਸਲ ਕਰਕੇ ਲੋਕਾਂ ਨੂੰ ਨਾ ਭਰਮਾਓ। ਰਿੱਧ ਸਿੱਧ ਅਵਰਾ ਸਾਧ, ਸੰਯੋਗ ਵਿਯੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ ਆਦੇਸ਼, ਤਿਸੇ ਆਦੇਸ਼
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸਚਿਆਰ ਮਨੁੱਖ ਦਾ ਪੈਂਡਾ ਕੀ ਹੈ? ਅਸੀਂ ਗੱਲ ਆਰੰਭ ਕੀਤੀ ਸੀ, ਸਾਨੂੰ ਮਿਹਨਤ ਕਰਨੀ ਪਵੇਗੀ, ਮਿਹਨਤ ਜਿਹਨੂੰ ਸ਼ਰਮ ਕਹਿੰਦੇ ਨੇ। ਅਤੇ ਮਿਹਨਤ ਕਰਨ ਤੋਂ ਪਹਿਲਾਂ ਧਰਮਖੰਡ ਵਿੱਚ ਆ ਜਾਵਾਂਗੇ, ਕਿਉਂਕਿ ਮਿਹਨਤੀ ਮਨੁੱਖ ਦਾ ਸੁਭਾਅ ਹੁੰਦਾ ਕੁਝ ਜਾਣਨਾ ਚਾਹੁੰਦਾ, ਮੇਰਾ ਪ੍ਰਯੋਜਨ ਕੀ ਹੈ, ਮੈਂ ਕੀ ਕਰਨਾ, ਕਿਵੇਂ ਕਰਨਾ, ਕਿਉਂ ਕਰਨਾ। ਫਿਰ ਉਹ ਗਿਆਨ ਖੰਡ ਵਿੱਚ ਆ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਕੁਝ ਵੀ ਕਰ ਲਵਾਂ ਤਾਂ ਵੀ ਮੈਂ ਜੀਰੋ ਹਾਂ, ਕਿਉਂਕਿ ਐਡੇ ਵੱਡੇ ਬ੍ਰਹਿਮੰਡ ਦੇ ਵਿੱਚ ਮੇਰੀ ਸਮਝ ਤਾਂ ਆਟੇ 'ਚ ਲੂਣ ਵੀ ਨਹੀਂ। ਉਹਨੂੰ ਸੋਝੀ ਆ ਗਈ ਕਿ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨ ਜਲਈ ਨਾਮ ਵਿਸਾਰਿਆ, ਇੱਕ ਨਾ ਚੱਲੀਆ ਨਾਲ। ਫਿਰ ਉਹ ਮਿਹਨਤ ਕਰਦਾ ਹੈ। ਇਹ ਗੱਲ ਜਾਣ ਕੇ ਆਲਸੀ ਨਹੀਂ ਹੁੰਦਾ ਕਿ ਮੇਰੇ ਕਰਨ ਦਾ ਫਾਇਦਾ ਹੀ ਕੋਈ ਨਹੀਂ, ਮੈਂ ਫਿਰ ਕੀ ਲੋੜ ਹੈ ਕਰਨ ਦੀ। ਇਹ ਵੀ ਖਿਆਲ ਰੱਖਿਓ, ਕੋਈ ਮਨੁੱਖ ਜਿਹੜਾ ਸੰਨਿਆਸੀ ਹੋਵੇਗਾ, ਉਦਾਸੀ ਹੋਵੇਗਾ, ਉਹ ਕਹੇਗਾ ਫਾਇਦਾ ਹੀ ਕੋਈ ਨਹੀਂ, ਚੱਲ ਛੱਡ ਕੀ ਕਰਨਾ। ਉਹ ਬਾਬਾ ਜੀ ਕਹਿੰਦੇ ਚੱਲ ਛੱਡ ਨਹੀਂ, ਹੁਣ ਆ ਮੈਦਾਨ ਦੇ ਵਿੱਚ ਅਖਾੜੇ ਵਿੱਚ ਆ, ਕੋਈ ਜਿੱਤ ਗਿਆ ਗੱਲ ਕੋਈ ਨਹੀਂ, ਪਰ ਤੂੰ ਅਖਾੜੇ ਵਿੱਚ ਆ ਕੇ ਵਰਜਿਸ਼ ਕਰ, ਇਸ ਕਰਮ ਰੂਪੀ ਅਖਾੜੇ ਵਿੱਚ ਧਰਤੀ ਦੇ ਵਿੱਚ ਮਿਹਨਤ ਕਰ ਸਰਮਖੰਡ, ਫਿਰ ਤੇਰੇ 'ਤੇ ਕਰਮ ਹੋਵੇਗੀ, ਬਖਸ਼ਿਸ਼ ਹੋਵੇਗੀ। ਅਤੇ ਕਰਮਖੰਡ ਅਤੇ ਸੱਚਖੰਡ 'ਚ ਮੈਂ ਬਹੁਤ ਇਹ ਡਾਟਡ ਲਾਈਨ ਦਿੱਤੀ ਹੈ ਨਾ, ਇੱਥੋਂ ਬੰਦਾ ਉੱਪਰ ਥੱਲੇ ਚੱਲਦਾ ਰਹਿੰਦਾ, ਪਤਾ ਨਹੀਂ ਕਦੋਂ ਕਰਮਖੰਡ ਕਦੋਂ ਸੱਚਖੰਡ ਇਹ ਬਿਆਨ ਤੋਂ ਬਾਹਰੇ ਨੇ। ਕਵੀ ਜੀੜਾ ਉਪ ਚੜ੍ਹਤ ਹੈ ਖਬੂ ਜਾਏ ਪਿਆਲੇ, ਇਹ ਪਤਾ ਨਹੀਂ ਜੀੜਾ ਕਦੋਂ ਅਵਸਥਾਵਾਂ ਵਿੱਚ ਬਦਲਦਾ ਰਹਿੰਦਾ। ਸਚਿਆਰ ਬਣਿਆ ਰਹੇ, ਅਭਿਆਸੀ ਬਣਿਆ ਰਹੇ, ਸਰਮਖੰਡ ਵਿੱਚ ਮਿਹਨਤ ਕਰਦਾ ਰਹੇ ਤਾਂ ਉਹ ਕਰਮਖੰਡ 'ਚੋਂ ਸੱਚਖੰਡ ਵਿੱਚ ਰਹਿੰਦਾ, ਮਿਹਨਤ ਛੱਡਦਾ ਤਾਂ ਫਿਰ ਉਹ ਥੱਲੇ ਆ ਜਾਂਦਾ। ਸੋ ਮਿਹਨਤ ਕਰਦੇ ਰਹਿਣਾ ਤਾਂ ਕਿ ਕਰਮਖੰਡ ਤੋਂ ਸੱਚਖੰਡ ਤੱਕ ਅੱਪੜ ਜਾਈਏ। ਅਖੀਰ 'ਤੇ ਆਉਂਦਾ ਸਲੋਕ, ਪਵਨ ਗੁਰੂ ਬਾਣੀ। ਪਿਆਰੇ ਬੱਚਿਓ, ਬਾਣੀ ਨੂੰ ਆਪਾਂ ਪੜ੍ਹਨਾ ਨਹੀਂ ਹੈ, ਬਾਣੀ ਦਾ ਆਪਾਂ ਨੇ ਪਾਠ ਨਹੀਂ ਕਰਨਾ, ਪਾਠ ਨਹੀਂ ਕਰਨਾ, ਗੁਰਬਾਣੀ ਨੂੰ ਸਮਝਣਾ। ਇਹ ਸ਼ਬਦ ਸਾਡੇ ਵਿੱਚ ਪਤਾ ਨਹੀਂ ਕਿੱਥੇ ਆਇਆ। ਬਾਬਾ ਜੀ ਤਾਂ ਕਹਿੰਦੇ ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਮਲ ਭੁਹੰਗਮ ਸਾਧੇ, ਪੰਜ ਜਨਾ ਸਿਉਂ ਸੰਗ ਨ ਛੁਟਕਿਓ। ਉਹ ਗੱਲ ਹੀ ਨਹੀਂ ਬਣਨੀ ਇਹਦੇ ਨਾਲ, ਆਪਾਂ ਕਹਿੰਦੇ ਹਾਂ ਪਾਠ ਕਰਨਾ। ਬੇਟਾ ਜੀ, ਅਸੀਂ ਕਦੀ ਆਪਣੀ ਗਿਆਨ ਦਾ ਦੁਨਿਆਵੀ ਪਾਠ ਨਹੀਂ ਕਰਦੇ, ਅਸੀਂ ਕੀ ਕਰਦੇ ਹਾਂ, ਆਪਾਂ ਅਧਿਐਨ ਕਰਦੇ ਹਾਂ। ਜੇ ਦੁਨਿਆਵੀ ਗਿਆਨ ਦਾ ਅਧਿਐਨ ਕਰਦੇ ਹਾਂ ਤਾਂ ਬ੍ਰਹਮ ਗਿਆਨ ਦਾ ਪਾਠ ਕਿਉਂ ਕਰੀਏ? ਵੀ ਪਾਠ ਕੀਤੇ ਹਾਂ ਤਾਂ ਦੁਨਿਆਵੀ ਗਿਆਨ ਸਮਝ ਨਹੀਂ ਆਉਂਦਾ, ਅਤੇ ਬ੍ਰਹਮ ਗਿਆਨ ਕਿਵੇਂ ਸਮਝ ਆਵੇਗਾ? ਬੇਟਾ ਜੀ, ਅਸੀਂ ਗੁਰਬਾਣੀ ਦਾ ਅਧਿਐਨ ਕਰਨਾ, ਹਾਂ ਅਧਿਐਨ ਕਰਦਿਆਂ ਕਰਦਿਆਂ ਅਸੀਂ ਪਾਠ ਕਰਨ 'ਤੇ ਜ਼ਰੂਰ ਆ ਜਾਵਾਂਗੇ, ਕਿਉਂਕਿ ਗੱਲ ਪਕੜ ਵਿੱਚ ਆ ਜਾਵੇਗੀ ਅਤੇ ਫਿਰ ਪਾਠ ਵੀ ਹੋ ਸਕੇਗਾ, ਕਿਉਂਕਿ ਫਿਰ ਉਹ ਪਾਠ ਦੇ ਵਿੱਚ ਅਧਿਐਨ ਨਾਲ ਨਾਲ ਹੋ ਰਿਹਾ ਹੋਵੇਗਾ। ਕੋਈ ਵੀ ਕੈਮਿਸਟਰੀ ਦੀ ਕੰਸੈਪਟ ਸਮਝਣਾ ਹੋਵੇ, ਫਿਜ਼ੀਓਲੋਜੀ ਦਾ ਕੰਸੈਪਟ ਸਮਝਣਾ ਹੋਵੇ, ਕਦੀ ਉਹਦਾ ਪਾਠ ਕਰਕੇ ਸਮਝ ਨਹੀਂ ਆਉਂਦਾ, ਉਹਨੂੰ ਆਰਾਮ ਨਾਲ ਸਮਝਣਾ ਪੈਂਦਾ। ਪਰ ਜਦੋਂ ਸਮਝ ਆ ਜਾਵੇ ਫਿਰ ਆਪਾਂ ਉਹਨੂੰ ਦੁਹਰਾ ਸਕਦੇ ਹਾਂ ਸਪੀਡ ਨਾਲ, ਕਿਉਂ ਜੀ ਜਿਨ ਪੇਪਰ ਹੁੰਦਾ ਆਪਾਂ ਫਟਾਫਟ ਪੜ੍ਹ ਲੈਂਦੇ ਹਾਂ, ਐਂ ਕੰਮ ਹੁੰਦਾ। ਪਰ ਪਹਿਲੀ ਵਾਰੀ ਐਂ ਤੇਜ਼ ਤੇਜ਼ ਪੜ੍ਹ ਦਈਏ ਤਾਂ ਉਹ ਕੰਸੈਪਟ ਕਦੀ ਕਲੀਅਰ ਨਹੀਂ ਹੁੰਦਾ। ਅਸੀਂ ਅਧਿਐਨ ਤੋਂ ਪਾਠ ਤੱਕ ਤਾਂ ਪਹੁੰਚਾਂਗੇ ਜੇ ਅਧਿਐਨ ਕਰਾਂਗੇ। ਹੁਣ ਦੇਖੋ ਆਹ ਸਲੋਕ ਵਿੱਚ ਹੀ ਬੜੀ ਘੁੰਡੀ ਹੈ, ਆਪਾਂ ਪੜ੍ਹ ਛੱਡਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੋ ਦਾਈ ਦਾਇਆ ਖੇਲੇ ਸਗਲ ਜਗਤ। ਇੱਥੇ ਗੁਰੂ ਸਾਹਿਬ ਨੇ ਜਪ ਜੀ ਦੀ ਸਾਰੀ ਖੇਡ ਨੂੰ ਫਿਰ ਗੁੰਦ ਕੇ ਰੱਖ ਦਿੱਤਾ ਹੈ, ਸਮਰੀ ਸਟੇਟਮੈਂਟ ਹੈ। ਪਹਿਲਾ ਸਲੋਕ ਅਤੇ ਆਖਰੀ ਸਲੋਕ ਦੋਨੋਂ ਸਮਰੀ ਸਟੇਟਮੈਂਟਸ ਨੇ।
ਪਹਿਲੇ ਵਿੱਚ ਕਿਹਾ ਸੀ ਉਹਨੂੰ ਸਿਮਰਨ ਕਰਨਾ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਹੁਣ ਇਹ ਪਵਨ ਗੁਰੂ ਪਾਣੀ ਪਿਤਾ ਨੂੰ ਧਿਆਨ ਨਾਲ ਦੇਖਿਓ, ਇਹਦੇ ਵਿੱਚ ਪੰਜੇ ਖੰਡ ਆਉਣਗੇ, ਅਸੀਂ ਇਹਨੂੰ ਕਦੀ ਨਹੀਂ ਸੋਚਿਆ ਹੋਣਾ। ਹੁਣ ਧਿਆਨ ਨਾਲ ਦੇਖਿਓ ਪੰਜ ਖੰਡ ਆ ਰਹੇ ਨੇ। ਪਹਿਲਾ ਖੰਡ ਕਿਹੜਾ ਜੀ? ਪਹਿਲਾ ਖੰਡ ਹੈ ਧਰਮ ਖੰਡ। ਪਹਿਲਾ ਖੰਡ ਕੀ ਹੈ? ਧਰਮ ਖੰਡ ਵਿੱਚ ਕੀ ਹੁੰਦਾ? ਮਨੁੱਖ ਜਾਣਨ ਦੀ ਕੋਸ਼ਿਸ਼ ਕਰਦਾ, ਮੈਂ ਕੌਣ ਹਾਂ, ਮੇਰੇ ਆਲੇ ਦੁਆਲੇ ਕੀ ਹੈ, ਇਹ ਸੰਸਾਰ ਕਿਉਂ ਹੈ, ਮੇਰੇ ਆਉਣ ਦਾ ਪ੍ਰਯੋਜਨ ਕੀ ਹੈ। ਅਤੇ ਆਹ ਦੇਖੋ ਇਹ ਧਰਮ ਖੰਡ ਨੂੰ ਐਡਰੈਸ ਹੋ ਰਿਹਾ ਹੈ। ਇਹਨੂੰ ਹੁਣ ਗੰਭੀਰਤਾ ਨਾਲ ਫੜਿਓ। ਇਹਨੂੰ ਹੁਣ ਇਹ ਧਰਮ ਖੰਡ ਨੂੰ ਐਡਰੈਸ ਹੋ ਰਹੀ ਹੈ ਗੱਲ। ਇਹ ਸੰਸਾਰ ਕੀ ਹੈ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਹੈ ਸਗਲ ਜਗਤ। ਇਹ ਸੰਸਾਰ ਦੀ ਖੇਡ ਖੋਲੀ ਹੋਈ ਹੈ ਵੀ ਹਵਾ ਆ, ਪਾਣੀ ਹੈ, ਇਹਨਾਂ ਨੂੰ ਸੰਭਾਲਣਾ ਗੁਰੂ ਦੀ ਤਰ੍ਹਾਂ ਹਵਾ ਨੂੰ, ਪਿਤਾ ਦੀ ਤਰ੍ਹਾਂ ਪਾਣੀ ਨੂੰ। ਮਾਂ ਸਾਰਿਆਂ ਦੀ, ਧਰਤੀ ਵੱਡੀ ਮਾਂ ਹੈ। ਗੁਰੂ ਸਾਹਿਬ ਨੇ ਧਰਤੀ ਨੂੰ ਮਾਤਾ ਕਿਹਾ, ਗਊ ਨੂੰ ਮਾਤਾ ਨਹੀਂ ਕਿਹਾ, ਕਹਿੰਦੇ ਮਾਤਾ ਧਰਤਮ ਹੱਥ। ਧਰਤੀ ਸਾਰਿਆਂ ਦੀ ਵੱਡੀ ਮਾਂ ਹੈ ਕਿਉਂਕਿ ਸਾਰਿਆਂ ਨੂੰ ਅੰਨ ਪੈਦਾ ਕਰਦੀ ਹੈ। ਦੇਖੋ ਗੱਲ ਸਾਇੰਟੀਫਿਕ ਹੈ। ਇੱਕ ਪਸ਼ੂ ਬਹੁਤ ਸਾਰੇ ਥਾਵਾਂ ਦੇ ਉੱਤੇ ਨਹੀਂ ਖਾਣ ਨੂੰ ਦੇ ਸਕਦਾ, ਪਰ ਧਰਤੀ ਹਰ ਥਾਂ 'ਤੇ ਖਾਣ ਨੂੰ ਦਿੰਦੀ ਹੈ, ਇਸ ਕਰਕੇ ਮਾਤਾ ਹੈ। ਅਤੇ ਇਹ ਦਿਨ ਅਤੇ ਰਾਤ ਖਿਡਾਵੇ ਖਿਡਾਵੀ ਨੇ, ਆਪਾਂ ਸਾਰੇ ਖੇਡਦੇ ਹਾਂ, ਸਾਰਾ ਸੰਸਾਰ ਖੇਡ ਰਿਹਾ ਹੈ। ਇਹ ਇੱਕ ਖੇਡ ਹੀ ਹੈ ਭਾਈ, ਇਹ ਧਰਮ ਖੰਡ ਨੂੰ ਸੰਬੋਧਨ ਹੋ ਰਿਹਾ ਹੈ। ਅੱਗੇ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਹੁਣ ਦੇਖੋ ਇਹ ਗਿਆਨ ਖੰਡ ਹੈ ਨਾ, ਸੋਝੀ ਆ ਰਹੀ ਹੈ ਕਿ ਉੱਥੇ ਤਾਂ ਚੰਗੇ ਅਤੇ ਬੁਰੇ ਦੀ ਗੱਲ ਹੋ ਜਾਣੀ ਹੈ, ਉੱਥੇ ਇੱਦਾਂ ਨਹੀਂ ਗੱਲ ਬਣਨੀ। ਚੰਗਾ ਬੁਰਾ ਜੋ ਕੰਮ ਕਰ ਰਹੇ ਹੈ, ਕੰਮ ਦੇ ਆਧਾਰ ਦੇ ਉੱਤੇ ਗ੍ਰੇਡਿੰਗ ਹੋਣੀ ਹੈ, ਅਤੇ ਧਰਮ ਰੂਪੀ ਨਿਜ਼ਮ ਆਪਣੇ ਆਪ ਸਾਰੀ ਗੱਲ ਨੂੰ ਵਾਚ ਰਿਹਾ ਹੈ। ਅੱਗੇ ਸਰਮਖੰਡ ਦੀ ਗੱਲ ਆ ਗਈ ਵੀ ਕਰਮੀ ਆਪੋ ਆਪਣੀ, ਮਤਲਬ ਆਪੋ ਆਪਣੀ ਮਿਹਨਤ ਦੇ ਅਨੁਸਾਰ ਨੇੜੇ ਦੇ ਦੂਰ ਹੋ ਜਾਂਦੇ ਹਾਂ। ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ, ਜਿਹਦੀ ਜਿੰਨੀ ਜਿੰਨੀ ਸਰਮ ਹੈ, ਜਿੰਨੀ ਜਿੰਨੀ ਮਿਹਨਤ ਹੈ, ਓਨਾ ਓਨਾ ਉਹ ਨੇੜੇ ਤੋਂ ਦੂਰ ਹੋ ਜਾਂਦਾ। ਅੱਗੇ ਬਖਸ਼ਿਸ਼ ਹੁੰਦੀ ਹੈ, ਜਿਹੜੇ ਨਾਮ ਨੂੰ ਧਿਆਉਂਦੇ ਨੇ ਮਿਹਨਤ ਘਾਲਣਾ ਰਾਸ ਆ ਜਾਂਦੀ ਹੈ। ਇਹ ਕਰਮ ਖੰਡ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਸੱਚ ਖੰਡ ਹੈ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰਾਂ ਵਿੱਚ ਅਸੀਂ ਸ਼੍ਰਵਣ ਕੀਤਾ ਹੈ ਕਿ ਰੋਜ਼ਾਨਾ ਪੜ੍ਹੀ ਜਾਣ ਵਾਲੀ ਬਾਣੀ ਸ੍ਰੀ ਜਪਜੀ ਸਾਹਿਬ ਸ਼ਖਸੀਅਤ ਉਸਾਰੀ ਦੀਆਂ ਮੁੱਢਲੀਆਂ ਲੋੜਾਂ ਵਿੱਚ ਕੀ ਸਰੋਕਾਰ ਰੱਖਦੀ ਹੈ। ਜਪਜੀ ਸਾਹਿਬ ਦਾ ਅਧਿਐਨ ਕਰਦਿਆਂ ਅਸੀਂ ਆਪਣੀ ਸ਼ਖਸੀਅਤ ਵਿੱਚ ਰੱਬੀ ਗੁਣਾਂ ਨੂੰ ਸਰਸ਼ਾਰ ਕਰਨ ਦਾ ਅਭਿਆਸ ਕਿਵੇਂ ਕਰਨਾ ਹੈ। ਅਸੀਂ ਇਸ ਵਿਸ਼ੇ ਦਾ ਦੂਸਰਾ ਭਾਗ ਆਉਣ ਵਾਲੀ ਮਾਸਕ ਵਿੱਦਿਅਕ ਕਾਰਜਸ਼ਾਲਾ ਜੋ 22 ਨਵੰਬਰ 2020 ਨੂੰ ਹੋਵੇਗੀ, ਉਸ ਵਿੱਚ ਅਗਲਾ ਭਾਗ ਜੋ ਨਿਤਨੇਮ ਦੀਆਂ ਇਸ ਤੋਂ ਅਗਲੀਆਂ ਬਾਕੀ ਬਾਣੀਆਂ ਜਾਪ ਸਾਹਿਬ, ਤੈ ਪ੍ਰਸਾਦ ਸਵਈਏ, ਬੇਨਤੀ ਚੌਪੀ, ਆਨੰਦ ਸਾਹਿਬ, ਇਹ ਬਾਣੀਆਂ ਸਾਡੀ ਸ਼ਖਸੀਅਤ ਦੇ ਕਿਹੜੇ ਪਹਿਲੂਆਂ ਨੂੰ ਘੜਦੀਆਂ ਹਨ, ਸੋ ਇਸ ਦੇ ਬਾਰੇ ਆਪਾਂ ਵਿਚਾਰ ਕਰਾਂਗੇ ਆਉਣ ਵਾਲੀ ਮਾਸਕ ਵਿੱਦਿਅਕ ਕਾਰਜਸ਼ਾਲਾ ਦੇ ਵਿੱਚ। ਸੋ ਮੈਂ ਹੁਣ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਆਤਮ ਪ੍ਰਗਾਸ ਐਪ 'ਤੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਓ
ਅਤੇ ਆਤਮ ਪ੍ਰਗਾਸ ਤੇ ਰੋਜ਼ਾਨਾ ਜੋ ਸਬਕ ਆਉਂਦਾ ਹੈ ਉਸ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਧਿਐਨ ਕਰੀਏ। ਪਰਿਵਾਰ ਵਿੱਚ ਬੈਠ ਕੇ ਸਾਰਾ ਪਰਿਵਾਰ ਉਸ ਦਾ ਜੋ ਰੋਜ਼ਾਨਾ ਲੈਸਨ ਆਉਂਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਹੁਕਮ ਨਵਾਂ ਆਉਂਦਾ ਹੈ, ਉਸ ਦੀ ਵਿਚਾਰ ਆਪਾਂ ਸਾਰਾ ਪਰਿਵਾਰ ਬੈਠ ਕੇ ਕਰੀਏ। ਸੋ ਇਸ ਲਈ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੇ ਬੱਚਿਆਂ ਨੂੰ ਇਸ ਐਪ 'ਤੇ ਰਜਿਸਟਰਡ ਨਹੀਂ ਕੀਤਾ, ਉਹ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਨ, ਤਾਂ ਜੋ ਆਪਾਂ ਆਪਣੇ ਬੱਚਿਆਂ ਦੀ ਸ਼ਖਸੀਅਤ ਨੂੰ ਵਿਉਂਤਬੰਦ ਤਰੀਕੇ ਨਾਲ ਘਾਟ ਕਰ ਸਕੀਏ। ਚਾਰ ਮਨੁੱਖ ਦੀ ਘਾਟ ਕਰਨ ਵਿੱਚ ਬਹੁਤ ਲਾਭ ਹੋਏਗਾ। ਸੋ ਦੂਸਰੀ ਬੇਨਤੀ ਇਹ ਆ ਕਿ ਇਸੇ ਮਹੀਨੇ ਵਿੱਚ 30 ਅਕਤੂਬਰ ਨੂੰ ਮਾਸਿਕ ਪ੍ਰਸ਼ਨੋਤਰੀ ਮੁਕਾਬਲਾ ਹੈ, ਜੋ ਆਤਮ ਪ੍ਰਗਾਸ ਐਪ 'ਤੇ ਅਸੀਂ ਆਪਣੇ ਬੱਚਿਆਂ ਨੂੰ ਕਰਾਉਣਾ ਹੈ। ਸੋ ਆਪਣੇ ਬੱਚਿਆਂ ਨੂੰ ਇਸ ਵਿੱਚ ਵੀ ਜ਼ਰੂਰ ਸ਼ਮੂਲੀਅਤ ਕਰਾਈਏ। ਸੋ ਇਸ ਲਈ ਇਹ ਬੇਨਤੀ ਹੈ, ਸਾਰੇ ਬੱਚਿਆਂ ਨੇ ਮਾਸਿਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਭਾਗ ਲਵਾਉਣਾ ਹੈ। ਸੋ ਅੱਜ ਦੀ ਵਿਦਿਅਕ ਕਾਰਜਸ਼ਾਲਾ ਇੱਥੇ ਹੀ ਸਮਾਪਤ ਹੈ। ਮੈਂ ਸਮੁੱਚੀ ਆਤਮ ਪ੍ਰਗਾਸ ਦੀ ਟੀਮ ਵੱਲੋਂ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਅਤੇ ਆਪਾਂ ਹੁਣ ਅਗਲੇ ਮਹੀਨੇ 22 ਨਵੰਬਰ ਨੂੰ ਫਿਰ ਮਿਲਾਂਗੇ। ਸੋ ਆਓ, ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਪ੍ਰਗਾਸ।